ਹਾਂਜੀ 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 ਰੇਡੀਓ ਹਾਂਜੀ 1674 AM ਦੇ ਸਿਡਨੀ ਸਟੂਡੀਓ ਤੋਂ ਮੈਂ ਗੌਤਮ ਕਪਿਲ ਇੱਕ ਵਾਰ ਫਿਰ ਤੋਂ ਆਖਦਾ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਜੀ ਆਇਆਂ ਨੂੰ ਜੀ। ਹਾਂਜੀ, ਸੋ ਸੋਮਵਾਰ ਦਾ ਦਿਨ ਹੈ ਜੀ, ਔਰ ਜੇ ਇਸੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਅਨਾਊਂਸਮੈਂਟ ਕਰ ਦੇਵਾਂ, ਕਿਉਂਕਿ ਅੱਜ ਅਸੀਂ ਲਾਈਵ ਜੁੜੇ ਹੋਏ ਹਾਂ, ਪਰ ਜੇ ਇਸ ਪ੍ਰੋਗਰਾਮ ਨੂੰ ਕਿਸੇ ਹੋਰ ਦਿਨ ਸੁਣਦੇ ਹੋਏ ਤਾਂ ਫਿਰ ਇਹ ਲਾਈਵ ਸ਼ੋਅ ਨਹੀਂ ਹੋਏਗਾ ਜੀ। ਅੱਜ ਸੋਮਵਾਰ ਦੇ ਦਿਨ ਅਸੀਂ ਲੈ ਕੇ ਆਉਂਦੇ ਹੁੰਦੇ ਹਾਂ ਸ਼ੋਅ ਜੀ, ਨਾਲ ਸੱਜਣ ਦੇ ਪ੍ਰੋਗਰਾਮ, ਨਾਲ ਸੱਜਣ ਦੇ ਵਿੱਚ ਸਾਡੇ ਸੱਜਣ ਅਫਜ਼ਲ ਸਾਹਿਰ ਸਾਹਿਬ ਸਾਡੇ ਨਾਲ ਅਕਸਰ ਹੁੰਦੇ ਨੇ। ਸੋਮਵਾਰ ਅਤੇ ਸ਼ੁੱਕਰਵਾਰ ਦੀਆਂ ਇਹ ਦੋ ਪੇਸ਼ਕਾਰੀਆਂ ਹੁੰਦੀਆਂ, ਹਾਲਾਂਕਿ ਜਿੱਥੇ ਸ਼ੁੱਕਰਵਾਰ ਦੇ ਦਿਨ ਤੁਸੀਂ ਇਸ ਪੇਸ਼ਕਾਰੀ 'ਚ ਬੜੇ ਕੇ ਬਲਕਿ ਬੜੇ ਮਜ਼ਾਈ ਅਜੇ ਅੰਦਾਜ਼ ਦੇ ਵਿੱਚ ਸਾਹਿਰ ਸਾਹਿਬ ਨੂੰ ਪਾਉਂਦੇ ਹੋ, ਅਤੇ ਅੱਜ ਦੇ ਦਿਨ ਬੜਾ ਸਾਹਿਤਕ ਅੰਦਾਜ਼ ਹੁੰਦਾ ਜੀ, ਬੜਾ ਲਿਟਰੇਰੀ ਮੋਡ ਦੇ ਵਿੱਚ ਸਾਹਿਰ ਸਾਹਿਬ ਔਨ ਕਰ ਲੈਂਦੇ ਨੇ ਆਪਣਾ ਸਵਿੱਚ, ਕਿਉਂਕਿ ਕਾਰਨ ਉਹਦਾ ਇਹ ਹੈ ਕਿ ਇਹ ਮੰਨਿਆ ਜਾਂਦਾ ਕਿ ਪੰਜਾਬੀ ਕਿੱਸਾ ਕਾਵਿ ਦੇ ਵਿੱਚ ਇੱਕ ਸਭ ਤੋਂ ਮਹਾਨ ਲਿਖਤ ਜਿਹੜੀ ਹੈਗੀ ਹੈ ਉਹ ਵਾਰਸ ਸ਼ਾਹ ਦੀ ਲਿਖਤ ਹੈ, ਕਿੱਸਾ ਹੀਰ ਦਾ। ਸੋ ਉਸ ਕਿੱਸੇ ਨੂੰ ਅਸੀਂ ਰੇਡੀਓ ਦੇ ਜ਼ਰੀਏ ਤੁਹਾਨੂੰ ਸੁਖਾਲੀ ਭਾਸ਼ਾ ਦੇ ਵਿੱਚ, ਕਿਉਂਕਿ ਇਹ ਦਹਾਕਿਆਂ ਦਾ ਛੱਡੋ ਸਾਲ ਸੈਂਕੜਿਆਂ ਸਾਲ ਪੁਰਾਣੀ ਇਹ ਲਿਖਤ ਹੈ ਜੀ, ਔਰ ਕੁਛ ਕੁ ਸਾਲਾਂ ਦੇ ਵਿੱਚ ਜਿਹੜਾ ਭਾਸ਼ਾ ਦਾ ਰੂਪ ਹੈ ਨਾ ਉਹ ਬਦਲ ਜਾਂਦਾ, ਤਾਂ ਇਹ ਤਾਂ ਫਿਰ ਸੈਂਕੜਿਆਂ ਸਾਲ ਪੁਰਾਣੀ ਹੈ, ਕਿਤੇ ਕਈ ਸੌ ਸਾਲ ਪੁਰਾਣੀ ਇਹ ਲਿਖਤ ਹੈ ਜੀ। ਔਰ ਇਹਦੇ ਵਿੱਚ ਕੀ ਹੈ ਕਿ ਜਿਹੜੀ ਪੰਜਾਬੀ ਵਾਰਸ ਸ਼ਾਹ ਨੇ ਵਰਤੀ ਸੀ ਉਹ ਪੰਜਾਬੀ ਆਮ ਬੋਲਚਾਲ ਦੀ ਅੱਜ ਕੱਲ੍ਹ ਦੀ ਭਾਸ਼ਾ ਨਹੀਂ ਹੈਗੀ। ਸੋ ਇਸ ਕੰਮ ਨੂੰ ਸੁਖਾਲਾ ਕਰਕੇ, ਜਿਹੜੇ ਉਹਦੇ ਇੱਕ ਇੱਕ ਬੰਦ ਨੂੰ ਸੁਖਾਲਾ ਕਰਕੇ ਆਮ ਬੋਲਚਾਲ ਵਾਲੇ ਪੰਜਾਬੀ ਭਾਸ਼ਾ 'ਚ ਤੁਹਾਨੂੰ ਸਮਝਾਉਣ ਦਾ ਕੰਮ ਅਫਜ਼ਲ ਸਾਹਿਰ ਸਾਹਿਬ ਕਰਦੇ ਨੇ। ਲਗਾਤਾਰ ਹੁਣ ਤੱਕ ਇਸ ਪ੍ਰੋਗਰਾਮ ਦੀਆਂ ਅਸੀਂ 16 ਕਿਸ਼ਤਾਂ ਪੇਸ਼ ਕਰ ਚੁੱਕੇ ਹਾਂ, ਅਤੇ ਜੇ ਇੱਕ ਵੀ ਕਿਸ਼ਤ ਤੁਸੀਂ ਹੁਣ ਤੱਕ ਨਹੀਂ ਸੁਣੀ ਹੈਗੀ ਅਫਜ਼ਲ ਸਾਹਿਬ ਸਾਹਿਬ ਦੇ ਨਾਲ ਪ੍ਰੋਗਰਾਮ ਨਾਲ ਸੱਜਣ ਦੇ ਦੌਰਾਨ ਕਿੱਸਾ ਹੀਰ ਦਾ ਵਾਰਸ ਸ਼ਾਹ ਦੀ ਇਸ ਲਿਖਤ ਦੀ ਇੱਕ ਵੀ ਕਿਸ਼ਤ ਤੁਸੀਂ ਹੁਣ ਤੱਕ ਆਡੀਓ ਰੂਪ ਦੇ ਵਿੱਚ ਨਹੀਂ ਸੁਣੀ, ਤਾਂ ਫਿਰ ਇੱਕ ਕੰਮ ਸੌਖਾ ਤੁਹਾਡੇ ਲਈ ਅਸੀਂ ਕਰ ਦਿੰਦੇ ਹਾਂ। ਉਹ ਇਹ ਹੈ ਕਿ ਇਹਨਾਂ ਸਾਰੇ ਪ੍ਰੋਗਰਾਮਸ ਨੂੰ ਅਸੀਂ ਪੋਡਕਾਸਟ ਕੀਤਾ ਸੀਗਾ ਜੀ ਸਾਡੇ ਯੂਟਿਊਬ ਚੈਨਲ ਦੇ ਉੱਤੇ। ਸੋ ਡਿਜੀਟਲ ਫੋਰਮ ਦੇ ਵਿੱਚ ਤੁਸੀਂ ਉਸ ਪ੍ਰੋਗਰਾਮ ਨੂੰ ਇੱਕ ਇੱਕ ਕਰਕੇ ਇੱਕ ਇੱਕ ਕਿਸ਼ਤ ਜਿਹੜੀ ਹੈਗੀ ਹੈ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ 'ਤੇ ਜਾ ਕੇ ਸੁਣ ਸਕਦੇ ਹੋ। ਸੋ ਯੂਟਿਊਬ ਚੈਨਲ 'ਤੇ ਜਾ ਕੇ ਤੁਸੀਂ ਸਿਰਫ ਇੰਨਾ ਕੁ ਟਾਈਪ ਕਰਨਾ ਰੇਡੀਓ ਹਾਂਜੀ, ਐਚ ਤੋਂ ਬਾਅਦ AANJI, ਤਾਂ ਕਿ ਤੁਹਾਨੂੰ ਇਸ ਸ਼ੋਅ ਦੀਆਂ ਇੱਕ ਇੱਕ ਕੜੀਆਂ ਜਿਹੜੀਆਂ ਉਹ ਪ੍ਰਾਪਤ ਹੋ ਜਾਣ। ਇਹੀ ਨਹੀਂ ਬਲਕਿ ਅਫਜ਼ਲ ਸਾਹਿਬ ਸਾਹਿਬ ਨਾਲ ਹੋਰ ਵੀ ਜਿੰਨੇ ਪ੍ਰੋਗਰਾਮ ਹੋਏ ਨੇ ਨਾਲ ਸੱਜਣ ਦੇ ਸਿਰਲੇਖ ਦੇ ਹੇਠ, ਉਹ ਸਾਰੇ ਸ਼ੋਅਜ਼ ਦੇ ਤੁਹਾਨੂੰ ਯੂਟਿਊਬ ਲਿੰਕਸ ਪ੍ਰਾਪਤ ਹੋ ਜਾਣਗੇ ਜੀ। ਔਰ ਫਿਰ ਮਜ਼ਾ ਆਊਗਾ ਤੁਹਾਨੂੰ 17ਵੀਂ ਕਿਸ਼ਤ ਸੁਣਨ ਦਾ, ਪਰ ਖੈਰ ਫਿਲਹਾਲ ਤੁਸੀਂ ਉਹ ਇਕੱਲੀ ਇਕੱਲੀ ਕਿਸ਼ਤ ਨਹੀਂ ਸੁਣ ਸਕਦੇ, ਦੋ ਦੋ ਘੰਟੇ ਲੰਮੇ ਪ੍ਰੋਗਰਾਮ ਨੇ। ਸੋ ਮੈਂ ਇੱਕ ਕੰਮ ਐਂ ਕਰਦੇ ਹਾਂ, ਅੱਜ ਤੁਹਾਨੂੰ ਸੌਖਾ ਜਿਹਾ ਕਰਕੇ ਦੱਸ ਦਿੰਦਾ, ਅੱਜ ਦੇ ਤੁਸੀਂ ਕੜੀ ਲਾਈਵ ਸੁਣ ਲਓ ਅਤੇ ਫਿਰ ਬਾਕੀਆਂ ਕੜੀਆਂ ਪਿਛਲੀਆਂ ਜੋੜ ਲਿਓ, ਅਤੇ ਜੇ ਸੁਣਦੇ ਆ ਰਹੇ ਹੋ ਲਗਾਤਾਰ ਤਾਂ ਫਿਰ ਮੁਬਾਰਕਬਾਦ ਤੁਹਾਨੂੰ, ਕਿਉਂਕਿ ਤੁਸੀਂ ਇਸ ਮਹਾਨ ਕਾਰਜ ਦੇ ਵਿੱਚ ਸਾਡੇ ਨਾਲ ਬਰਾਬਰ ਦੇ ਹਿੱਸੇਦਾਰ ਬਣ ਰਹੇ ਹੋ, ਕਿਉਂਕਿ ਤੁਹਾਡੀ ਫੀਡਬੈਕ ਵੀ ਉਨੀ ਓ ਲਾਜ਼ਮੀ ਹੁੰਦੀ ਹੈ, ਉਨੀ ਓ ਜ਼ਰੂਰੀ ਹੁੰਦੀ ਹੈ ਜਿੰਨੀ ਅਫਜ਼ਲ ਸਾਹਿਬ ਸਾਹਿਬ ਆਪਣੀ ਸਾਹਿਤਕ ਅੰਦਾਜ਼ ਦੇ ਵਿੱਚ, ਆਪਣੇ ਅੰਦਾਜ਼ ਦੇ ਵਿੱਚ, ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਨੇ। ਸੋ ਮੈਂ ਤਾਂ ਇੱਕ ਜ਼ਰੀਆ ਜੀ ਤੁਹਾਡੇ ਵਿਚਾਲੇ ਔਰ ਸਾਹਿਲ ਸਾਹਿਬ ਦੇ ਦਰਮਿਆਨ, ਸੋ ਆਓ ਵਿਚਾਲੇ ਦਾ ਜਿਹੜਾ ਰੇੜਕ ਹੈ ਉਹਨੂੰ ਦੂਰ ਕਰ ਦਿੰਦੇ ਹਾਂ, ਸਾਹਿਲ ਸਾਹਿਬ ਨੂੰ ਕਰਦੇ ਹਾਂ ਜੀ ਔਨ ਏਅਰ। ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਗੁੱਡ ਈਵਨਿੰਗ ਸਾਹਿਬ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਲਾਮ ਜੀ, ਨਮਸਕਾਰ ਜੀ, ਆਦਾਬ, ਬਹੁਤ ਬਹੁਤ ਪਿਆਰ ਸਾਰੇ ਸੁਣਨ ਵਾਲਿਆਂ ਨੂੰ ਤੇ ਮਿੱਤਰ ਪਿਆਰੇ ਗੌਤਮ ਕਪਿਲ ਨੂੰ ਨਿੱਘੀ ਜੀ ਗਲਵਕੜੀ। ਮੈਂ ਕਿਹਾ ਬਹੁਤ ਨੇੜੇ ਹੈ, ਚਲੋ ਬੰਦਾ ਇੱਕ ਤਰ੍ਹਾਂ ਮਿੱਠੀ ਜੀ ਥਪਕੀ ਜੀ ਮਾਰ ਕੇ ਬਹਿ ਜਾਂਦਾ। ਲੋ ਜੀ ਬਹਿ ਜਾਂਦੇ ਹਾਂ ਵੀਰਿਆ ਆਪਣੇ ਸਰੋਤਿਆਂ ਦੇ ਰੂਬਰੂ, ਤੇ ਸਭ ਨੂੰ ਕੁਝ ਚਿਰ ਲੱਗ ਗਿਆ, ਪਿਛਲੀ ਵਾਰੀ ਵੀ ਕਿਸੇ ਕਾਰਨ ਰਹਿ ਗਏ ਮਾਮਲੇ, ਤੇ ਅਸੀਂ ਚਿਰ ਬਾਅਦ ਇਸ ਪ੍ਰੋਗਰਾਮ ਚ ਜੁੜੇ ਹਾਂ ਸਾਰੇ।
ਜੀ, ਕੋਈ ਨਹੀਂ ਭਾਜੀ, ਤੇ ਇਹ ਕਾਲਜ ਪਰ ਤੇ ਸੀ। ਇਹ ਵੀ ਹੁਣ ਇਹ ਹੈ ਨਾ, ਇਹ ਸਾਲ ਦਾ ਆਖਰੀ ਮਹੀਨਾ ਹੈ, ਪਰ ਚੜ੍ਹਦਾ ਹਫ਼ਤਾ ਹੈ, ਪਰ ਇਹ ਲਾ ਲਓ ਵੀ ਅਸੀਂ ਪਿਛਲੀਆਂ 16 ਕਿਸ਼ਤਾਂ 'ਚ 106, 105 ਬੰਦ ਪੂਰੇ ਕਰ ਚੁੱਕੇ ਹਾਂ, 17ਵੀਂ ਕਿਸ਼ਤ ਹੈਗੀ ਹੈ, ਅੱਜ 106ਵੇਂ ਬੰਦ 'ਤੇ ਆਇਆ, ਸੋ ਜਿਹੜੀ ਕਿ ਆਲਰੇਡੀ ਰਿਕਾਰਡ ਬਣ ਚੁੱਕਿਆ ਆਪਣਾ। ਰਿਕਾਰਡ ਵੀ ਬਣ ਚੁੱਕਿਆ ਹੈ, ਇੱਕ ਪ੍ਰੋਗਰਾਮ 'ਚ ਹੀਰ ਵਾਰ ਸ਼ਾਇਦ 6 ਬੰਦ ਖੋਲਣਾ ਐਵਰੇਜ ਲਈ, ਐਵਰੇਜ। ਹਾਂ ਇਹ ਸੌਖਾ ਕੰਮ ਨਹੀਂ ਹੈ ਭਾਜੀ। ਜੇ ਮੈਂ ਅਸੀਂ ਕਹਿੰਦੇ ਹਾਂ ਕਿ ਇਹ ਇਹ ਸਾਡੇ ਭਾਗ ਨੇ ਜਾਂ ਇੱਥੇ ਜਾਂ ਸਾਡੀ ਕਹਿ ਲਓ ਕਿ ਇੱਕ ਇਨਵੋਲਵਮੈਂਟ ਹੈ ਜਿਹਦੀ ਵਜ੍ਹਾ ਨਾਲ ਅਸੀਂ ਇਹਦੇ ਵਿੱਚ ਇੰਨੇ ਸਫਲ ਹੋਏ ਹਾਂ ਕਿ ਅਸੀਂ 105 ਬੰਦ ਪੜ੍ਹ ਲਏ ਨੇ। ਤੇ ਔਰ ਇਹ ਪੜਤ ਜਿਹੜੀ ਹੈ ਇੱਕ ਕਹਿੰਦੇ ਨੇ ਕਿ ਇਹਨੂੰ ਤਵਾਰੀਖ ਹੀ ਕੰਮ ਹੋਏਗਾ, ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਜੇ ਕਿਸੇ ਨੇ ਵਾਰਿਸ਼ਾਹ ਦੀ ਹੀਰ ਨੂੰ ਵੇਖਣਾ ਪੜ੍ਹਨਾ ਹੋਏਗਾ ਸੁਣਨਾ ਹੋਏਗਾ ਤਾਂ ਉਹ ਰੇਡੀਓ ਹਾਂਜੀ ਨੇ ਇਹ ਕੰਮ ਕਰਕੇ ਰੱਖਿਆ ਹੋਏਗਾ। ਤੇ ਇਹ ਬੜਾ ਵੱਡਾ ਕੰਮ ਹੈ ਔਰ ਇਹ ਇਹਨੂੰ ਅਸੀਂ ਹਮੇਸ਼ਾ ਉਸਦੀ ਜਿਹੜੀ ਵਿਆਖਿਆ ਕਰਦੇ ਹਾਂ ਜਾਂ ਮੈਂ ਇਹਨੇ ਮਤਲਬ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਵਿੱਚ ਜੋ ਪਹਿਲੇ ਸਾਡੇ ਵਟਕੀਆਂ ਗੱਲਾਂ ਕੀਤੀਆਂ ਉਹ ਨੇ ਕੁਝ ਜੋ ਸਾਨੂੰ ਸਮਝ ਆਉਂਦੀ ਉਹ ਹੈ, ਪਰ ਉਹ ਸਾਰੀ ਦੀ ਸਾਰੀ ਅਗਾਂਹ ਵਧੂ ਔਰ ਇੱਕ ਜਿਹੜੀ ਲੋਕ ਪੱਖ ਨਾਲ ਔਰ ਹੱਕ ਹਕੀਕਤ ਨਾਲ ਜਿੰਨੀ ਵੀ ਸਾਡੀ ਸਮਝ ਹੈ ਉਹਦੇ ਨਾਲ ਜੁੜੀ ਜਿਹੜੀ ਹੈ ਉਹ ਵਿਆਖਿਆ ਹੈ। ਉਹਦੇ ਵਿੱਚ ਕੋਈ ਕਿਸੇ ਦਾ ਅਸੀਂ ਪੱਖ ਨਹੀਂ ਮਾਰਦੇ, ਕੋਈ ਅਸੀਂ ਕੋਈ ਇਹਦੇ ਪੁੱਠੇ ਸਿੱਧੇ ਆਪਣੇ ਕੋਲੋਂ ਮੈਂ ਮਤਲਬ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ, ਪਰ ਜੋ ਵਾਰਿਸ਼ਾ ਦੇ ਮੈਨੇ ਵਾਰਿਸ਼ਾ ਦੀਆਂ ਲਾਈਨਾਂ ਦੱਸਦੀਆਂ ਨੇ ਅਸੀਂ ਉਹੀ ਖੇਡ ਖੇਡਦੇ ਹਾਂ। ਸੋ ਅਸੀਂ ਹੁਣ ਤੱਕ 105 ਬੰਦ ਪੜੇ ਨੇ ਤੇ 105ਵਾਂ ਬੰਦ ਹੈ ਉਹ ਮੇਰਾ ਖਿਆਲ ਸ਼ੁਰੂ ਕਰਦੇ ਹਾਂ ਜੀ, 106ਵਾਂ ਕਰਾਂਗੇ ਲੇਕਿਨ ਆਪਾਂ 105ਵਾਂ ਪੜ੍ਹ ਕੇ ਕਰਦੇ ਹਾਂ। ਹਾਂ ਬਿਲਕੁਲ ਦੱਸ ਸਕਦੇ ਹਾਂ ਕਿੱਥੇ ਉਹ ਇਸ ਲਈ ਕਰਦੇ ਹਾਂ ਕਿ ਵੀ ਹੁਣ ਕੰਮ ਖਰਾਬ ਹੋ ਗਿਆ, ਪਹਿਲੇ ਹੀਰ ਰਾਂਝੇ ਦਾ ਪਿਆਰ ਦਾ ਕਿੱਸਾ ਹੈ ਤੇ ਰਾਂਝਾ ਭਰਜਾਈਆਂ ਭਾਈਆਂ ਤੋਂ ਰੁੱਸ ਕੇ ਮਲਾਹ ਰਹੀ ਦਰਿਆ ਪਾਰ ਕਰਕੇ ਮੌਲਵੀ ਨਾਲ ਵੀ ਝੇੜੇ ਲਾ ਕੇ ਉਹਦੇ ਨਾਲ ਵੀ ਸੂਝ ਸਿਆਣਫ ਦੇ ਭੇੜ ਪਾ ਕੇ ਨਤਾਰੇ ਕਰਕੇ ਅੱਗੇ ਆ ਗਿਆ, ਫਿਰ ਹੀਰ ਨਾਲ ਮੇਲ ਹੋਇਆ ਤੇ ਉੱਥੇ ਤੇ 4 ਚਸ਼ਮ ਹੋ ਗਈਆਂ ਨੇ, ਉੱਥੇ ਤੇ ਘੁੰਮਿਕ ਹੋ ਗਈਆਂ, ਰੂਹਾਂ ਕੌਲ ਕਰਾਰ ਹੋ ਗਏ ਨੇ। ਉਹ ਘਰ ਦੇ ਵਿੱਚ ਚੱਕਰ ਹੋ ਗਿਆ ਰਾਂਝਾ ਹੀਰ ਦੇ ਘਰ ਉਹਦੇ ਕੋਲ ਰਹਿਣ ਦੇ ਰਹਿਣ ਦਾ ਜੋ ਸਬੱਬ ਬਣਿਆ ਜਾਂ ਵਸੀਲਾ ਬਣ ਸਕਦਾ ਸੀ ਉਹਦਾ ਚੱਕਰੀ ਸੀ। ਤੇ ਵਿੱਚ ਇੱਕ ਹੁਣ ਕਰੈਕਟਰ ਦੇ ਚੂਚਕ ਦਾ ਜੋ ਹੀਰ ਦਾ ਚਾਚਾ ਖਵਾਉਂਦਾ ਜੀ, ਤੇ ਉਹ ਚਾਚਾ ਪੂਰਾ ਘੜਾ ਚ ਕਰਦਾ ਕੰਮ, ਚਾਚਾ ਮਤਲਬ ਪਤਾ ਨੀ ਪੂਰਾ ਹੈ ਵੀ ਚਾਚਾ ਕਿ ਨਹੀਂ ਹੈ, ਪਰ ਇਹ ਵੇਖ ਕੇ ਉਹ ਬਟ ਇਹ ਵੇਖ ਕੇ ਉਹ ਉੱਥੇ ਉੱਥੇ ਘਰ ਦਾ ਨੇੜੇ ਦਾ ਬਹੁਤ ਨੇੜੇ ਦਾ ਬੜਾ ਕਲੋਜ਼ ਜੀ ਹੈ ਉਸ ਟੱਬਰ ਦੇ ਨਾਲ। ਇਹ ਜਿਹੜਾ ਕੈਦੋ ਸੀਗਾ ਭਾਜੀ, ਮਤਲਬ ਆਫੈਂਸਿਵ ਵੇ ਚ ਨਹੀਂ ਮੈਂ ਪੁੱਛ ਰਿਹਾ, ਪਰ ਕੀ ਲੱਗਦਾ ਵੀ ਉਹ ਕੈਦੋ ਜਿਹੜਾ ਸੀਗਾ ਇਹ ਲੰਗੜਾ ਕੇ ਚੱਲਦਾ ਸੀ? ਨਹੀਂ ਉਹਦੇ ਵਿੱਚ ਦੱਸ ਰਹੀ ਹੈ ਨਾ ਆਪ ਹੀ ਲੰਗਾ ਡੰਗ ਦਾ ਜ਼ਿਕਰ ਹੋ ਰਿਹਾ ਨਾ ਵਿੱਚ ਬਾਰਿਸ਼ਾਂ ਨੇ ਕੀਤਾ। ਇਹ ਵੀ ਮੈਨੂੰ ਲੱਗਦਾ ਨਾ ਕਈ ਵਾਰ ਉਹ ਆਪਾਂ ਜਦੋਂ ਹਿਊਮਨ ਸਾਈਕਿਕ ਦੀ ਗੱਲ ਕਰਦੇ ਹੁੰਦੇ ਆ, ਇੱਕ ਬੰਦਾ ਜਿਹੜਾ ਲੰਗੜਾ ਕੇ ਚੱਲੇ, ਛੜਾ ਹੋਵੇ ਪਿੰਡ 'ਚ, ਉਹਨੂੰ ਇਨਫੈਰੀਟੀ ਕੰਪਲੈਕਸ ਹੋਵੇ ਵੀ ਮੈਂ ਹੈ ਨਹੀਂ ਸੋਹਣਾ,
ਤੇ ਮੇਰੇ ਨਾਲ ਕੋਈ ਗੱਲ ਨਹੀਂ ਕਰਕੇ ਰਾਜ਼ੀ ਹੈ ਨਾ, ਫਿਰ ਉਹਨੂੰ ਇਹ ਹੁੰਦਾ ਕਿ ਮੈਂ ਦੂਜਿਆਂ ਦੇ ਕੰਮ 'ਚ ਵੀ ਘੜਮ ਕਰਾਂ। ਉਹ ਕੁਛ ਉਹੋ ਜਿਹੀ ਪਰਸਨੈਲਿਟੀ ਉਹ ਮੈਨੂੰ ਲੱਗ ਰਿਹਾ ਬੰਦਾ, ਬਿਲਕੁਲ ਉਹਦੀ ਉਹ ਉਹਦੇ ਆਪਣੇ ਕਾਰਨ ਹੀ ਇੰਟੈਗ੍ਰਿਟੀ ਉਹਨੇ ਕੰਪਲੈਕਸ, ਆਪਣੇ ਹੀ ਅੰਦਰ ਉਹਦੇ ਜਿਹੜੇ ਅੰਦਰ ਦੇ ਅੰਦਰ ਜਿਹੜੀ ਜੰਗ ਹੈ ਉਹ ਨਾਲ ਲੜਦਾ ਲੜਦਾ ਉਹ ਦੂਜਿਆਂ ਦੇ ਉੱਤੇ ਉਹਦਾ ਗੁੱਸਾ ਕੱਢ ਦਿੰਦਾ। ਉਹ ਕੱਢਦਾ ਬਿਲਕੁਲ, ਉਹ ਤੋਂ ਹੇਜ ਵਿਖਾਉਂਦਾ ਹੈ, ਦੂਸਰਾ ਆਪਣੇ ਉਸ ਮੇਲ ਦੇ ਨਾਲ ਉਸ ਰੀਤ ਦੇ ਦਾ ਰਾਖਾ ਵੀ ਬਣ ਗਿਆ, ਇੱਜ਼ਤ ਗੈਰਤ ਦਾ ਰਾਖਾ ਵੀ ਬਣ ਗਿਆ, ਜਿਹੜੀ ਪ੍ਰੇਮ ਦੇ ਦੇ ਰਾਹ 'ਚ, ਆਜ਼ਾਦੀ ਦੇ ਰਾਹ 'ਚ, ਤਰੱਕੀ ਦੇ ਰਾਹ 'ਚ ਅਟਕਲ ਬਣਦੀ ਹੈ, ਰੋੜਾ ਬਣਦਾ ਹੈ, ਕਿਉਂਕਿ ਉਹਦੇ ਆਪ ਦੇ ਹੱਥ ਨਹੀਂ ਲੱਗੀ। ਉਹ ਕਹਿੰਦੇ ਹੱਥ ਨਾ ਲੱਗੇ ਥੂ ਕੌੜੀ, ਹੁਣ ਉਹਦਾ ਆਪ ਦਾ ਕਦਾ ਤਜਰਬਾ ਹੋਇਆ ਨਹੀਂ ਤੇ ਉਹ ਬਾਕੀਆਂ ਦਾ ਹੁਕਮ ਦੇਣਾ ਚਾਹੁੰਦਾ ਹੈ ਨਾ। ਆ ਉਹ ਤੋਂ ਜੂੰਦਾ ਤੂੰ ਅੰਜ ਵੀ ਉਹ ਸਾਰੀ ਮੇਲ ਦੇ ਨਾਲ ਖੜ ਗਿਆ ਨਾ, ਉਹ ਹਾਕਮ ਮੇਲ ਦੇ ਨਾਲ ਜੀ। ਚਲੋ ਕਦੋਂ ਤੋਂ ਆਪਾਂ ਚੂਚਕ ਵੱਲ ਆਪਣਾ ਫੋਕਸ ਲੈ ਕੇ। ਅੱਛਾ ਉਹ ਅੱਛਾ ਉਹ ਜਿਸਲੇ ਉਹਨਾਂ ਨੇ ਰਾਂਝੇ ਨੇ ਜਵਾਬ ਦੇ ਦਿੱਤਾ ਤੇ ਮੱਝਾਂ ਚੜਨ ਨਾ ਉਸ ਤੋਂ ਬਗੈਰ, ਤੇ ਫਿਰ ਆਪਣੀ ਘਰ ਵਾਲੀ ਨੂੰ ਮਲਕੀ ਨੂੰ ਹੀ ਆਖਿਆ ਉਹਨੇ ਚੂਚਕ ਨੇ ਕਿ ਵੀ ਹੁਣ ਜੇ ਅਸੀਂ ਸਾਡੀਆਂ ਤੇ ਅੱਗੇ ਬੰਦੇ ਇੱਥੇ ਟਿਕਦਾ ਕੋਈ ਨੀ ਸੀ ਜਿਹੜੇ ਮੰਗੂ ਚਾਰਨ, ਉਹਨਾਂ ਨੇ ਕਿਹਾ ਕਿ ਤੇ ਹੁਣ ਕੰਮ ਖਰਾਬ ਹੋ ਗਿਆ। ਉਹਦੀ ਮਾਂ ਨੂੰ ਕਹਿੰਦਾ, ਹੀਰ ਦੀ ਮਾਂ ਨੂੰ, ਚੂਚਕ ਆਖਿਆ ਜਾ ਮਨਾ ਉਸਨੂੰ ਵਿਆਹ, ਤੀਕ ਤਾਂ ਮਈ ਚਰਾ ਲਈਏ। ਮਤਲਬ ਹੀਰ ਦਾ ਸੀ ਕਿਤੇ ਹੋਰ ਵਿਆਹ ਕਰਨਾ ਤੇ ਵਿਆਹ ਤੱਕ ਤਾਂ ਮੱਝਾਂ ਚਰਾ ਲਓ ਇਹਦੇ ਕੋਲੋਂ। ਜਦੋਂ ਹੀਰ ਡੋਲੀ ਪਾ ਟੋਰ ਦਈਏ, ਰੁੱਸ ਪਵੇ ਜਵਾਬ ਪਹੁੰਚਾ ਦਈਏ। ਸਾਡੀ ਧੀਓ ਦਾ ਕੁਝ ਨਾ ਲਾ ਲੈਂਦਾ, ਸਭਾ ਟਹਿਲ ਟਕੋਰ ਕਰਾ ਲਈਏ। ਵਾਰਿਸ ਸ਼ਾਹ ਅਸੀਂ ਜੱਟ ਹਾਂ ਸਦਾ ਖੋਟੇ, ਜਟਕਾ ਫੰਦ ਇੱਥੇ ਇੱਕ ਲਾ ਲਈਏ। ਸਮਝਾਓ ਜੀ ਹੁਣ ਇਹ ਜੱਟ, ਇਹ ਤੇ ਅਸੀਂ ਪਿਛਲੀ ਵਾਰੀ ਸਮਝਾ ਚੁੱਕੇ ਹਾਂ ਤੇ ਇਹ ਇਸ ਤੋਂ ਅੱਗੇ ਗੱਲ ਹੈ, ਤੇ ਜੇ ਇਹਨੂੰ ਸਮਝਾਉਣਾ ਤੇ ਦੁਬਾਰਾ ਸਮਝਾਉਣ ਦੀ ਲੋੜ ਹੈ, ਅਸੀਂ ਚੈੱਕ ਕਰ ਲਾਂਗੇ, ਅਸੀਂ ਸੋ ਅੱਗੇ ਜਾਂਦੇ ਹਾਂ। ਹਾਂਜੀ ਪਲੀਜ਼। ਮਲਕੀ ਮਲਕੀ ਜਾ ਵਿਹੜੇ ਚ ਪੁੱਛਦੀ ਹੈ, ਮਲਕੀ ਜਾ ਵਿਹੜੇ ਵਿੱਚ ਪੁੱਛਦੀ ਹੈ, ਜਿਹੜਾ ਜਿਹੜਾ ਪਾਈਆਂ ਸਾਵਿਆਂ ਦਾ, ਸਾਡੇ ਮਾਈ ਦੀ ਖਬਰ ਹੈ ਕਿਤੇ ਅੜੀਓ, ਕਿੱਧਰ ਮਾਰਿਆ ਗਿਆ ਪਛਤਾਵਿਆਂ ਦਾ। ਜ਼ਰਾ ਹੀਰ ਕੁੜੀ ਉਹਨੂੰ ਸੱਜਦੀ ਹੈ, ਰੰਗ ਧੋ ਦਿਓ ਪਲੰਗ ਦੇ ਪਾਵਿਆਂ ਦਾ। ਰਾਂਝਾ ਬੋਲਿਆ, ਸੱਥਰੋਂ ਭੰਨ ਆਕੜ ਇਹ ਪਿਆ ਸਰਦਾਰ ਨਥਾਵਿਆਂ ਦਾ। ਵਾਹ। ਰਾਂਝਾ ਬੋਲਿਆ, ਸੱਥਰੋਂ ਭੰਨ ਆਕੜ ਇਹ ਜੇ ਪਿਆ ਸਰਦਾਰ ਨਥਾਵਿਆਂ, ਇਹ ਜੇ ਪਿਆ ਸਰਦਾਰ ਨਥਾਵਿਆਂ ਦਾ, ਸਿਰ ਪਟੇ ਸਫਾ ਕਰ ਹੋ ਰਿਹਾ ਜਿਹਾ ਬਾਲਕਾ ਮੁੰਨਿਆ ਬਾਵਿਆ ਦਾ। ਸਿਰ ਪਟੇ ਸਫਾ ਕਰ ਹੋ ਰਿਹਾ ਜਿਹਾ ਬਾਲਕਾ ਮੁੰਨਿਆ ਬਾਵਿਆਂ ਦਾ। ਵਾਰਿਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਰ ਮਿਲੇ ਬਾਹਰ, ਉੱਭੇ ਸਾਹ ਭਰਦਾ ਮਾਰਾ ਹਾਵਿਆਂ ਦਾ। ਉੱਭੇ ਸਾਹ ਭਰਦਾ, ਉਹ ਉੱਭੇ ਸਾਹ ਹੁੰਦਾ ਪੁੱਠੇ ਸਾਹ ਭਰਨਾ, ਓਕੇ ਠੰਡੇ ਠੰਡੇ ਜੇ ਸਾਹ।
ਹਾਂ ਉਬੇ ਜਿਹਾ ਪੁੱਠਾ ਸਾਹਿਬ ਇੱਕ ਤਰ੍ਹਾਂ ਜੀ, ਚੋਰ ਨੂੰ ਜਦੋਂ ਮਿਲਦੇ ਵਾਰ ਮਿਲਦੀ, ਜੇ ਚੋਰ ਨੂੰ ਫੜਨ ਵਾਲੇ ਉਹਦੇ ਪਿੱਛੇ ਭੱਜਦੇ ਹੈ ਤੇ ਉਸ ਵੇਲੇ ਉਬੇ ਸਾਹ ਭਰਦਾ ਮਾਰਾ ਹਾਵਿਆਂ ਦਾ, ਤੇ ਉਹ ਹੁਣ ਤੁਸੀਂ ਦੇਖੋ ਵਾਰਿਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਰ, ਜਿਵੇਂ ਵਾਰ ਵਾਰ ਪੈਂਦੀ ਹੈ ਨਾ ਚੋਰ ਦੇ ਉੱਤੇ, ਤੇ ਮਤਲਬ ਕੋਈ ਉਹਨੂੰ ਚੋਰ ਨੂੰ ਫੜਨ ਲਈ ਕੋਈ ਜਥਾ ਉਹਦੇ ਸਿਰ ਤੇ ਪੁੱਜ ਜਾਵੇ, ਉਸ ਵੇਲੇ ਚੋਰ ਵਾਂਗੂ ਉਹ ਪੁੱਠੇ ਸਾਹ, ਉਸ ਚੋਰ ਦੇ ਸਾਹ ਪੁੱਠੇ ਹੋ ਜਾਂਦੇ ਨੇ ਨਾ, ਤੇ ਵਾਰਿਸ ਸ਼ਾਹ ਦੱਸਦਾ ਜੋ ਉਹਦੀ ਉਹ ਹਾਲਤ ਸੀ, ਜਿਵੇਂ ਚੋਰ ਨੂੰ ਫੜ ਲਵੇ ਕੋਈ ਜਥਾ ਤੋ ਉਹ ਪੁੱਠੇ ਸਾਹ ਲੈਂਦਾ ਪਿਆ, ਉਬੇ ਸਾਹ ਲੈਂਦਾ ਚੋਰ, ਉਂਝੀ ਉਹਦੀ ਹਾਲਤ ਹੋਈ ਹੈ ਮਤਲਬ ਰਾਂਝੇ ਦੀ। ਜੀ ਜੀ ਜੀ। ਹੁਣ ਹੀਰ ਦੀ ਜਿਹੜੀ ਮਾਂ ਹੈ ਉਹ ਇੱਧਰ ਉੱਧਰ ਗੁਆਂਢੀਆਂ ਦੇ ਜਾਂ ਵਿਹੜੇ ਚ ਉਹ ਪੁੱਛਦੀ ਹੈ ਜਾ ਕੇ ਵੀ ਕਿਧਰੇ ਵੇਖਿਆ ਜੇ, ਅੱਛਾ ਕੋਈ ਪਤਾ ਹੈ ਸਾਡੇ ਮੱਝਾਂ ਜਾਂ ਮਾਹੀ ਦਾ, ਮਲਕਿ ਜਾ ਵਿਹੜੇ ਵਿੱਚ ਪੁੱਛਦੀ ਹੈ ਵਿਹੜਾ ਜਿਹੜਾ ਪਾਈਆਂ ਸਾਵਿਆਂ ਦਾ, ਤੇ ਸਾਵਿਆਂ ਦਾ ਮਤਲਬ ਸਾਹਮਣੇ ਵਾਲਿਆਂ ਦਾ ਵੀ ਹੋ ਸਕਦਾ। ਅੱਗੋਂ ਕਹਿੰਦੀ ਸਾਡੀ ਮਾਹੀ ਦੀ ਖਬਰ ਹੈ ਕਿਤੇ ਅੜੀਓ, ਅੱਛਾ ਜੀ ਕਿਧਰੇ ਕਿੱਧਰ ਮਾਰਿਆ ਗਿਆ ਪਛਤਾਵਿਆਂ ਦਾ, ਉਹ ਪਛਤਾਵਿਆਂ ਦਾ ਮਾਰਿਆ ਪਤਾ ਨੀ ਕਿੱਥੇ ਤੁਰ ਗਿਆ ਜੇ, ਉਹਦਾ ਕੋਈ ਪਤਾ ਹੈ? ਤੇ ਜ਼ਰਾ ਹੀਰ ਕੁੜੀ ਉਹਨੂੰ ਸਾਦੀ ਹੈ ਰੰਗ ਧੋ ਦੇਵੇ ਪਲੰਗ ਦੇ ਪਾਵਿਆਂ ਦਾ, ਮਤਲਬ ਭਾਈ ਯਾਰ ਕੀ ਯਾਰ ਗੱਲਾਂ ਹੋ ਰਹੀਆਂ ਨੇ, ਮੇਰਾ ਤਾਂ ਦਿਲ ਹੀ ਮਜ਼ਾ ਆ ਗਿਆ ਮੇਰਾ ਕਿ ਹੀਰ ਉਹਨੂੰ ਬੁਲਾ ਰਹੀ ਹੈ ਜੋ ਆ ਕੇ ਮੇਰੇ ਪਲੰਗ ਦੇ ਪਾਵਿਆਂ ਦਾ ਰੰਗ ਧੋ ਦੇ, ਥੱਲੇ ਜਿਹੜੀ ਪਰਾਲੀ ਸ਼ਰਾਲੀ ਨੀ ਸਥਰ ਵਿਛਾਇਆ ਹੁੰਦਾ ਤੀਲਿਆਂ ਤੂਲਿਆਂ ਦਾ, ਅੱਛਾ ਜੀ, ਤੇ ਉਹਦੀ ਆਕੜ ਭੰਨ ਕੇ ਨੀ ਬੰਦਾ ਜਿਹੜੇ ਅਕੜ ਕੀ ਅਕੜੇਵਾ ਜਿਹਾ ਲੈ ਕੇ ਅੰਗੜਾਈ ਜੀ ਲੈ ਕੇ ਹੈ ਤੇ ਉੱਠਦਾ ਬੰਦਾ ਸੱਥਰ ਤੋਂ। ਉਹ ਜਿਹੜੇ ਤੀਖੇ ਜੇ ਪਏ ਹੁੰਦੇ ਆ ਜ਼ਮੀਨ ਤੇ, ਹਾਂਜੀ ਹਾਂਜੀ ਪਰਾਲੀ ਜੀ, ਹਾਂਜੀ ਉਹਦੇ ਤੋਂ ਉੱਠ ਕੇ ਕਹਿੰਦਾ ਹੈ ਸਰਦਾਰ ਨਫਾਮਿਆਂ ਦਾ, ਇਹ ਰਾਈਟ ਐਕਸਪ੍ਰੈਸ਼ਨ ਹੈ ਜੀ, ਆ ਵੇਖ ਚੱਕ ਲੋ ਕਿਹੜਾ ਚੱਕਦਾ। ਰਾਂਝਾ ਬੋਲਿਆ ਸਥਰੋਂ ਪਾਣਾ ਕਰ ਐਜੇ ਬਿਆਲ ਸਰਦਾਰ ਨਫਾਮਿਆਂ ਦਾ, ਤੇ ਅਗੋ ਨੇ ਸਿਰ ਮਨਾ ਲਿਆ ਹੋਇਆ, ਹਾਂਜੀ ਸਿਰ ਪਟੇ ਸਫਾ ਕਰ ਹੋ ਰਿਹਾ ਜਿਹਾ ਬਾਲਕਾ ਮੁੰਨਿਆ ਬਾਵਿਆਂ ਦਾ। ਉਹ ਬਾਬਾ ਜੀ ਬਾਬਾ ਜੀ ਬਾਵਾਂ ਦਾ ਜੋਗੀਆਂ ਦਾ ਨਾ ਬਾਵੇ ਲੋਕ, ਬਾਵੇ ਅਸੀਂ ਜੋਗੀਆਂ ਨੂੰ ਕਹਿੰਦੇ ਆ ਨਾ ਜੀ, ਜਿਹੜੇ ਬਜ਼ੁਰਗ ਜੇ ਹੁੰਦੇ ਆ ਹਾਂਜੀ, ਜਿਹੜੇ ਮੁਅੱਜ਼ਜ਼ ਜੇ। ਅੱਛਾ ਜੀ ਉਹ
ਰਾਂਝਾ ਬੋਲਿਆ ਸਥਰੋਂ ਭਾਨਾਕੜ ਐ ਜੇ ਪਿਆ ਸਰਦਾਰ ਨਥਾਵਿਆਂ ਦਾ ਸਿਰ ਪਟੇ ਸਫਾ ਕਰ ਹੋ ਰਿਹਾ ਜਿਹਾ ਬਾਲਕਾ ਮੁੰਨਿਆ ਬਾਵਿਆਂ ਤੇ ਮਤਲਬ ਉਹਨੇ ਨਾ ਇੰਜ ਜਿਹੜੇ ਵਾਲ ਫਟੇ ਫੁਟੇ ਸੀਗੇ ਜੀ ਉਹਨੇ ਮਨਾ ਲਿਆ ਜਿਵੇਂ ਜੋਗੀਆਂ ਦਾ ਕੋਈ ਬਾਲਕਾ ਹੋ ਗਿਆ ਹੋਵੇ ਮੁੰਨਿਆ ਹੋਇਆ ਮਤਲਬ ਸ਼ਗਿਰਦ ਹੋ ਗਿਆ ਹੋਵੇ ਜਿਵੇਂ ਨਾ ਤੇ ਵਾਰਿਸ ਸ਼ਾਹ ਜਿਵੇਂ ਚੋਰ ਨੂੰ ਮਿਲੇ ਵਾਰ ਉਭੇ ਸਾਹ ਭਰਦਾ ਮਾਰਾ ਹਾਵਿਆਂ ਦਾ ਮਤਲਬ ਇਸ ਬੰਦ ਤੋਂ ਹੁਣ ਉਹ 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 ਕਹਿੰਦਾ ਜਿਵੇਂ ਉਹਦੀ ਹਾਲਤ ਉਹ ਸੀ ਜਿਵੇਂ ਚੋਰ ਨੂੰ ਫੜਨ ਲਈ ਉਹ ਉਭੇ ਸਾਹ ਭਰਦਾ ਕੋਈ ਤੇ ਹੁਣ ਉਹਨੂੰ ਜ਼ਾਹਿਰ ਮਨਾਉਣ ਚੱਲੀ ਹੈ ਉਹਦੀ ਹੀਰ ਦੀ ਮਾਂ ਕਿਉਂਕਿ ਕੰਮ ਨੀ ਰੁਕ ਗਿਆ ਸਾਰਾ ਮੱਝਾਂ ਦਾ ਵੀ ਬੁਰਾ ਹਾਲ ਹੈ ਧੰਦੇ ਵੀ ਨੀ ਰੁਕ ਗਏ ਕੰਮ ਕਰਨ ਵਾਲਾ ਕੋਈ ਨੀ ਹੈ ਉਹ ਹੁਣ ਜਟਕਾ ਦਾ ਲਾ ਰਿਹਾ ਉਹਦਾ ਪਿਓ ਕਿ ਅਸੀਂ ਉਹਨੂੰ ਜਟਕਾ ਦਾ ਕੀ ਹੁੰਦਾ ਹੈ ਉਹ ਤੇ ਗੱਲ ਵੈਸੇ ਤੇ ਲੰਮੀ ਹੈ ਜੱਟ ਸੌਦਾ ਉਹ ਆਹੋ ਉਹਦੇ ਉਹਦੇ ਵਿੱਚ ਬੜੀ ਉਹਨਾਂ ਨੇ ਬੜੇ ਬਰੀਕੀ ਦੇ ਨਾਲ ਵਾਰਿਸ ਸ਼ਾਹ ਨੇ ਉਹਨਾਂ ਨੂੰ ਦੱਸਿਆ ਨਾ ਕਿ ਬਈ ਉਹ ਸਾਰਾ ਕੁਝ ਜਿਹੜਾ ਉਹਨਾਂ ਦੀਆਂ ਮੁੱਢਲੀਆਂ ਜਿਹੜੀਆਂ ਇਕਨੋਮਿਕ ਲੋੜਾਂ ਨੇ ਉਹਦੇ ਉੱਤੇ ਸਾਡੀ ਖੇਡ ਖਰੀ ਖੜੀ ਹੈ ਔਰ ਇਹ ਬੜੀ ਉਸਤਾਦੀ ਉਹਨੇ ਦੱਸੀ ਹੈ ਬੜੇ ਫਿਲੋਸੋਫੀਕਲ ਵੇ ਚ ਉਹਨੇ ਉਹ ਜਿਹੜੀ ਆਪਣੀ ਜਿਹੜੀ ਉਹਦੀ ਵਿਚਾਰਧਾਰਾ ਉਹਦੇ ਉੱਤੇ ਉਹ ਸਾਰਾ ਉਸ ਅਮਲ ਦੇ ਉੱਤੇ ਬੜੇ ਸਿੱਧੇ ਪੱਧਰੇ ਲਫ਼ਜ਼ਾਂ ਦੇ ਵਿੱਚ ਉਹ ਬਾਬਾ ਬਿਆਨ ਕਰ ਦਿੰਦਾ ਜਦੋਂ ਉਹ ਕਹਿੰਦਾ ਨਾ ਕਿ ਜਾ ਮਨਾ ਕੇ ਲੈ ਆ ਮਜ਼ਾ ਚਲਾ ਲਈਏ ਜਿਹੜੇ ਹੀਰ ਨੂੰ ਟੋਰ ਦਿਆਂਗੇ ਜਵਾਬ ਦੇ ਦਿਆਂਗੇ ਮੁੜ ਕੇ ਨਿਕੜ ਦਿਆਂਗੇ ਉਹਨੂੰ ਸਾਡੀ ਕੁੜੀ ਦਾ ਕੀ ਲਾ ਲੈਣਾ ਇੱਥੋਂ ਵੇਖੋ ਨਾ ਸਾਡੀ ਕੁੜੀ ਦਾ ਕੀ ਲਾ ਲੈਣਾ ਉਹ ਦਰਾ ਸੇਵਾ ਸੁਵਾ ਕਰਾ ਲਈਏ ਤੇ ਅਸੀਂ ਜਟਕੇ ਅਸੀਂ ਜੱਟ ਹਾਂ ਸਦਾ ਖੋਟੇ ਜਟਕਾ ਫਨ ਦਿੱਤੇ ਅਸੀਂ ਸਗੋਂ ਐਡੇ ਪੱਧਰੇ ਜੇ ਸਰਲ ਜੇ ਸੁਭਾਅ ਨਾਲ ਦੋ ਬੰਦਾਂ ਵਿੱਚ ਪੂਰੀ ਦੁਨੀਆਂ ਦਾ ਇੱਕ ਜਿਹੜਾ ਵੱਡਾ ਸਾਰਾ ਸੱਚ ਜਿਹੜਾ ਹੈ ਉਹਦੇ ਵਿੱਚ ਐਡੀ ਡੂੰਘੀ ਗੱਲ ਆਮ ਬੰਦਾ ਜਿਹੜਾ ਉਹ ਮਸਤ ਹੋ ਕੇ ਸੁਣਦਾ ਔਰ ਦਿਲ ਅੰਦਰ ਵੜ ਜਾਂਦਾ ਪੂਰੇ ਕਿਸੇ ਦੇ ਕਿ ਗੱਲ ਕੀ ਹੋ ਗਈ ਹੈ। ਹੀਰ ਦੀ ਮਾਂ ਨੇ ਬੜਾ ਘੁਮਾ ਕੇ ਲੋਕਾਂ ਦੀਆਂ ਬਦਦੁਆਵਾਂ ਦਾ ਜ਼ਿਕਰ ਕਰਕੇ ਤੇ ਰਾਂਝੇ ਨੂੰ ਬੜਾ ਫਕੀਰ ਦੇ ਮਰਤਬੇ ਤੇ ਬਿਠਾਤਾ ਸੀ ਆਪਣੇ ਘਰ ਵਾਲੇ ਨੂੰ ਕਿਹਾ ਸੀ ਕਿ ਉਹਦੇ ਪੈਰੀ ਪੈ ਕੇ ਉਹਨੂੰ ਮਨਾ ਕੇ ਮੋੜ ਲਿਆ ਪਰ ਹੁਣ ਚੂਚਕ ਜਿਹੜਾ ਉਹ ਆਪਣੀ ਮੁੱਛ ਉੱਚੀ ਰੱਖਣ ਲਈ ਵੀ ਆਪਣੀ ਬੀਵੀ ਨੂੰ ਕਹਿੰਦਾ ਜੋ ਰਾਂਝੇ ਦੇ ਪੈਰੀ ਪੈ ਕੇ ਉਹਦੇ ਉਹਨੇ ਉਹਨੂੰ ਕਹਿੰਦਾ ਕਿ ਉਹਦੇ ਪੈਰੀ ਪੈ ਕੇ ਮਨਾ ਨੀ ਲਿਆਉਣਾ ਚਾਹੀਦਾ ਸਗੋਂ ਉਹ ਜਾ ਕੇ ਫੱਫੇ ਕੁੱਟਣੀਆਂ ਵਾਲਾ ਪੇਚ ਲੜਾ ਕੇ ਉਸਨੂੰ ਮੋੜ ਲਿਆਵੇ ਕਿਉਂ ਜੋ ਕਿਉਂ ਜੋ ਚਾਰ ਕੁ ਦਿਨ ਮੱਝਾਂ ਉਹਦੇ ਕੋਲੋਂ ਚਰਵਾ ਲਈਆਂ ਚਰਵਾ ਲਈਏ ਹੁਣ ਸਾਡੀ ਧੀ ਦਾ ਕੁਝ ਨਾ ਲਾ ਲੈਂਦਾ ਹੁਣ ਉਹਦੇ ਲਾਲਚ ਤੇ ਵੇਖੋ ਨਾ ਹੁਣ ਉਹਦੀ ਝੂਠੀ ਜਿਹੜੀ ਆਣ ਬਾਣ ਦਾ ਜਿਹੜਾ ਵਿਖਾਲਾ ਦਿੰਦਾ ਹੈ ਮਤਲਬ ਜੇ ਰਾਂਝਾ ਸਾਡੀ ਧੀ ਨਾਲ ਇਸ਼ਕ ਲੜਾ ਵੀ ਰਿਹਾ ਤੇ ਫਿਰ ਕੀ ਹੈ ਇੱਥੇ ਇਹ ਵੀ ਉਹ ਗੱਲ ਕਰ ਰਿਹਾ ਅੱਛਾ ਮੁੱਢਲੀ ਲੋੜ ਜਿਹੜਾ ਹਾਂ ਉਹ ਦੇਖੋ ਨਾ ਮੁੱਢਲੀ ਲੋੜ ਤੇ ਮੱਝਾਂ ਦਾ ਚਰਨਾ ਤੇ ਮੁਫ਼ਤ ਦੀ ਮਿਹਨਤ ਇਹੀ ਹੈ ਨਾ ਮੁਫ਼ਤ ਦੀ ਉਹਦੇ ਕੋਲ ਮਿਹਨਤ ਉਹਨੂੰ ਵਰਤਿਆ ਜਾ ਰਿਹਾ ਤੇ ਜਿਹੜੇ ਸਰਮਾਏਦਾਰ ਨੇ ਜਾਂ ਹਾਕਮ ਮੇਲ ਨੇ ਉਹ ਤੁਸੀਂ ਦੇਖੋ ਕਿ ਮਿਹਨਤੀਆਂ ਨੂੰ ਮੁਫ਼ਤ ਵਰਤਣ ਲਈ ਆਪਣੀਆਂ ਧੀਆਂ ਵੀ ਵਰਤ ਲੈਂਦੇ ਨੇ ਹੋ ਸਕਦਾ ਹੈ ਜੇ ਕੁਝ ਪੁੜਿਆਰਾਂ ਨੂੰ ਇਹ ਮਿਸਰਾ ਗੈਰ ਲੱਗਦਾ ਹੋਵੇ ਕਿ ਵੀ ਇਹ ਤੇ ਇੰਜ ਇਹ ਸੋਚੇ ਵੀ ਕੋਈ ਕੋਈ ਪਿਓ ਇਹ ਕਿਵੇਂ ਕਹਿ ਸਕਦਾ
ਪਰ ਵਾਰਿਸ ਸ਼ਾਹ ਤੇ ਜ਼ੁਬਾਨ ਰਹੀ, ਵਾਰਿਸ ਸ਼ਾਹ ਤੇ ਜ਼ੁਬਾਨ ਜਿਹੜੀ ਉਹ ਕੁਆਰੇ ਆ ਜੇ ਚੂਚਕ ਦੇ ਦਿਲ ਵਿੱਚ ਹੈ ਤੇ ਅਸਲ ਗੱਲ ਇਹੀ ਹੈ। ਚੂਚਕ ਨੂੰ ਇਹ ਵੀ ਪਤਾ ਹੈ ਨਾ ਕਿ ਉਹ ਆਪ ਉਹ ਠੱਗੀ ਕਰ ਰਿਹਾ ਹੈ, ਉਹਨੂੰ ਇਹ ਵੀ ਪਤਾ ਹੈ ਕਿ ਉਹਨੇ ਹੀਰ ਨੂੰ ਕਿਤੇ ਹੋਰ ਵਿਆਹ ਦੇਣਾ, ਪਰ ਉਹਦੇ ਉੱਤੇ ਮੁਆਸ਼ ਦੀਆਂ ਪੈਸੇ ਦੀ ਲੋੜ ਦਾ ਭਾਰ ਇੰਨਾ ਹੈ ਕਿ ਉਹਦਾ ਡੰਗ ਨੀ ਟੱਪਣ ਡਿਆ, ਕੰਮ ਨੀ ਚੱਲਣ ਡਿਆ। ਉਹ ਵੇਲਾ ਟਪਾਉਣ ਲਈ ਰਾਂਝੇ ਨੂੰ ਲਾਰੇ ਤੇ ਰੱਖ ਕੇ ਕੰਮ ਕਰਵਾਉਣਾ ਚਾਹੁੰਦਾ। ਉਹਨੂੰ ਇਹ ਵੀ ਪਤਾ ਹੈ ਕਿ ਰਾਂਝਾ ਹੀਰ ਦੇ ਡੋਲੀ ਚੜਨ ਤੋਂ ਬਾਅਦ ਕੰਮ ਨਹੀਂ ਕਰੇਗਾ, ਉਹ ਵੀ ਨਾ ਪਰ ਉਸਦੀ ਜਹਾਜ਼ ਵਿੱਚ ਓਨਾ ਚਿਰ ਮੁਫ਼ਤ ਨਹੀਂ। ਉਹਨੇ ਕਿਹਾ ਆਪ ਹੀ, ਉਹਨੇ ਕਿਹਾ ਨੀ ਪਿੱਛੇ ਕਿ ਜਦੋਂ ਹੀਰ ਡੋਲੀ ਪਾ ਟੋੜ ਦਈਏ ਰੁੱਸ ਪਵੇ ਜਵਾਬ ਤਾਂ ਚਾ ਦਈਏ, ਜੇ ਰੁੱਸ ਪਵੇ ਤੇ ਜਵਾਬ ਦੇ ਦਈਏ, ਕੋਈ ਗੱਲ ਨੀ। ਤੇ ਅੱਗੋਂ ਉਹ ਮਤਲਬ ਮੈਂ ਇਹ ਖੋਲ ਨੀ ਸੀ ਰਿਹਾ, ਮੈਂ ਕਿਹਾ ਪਿਛਲੇ ਪ੍ਰੋਗਰਾਮ ਚ ਖੋਲ ਦਿੱਤਾ ਸੀ ਉਹਨੂੰ। ਹੁਣ ਉਹ ਉਹਨੇ ਆਖਰੀ ਲਾਈਨ ਜਿਹੜੀ ਹੈ ਉਹਨੇ ਕਿਹਾ ਕਿ ਚਲੋ ਫਿਰ ਉਹ ਹੁਣ ਫ੍ਰੀ ਚ ਜਰਾ ਕੰਮ ਤਾਂ ਕਰਾ ਲਓ ਨਾ ਉਨੀ ਦੇਰ ਤੱਕ ਜਦ ਤੱਕ ਪੋਸੀਬਲ ਹੈ। ਤੇ ਆਖਰੀ ਵਿਸਰੇ ਦੇ ਵਿੱਚ ਜਿਹੜੀ ਉਹਨੇ ਕਿਹਾ ਕਿ ਵਾਰਿਸ਼ਾ ਵਾਰਿਸ਼ਾ ਅਸੀਂ ਜੱਟ ਹਾਂ ਸਦਾ ਖੋਟੇ, ਜਟਕਾ ਪੰਜ ਇੱਥੇ ਕਲਾ ਲਈ। ਹੁਣ ਮਤਲਬ ਵਾਰਿਸ਼ਾ ਨੇ ਕਿਹਾ ਕਿ ਜੱਟ ਜਾਤ ਦੇ ਨਹੀਂ ਪੂਰੇ, ਉਹ ਇੱਕ ਅਸੀਂ ਜੱਟ ਹਾਂ ਸਦਾ ਖੋਟੇ, ਮਤਲਬ ਉਹ ਜਟਕਾ ਫੰਦ ਇੱਥੇ ਇੱਕ ਲਾ ਲਈਏ ਕਿ ਕਿਸੇ ਨਾਲ ਫੰਦ ਉਹਨੂੰ ਫਸਾ ਲਈਏ, ਅਸੀਂ ਜੱਟ ਜਿਹੜੇ ਸਦਾ ਖੋਟੇ ਹਾਂ। ਇਹ ਆਮ ਬੰਦਾ ਪੜ੍ਹਨ ਵਾਲਾ ਤੇ ਇਹ ਸੋਚੇਗਾ ਕਿ ਅਰੇ ਬਿਜੂਚਾ ਕੀ ਕਹਿ ਰਿਹਾ ਹੈ ਕਿ ਬਈ ਇਹ ਹਾਂ ਬਈ ਇਹ ਕੀ ਕਹਿ ਰਿਹਾ ਕਿ ਜੱਟ ਖੋਟੇ ਨੇ, ਉਹ ਸਾਰੇ ਜੱਟ ਖੋਟੇ ਨੇ ਇਹ ਨਹੀਂ ਹੈ। ਵਾਰਿਸ ਸ਼ਾਹ ਨੇ ਜਿਹੜੇ ਨਾਟਕ ਦੇ ਵਿੱਚ ਵਿਖਾਏ ਨੇ ਨਾ ਉਹ ਸਿਆਲਾਂ ਦੇ ਜਿਹੜੇ ਜੱਟ ਨੇ ਉਹ ਹਾਕਮ ਵਿਖਾਏ ਨੇ, ਨਾਲੇ ਇਹ ਸਿਰਫ ਚੂਚਕ ਦੇ ਹਵਾਲੇ ਨਾਲ। ਦੂਸਰੀ ਗੱਲ ਹੈ ਕਿ ਚੂਚਕ ਆਪਣੇ ਆਪ ਨਾਲੇ ਹਾਂ ਉਹ ਉਹਨੇ ਕਿਹਾ ਕਿ ਝੰਗ ਵੱਲੇ ਜਿਹੜੇ ਜੱਟੀ ਸਰਦਾਰ ਸੀਗੇ ਨਾ ਉਸ ਵੇਲੇ ਪੰਜਾਬ ਦੇ ਵਿੱਚ ਵੀ ਝੰਗ ਵਾਲੇ ਇਹ ਜਿਹੜੇ ਪਾਸਾ ਜਿਹੜਾ ਸੀ ਜਿਹੜੇ ਸਾਂਦਲ ਦਾ ਰਚਨਾਬ ਅਸੀਂ ਕਹਿੰਦੇ ਹਾਂ, ਰਚਨਾਬ ਹੁੰਦਾ ਰਾਵੀ ਤੇ ਚਨਾਹ ਦੇ ਵਿੱਚ ਰਚਨਾਬ ਰਚ ਜੀ 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 ਤੁਸੀਂ ਪਹਿਲੀ ਵਾਰੀ ਸੁਣ ਰਹੇ ਹੋ, ਰਾਵੀ ਤੇ ਚਨਾਬ ਤੇ ਤੁਸੀਂ ਸੁਣਿਆ। ਹਾਂਜੀ ਹਾਂਜੀ ਇਹਨਾਂ ਦੇ ਵਿੱਚ ਦੋਵਾਂ ਦਰਿਆਵਾਂ ਦੇ ਵਿੱਚ ਜਿਹੜਾ ਇਲਾਕਾ ਉਹਨੂੰ ਰਚਨਾਬ ਕਹਿੰਦੇ ਨੇ। ਅੱਛਾ ਇਹ ਆਮ ਸਾਡੇ ਤੇ ਉਂਝ ਵੈਸੇ ਤੇ ਸਾਂਦਲ ਬਾਹਰ ਹੀ ਹੈ ਬਹੁਤ ਹੀ ਸਾਂਦਲ ਬਾਰ ਹੈ, ਥੋੜੀ ਜਿਹੀ ਨੀਲੀ ਬਾਰ ਹੈ ਤੇ ਇਹ ਦਰਿਆ ਜਿਹੜਾ ਇਹਦੇ ਵਿੱਚ ਮੁੱਕਦਾ। ਅੱਛਾ ਸੋ ਅਸਲ ਚ ਜੱਟ ਜਿਹੜੇ ਨੇ ਸਰਦਾਰ ਜੱਟ ਸਨ। ਅੱਛਾ ਜੀ ਉਹਨਾਂ ਦੀ ਗੱਲ ਕਰ ਰਿਹਾ, ਅਸੀਂ ਵਾਰਿਸ਼ਾ ਅਸੀਂ ਜੱਟ ਹਾਂ ਸਦਾ ਖੋਟੇ, ਮਤਲਬ ਹੈ ਕਿ ਸਾਡਾ ਜਿਹੜਾ ਹਾਕਮ ਮੇਲ ਹੈ ਜੱਟਾਂ ਦਾ ਉਹ ਖੋਟਾ ਹੈ, ਉਹ ਭਾਵੇਂ ਕੋਈ ਜੱਟ ਹੋਵੇ ਗੈਰ ਜੱਟ ਹੋਵੇ ਭਾਵੇਂ ਕੋਈ ਉਹ ਜਿਹੜਾ ਉਹ ਖੋਟੇ ਹੁੰਦੇ ਨੇ। ਹਾਂਜੀ ਤੇ ਰਾਂਝੇ ਨੂੰ ਮੋੜ ਲਿਆ, ਮੱਝਾਂ ਚਰਵਾਉਣ ਵਿੱਚ ਹਾਕਮ ਮੇਲ ਦਾ ਸਦਾ ਦਾ ਅਜ਼ਮਾਇਆ ਫਨ ਉਹ ਫਰੇਬ ਹੈ ਉਹ ਵਰਤਿਆ ਜਾ ਰਿਹਾ। ਸਦਾ ਦਾ ਲਫ਼ਜ਼ ਨਾਲ ਹਾਕਮ ਮੇਲ ਦੀ ਉਹ ਸਦੀਆਂ ਬੱਧੀ ਜਿਹੜੀ ਰੀਤ ਹੈ ਉਹ ਵੀ ਨੰਗੀ ਹੋ ਗਈ ਨਾ ਕਿ ਇਹ ਕਰਦੇ ਹੀ ਇੰਜ ਨੇ।
ਬੰਦਿਆਂ ਨੂੰ ਉਹਨਾਂ ਨੂੰ ਵਰਤਦੇ ਨੇ, ਫੰਦ ਲਾ ਕੇ, ਫਰੇਬ ਲਾ ਕੇ, ਧੋਖੇ ਲਾ ਕੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਖਾਂਦੇ ਨੇ, ਉਹਨਾਂ ਦੇ ਕੋਲੋਂ ਕੰਮ ਕਰਾਉਂਦੇ। ਹੁਣ ਅੱਗੇ ਜਿੱਥੇ ਉਹ ਮਲਕੀ ਜਾ ਵਿਹੜੇ ਵਿੱਚ ਪੁੱਛਦੀ ਹੈ ਵਿਹੜਾ ਜਿਹੜਾ ਭਾਈਆਂ ਸਾਵਿਆਂ ਦਾ, ਉਹ ਸਾਡੇ ਮਾਈ ਦੀ ਖਬਰ ਹੈ ਕਿਤੇ ਅੜੀਓ ਕਿਧਰ ਮਾਰਿਆ ਗਿਆ ਪਛਤਾਵਿਆਂ ਦਾ, ਜ਼ਰਾ ਹੀਰ ਕੁੜੀ ਉਹਨੂੰ ਸਾਦੀ ਹੈ, ਰੰਗ ਤੋਂ ਦੇਵੇ ਪਲਕ ਦੇ ਪਾਵਿਆਂ ਦਾ, ਰਾਂਝਾ ਬੋਲਿਆ ਸਤਰੋਂ ਪਾਨਾਕੜ, ਇਹ ਜੇ ਪਿਆ ਸਰਦਾਰ ਨਤਾਵਿਆਂ ਦਾ, ਸਿਰ ਪਟੇ ਸਫਾ ਕਰ ਹੋ ਰਿਹਾ ਜਿਹਾ, ਬਾਲਕਾ ਮੁੰਨਿਆ ਬਾਵਿਆਂ ਦਾ, ਵਾਰੇ ਸ਼ਾਹ ਜਿਉ ਚੋਰ ਨੂੰ ਮਿਲੇ ਵਾਰ, ਉੱਬੇ ਸਾਹ ਪਰਦਾ ਮਾਰਾ ਹਾਵਿਆ ਮਾਰਿਆ ਹਾਵਿਆ। ਹੁਣ ਇਥੋਂ ਲੱਗ ਗਿਆ ਕਿ ਹੀਰ ਦੇ ਪਿਓ ਨੇ ਉਸਦੀ ਮਾਂ ਨੂੰ ਕਿਹਾ ਜੋ ਕਿਸੇ ਤਰ੍ਹਾਂ ਵੀ ਰਾਂਝੇ ਨੂੰ ਮਨਾ ਕੇ ਲਿਆਂਦਾ ਜਾਏ, ਤੇ ਭਾਵੇਂ ਉਹ ਹੀਰ ਨਾਲ ਇਸ਼ਕ ਲੜਾਉਂਦਾ ਰਵੇ ਸਾਨੂੰ ਕੋਈ ਨੀ, ਉਸ ਕੋਲੋਂ ਹੀਰ ਦੇ ਵਿਆਹ ਤਿਕਰ ਮੱਝਾਂ ਚਰਾਉਣੀਆਂ ਨੇ ਅਸੀਂ। ਹੁਣ ਇੱਕ ਸਕੀਮ ਦੇ ਤਹਿਤ ਉਹਦੀ ਮਾਂ ਨਿਕਲੀ ਹੈ ਹਾਂਜੀ, ਉਹਨੂੰ ਲੱਭਣ, ਉਹਨੂੰ ਮਨਾਉਣ। ਅੱਛਾ, ਮਤਲਬ ਉਹ ਨਾਲ ਦਿਆਂ ਦੇ ਸਾਹਮਣੇ ਵਾਲਿਆਂ ਦੇ ਘਰ ਜਾ ਕੇ ਪੁੱਛਦੀ ਹੈ ਕੋਈ ਸਾਡੇ ਮਾਈ ਦੀ ਖਬਰ ਹੈ ਕੋਈ ਕਿਸੇ ਨੂੰ, ਫਿਰ ਉਹ ਵਿੱਚ ਲਿਖਦੀ ਹੈ ਮਾਰਿਆ ਗਿਆ ਪਛਤਾਵਿਆਂ ਦਾ। ਉਹਦੇ ਨਾਲ ਹੁਣ ਹਮਦਰਦੀ ਦਾ ਬੋਲ ਵੀ ਪਈ ਬੋਲਦੀ ਨਾ ਯਾਰ, ਇੱਕ ਇੱਕ ਲਾਈਨ ਚ ਵੜੋ ਨਾ, ਰਾਂਝਾ ਵਾਰਿਸ ਸ਼ਾਹ ਜਿਹੜਾ ਨਾ, ਮੈਨੂੰ ਮੇਰਾ ਤਾਂ ਉਹ ਕਹਿੰਦਾ ਸ਼ਾਇਰ ਰੂਹ ਹੈ ਨਾ, ਮੈਨੂੰ ਤਾਂ ਐਵੇਂ ਨਸ਼ਾ ਹੀ ਕਰ ਦਿੰਦਾ, ਮਸਤੀ ਕਰ ਦਿੰਦਾ। ਸਾਡੇ ਮਾਈ ਦੀ ਖਬਰ ਹੈ ਕਿ ਸਾਡੇ ਗੌਤਮ ਦੀ ਖਬਰ ਹੈ ਕਿਤੇ ਅੜੀ ਕਿੱਧਰ ਮਾਰਿਆ ਗਿਆ ਆ ਗਿਆ ਸਾਰਾ ਸਾਰਾ ਦਾ ਸਾਰਾ ਹੈ ਨਾ, ਹਾਏ ਹਾਏ ਕਿੱਧਰੇ ਕਿੱਧਰ ਮਾਰਿਆ ਗਿਆ ਪਛਤਾਵਿਆਂ ਦਾ। ਉਹ ਤੋਂ ਮਤਲਬ ਹੈ ਕਿ ਇੱਦਾਂ ਹਮਦਰਦੀਆਂ ਇੰਨੇ ਉਹਦੇ ਹੇਜ ਉੱਠਦੇ ਨੇ, ਤੇ ਉਹਨੂੰ ਉਹ ਵੀ ਪਤਾ ਹੈ ਕਿ ਉਸਨੇ ਵੀ ਪਤਾ ਕਿ ਰਾਂਝਾ ਉੱਥੇ ਹੀ ਹੈ ਤੇ ਇਸ ਗੱਲ ਨੂੰ ਸੁਣ ਰਿਹਾ। ਹਾਂਜੀ, ਇਹ ਸੁਣਾਈ ਜਾ ਰਹੀ ਹੈ ਗੱਲ ਫਿਰ। ਹਾਂ ਹਾਂ, ਜ਼ਾਹਿਰ ਹੈ ਉਹ ਪਿੰਡ ਦੇ ਸਰਦਾਰ ਤੇ ਉਹਨਾਂ ਨੂੰ ਤੇ ਪਤਾ ਹੈ ਜੋ ਉਹਨਾਂ ਦਾ ਕੱਢਿਆ ਬੰਦਾ ਕਿੱਥੇ ਹੋਏਗਾ ਇਹ ਤੇ ਉਹਨਾਂ ਨੂੰ ਪਤਾ ਹੁੰਦਾ। ਉਹਦੇ ਪਿਓ ਨੂੰ ਤੇ ਇਹ ਵੀ ਪਤਾ ਸੀ ਹੀਰ ਦੇ ਪਿਓ ਨੂੰ ਕਿ ਜਿਹੜਾ ਪਿੰਡੋਂ ਤੁਰਿਆ ਹੈ ਮਲਾਹ ਦੇ ਨਾਲ ਕੀ ਗੱਲਾਂ ਹੋ ਗਈਆਂ ਨੇ, ਇਹ ਕੀ ਕਿਸ ਕਿਸ ਚੱਕਰ ਚ ਨਿਕਲਿਆ ਹੈ, ਇਹਨੂੰ ਕੀ ਹੋਈ ਹੈ। ਇੰਟੈਲੀਜੈਂਸ ਪੂਰੀ ਹੁੰਦੀ ਹੈ ਨਾ ਫਿਰ, ਉਹ ਗੱਲਾਂ ਪਹੁੰਚ ਜਾਂਦੀਆਂ ਨੇ। ਹਾਂ ਵੀ ਉਹਨਾਂ ਨੇ ਕੱਢਿਆ ਬੰਦਾ ਤੇ ਫਿਰ ਉਂਝ ਵੀ ਪਿੰਡ ਵਿੱਚ ਇੱਕ ਨਿੱਕੀ ਜਿਹੀ ਥਾਂ ਹੁੰਦੀ ਹੈ ਜਿੱਥੇ ਹਰ ਕਿਸੇ ਨੂੰ, ਪਿੰਡ ਜਿਹੜੀ ਹੈ ਪਿੰਡ ਕੋਈ ਵੱਡਾ ਕੋਈ ਲਾਹੌਰ ਸ਼ਹਿਰ ਤੇ ਸਿਡਨੀ ਤੇ ਨਹੀਂ ਨਾ ਹੈਗਾ, ਮੈਲਬਰਨ ਨਹੀਂ ਹੈਗਾ, ਨਿਚਲੇ ਹੇਠਲੇ ਲੈਵਲ ਤੇ ਜਿਹੜੇ ਕੰਮ ਕਰਦੇ ਨੇ ਨਾ ਉਹਨਾਂ ਨੂੰ ਫਿਰ ਇਹ ਆਦਤ ਵੀ ਹੁੰਦੀ ਹੈ ਵੀ ਸ਼ਾਹੂਕਾਰ ਨੂੰ ਜਾ ਕੇ ਦੱਸੀਏ ਗੱਲ ਸਾਰੀ, ਚੌਧਰੀ ਨੂੰ ਜਾ ਕੇ ਸੁਣਾਈਏ ਸਾਰੀ ਗੱਲ, ਹਨਾ ਵੀ ਕੋਈ ਇਨਾਮ ਮਿਲੂਗਾ। ਉਹ ਫਿਰ ਖਬਰ ਸੂਚਨਾ ਵੈਸੇ ਹੀ ਪਹੁੰਚਾ ਦਿੰਦੇ ਸੀਗੇ ਵੀ ਆਹ ਕਹੀ ਹੈ ਗੱਲ ਉਹਨੇ ਚੌਂਕ ਖੜ ਕੇ। ਨਹੀਂ ਬਿਲਕੁਲ, ਇਹ ਗੱਲ ਸਾਰੀ ਹੁਣ ਰਾਂਝੇ ਨੂੰ ਤੇ ਸੁਣਾ ਰਹੀ ਹੈ ਉਹਦੀ ਮਾਂ, ਹੋਰ ਕੀ ਰਾਂਝਾ ਬੋਲਣ ਨਹੀਂ ਦਿਆ ਵਿੱਚ, ਬੋਲ ਹੀ ਨਹੀਂ ਰਿਹਾ। ਉਹਨਾਂ ਨੂੰ ਪਤਾ ਕਿੱਥੇ ਹੋਏਗਾ, ਨਿੱਕਾ ਜਿਹਾ ਪਿੰਡ ਹੈ ਕਿੱਥੇ ਨਿਕਲ ਗਿਆ ਹੋਏਗਾ, ਹਰ ਕਿਸੇ ਨੂੰ ਪਤਾ ਹੁੰਦਾ ਕੌਣ ਕਿੱਥੇ ਹੈ। ਉਹ ਗੱਲ ਸਿੱਧੀ ਇਹ ਹੈ ਮਾਰਿਆ ਗਿਆ ਪਛਤਾਵਿਆਂ ਦਾ, ਉਹਨੂੰ ਸੁਣਾ ਦਿੱਤੀ ਹੈ। ਉਹ ਵੀ ਪਤਾ ਲੱਗਦਾ ਕਿ ਹੀਰ ਦੀ ਮਾਂ ਨੂੰ ਪਤਾ ਜੇ ਰਾਂਝਾ ਇਸ ਗੱਲ ਤੇ ਪਛਤਾ ਰਿਹਾ ਹੋਏਗਾ ਕਿ ਉਹ ਉਸ ਕਿਉਂ ਹੀਰ ਦੀ ਗੱਲ ਮੰਨ ਕੇ 12 ਸਾਲ ਮੱਝਾਂ ਚਾਰੀਆਂ ਤੇ ਫਿਰ ਉਸ ਨੂੰ ਜਵਾਬ ਮਿਲ ਗਿਆ, ਪਤਾ ਹੀ ਹੈ ਜੀ ਮਾਂ ਹੈ ਤੇ ਨਾ ਇੱਧਰ ਦਾ ਰਿਹਾ।
ਨਾ ਇੱਧਰ ਦਾ ਰਿਹਾ ਤੇ ਨਾ ਉੱਧਰ ਦਾ ਨਾ ਰਿਹਾ। ਉੱਧਰ ਦਾ ਰਿਹਾ। ਇਹ ਸਾਰੀਆਂ ਗੱਲਾਂ ਪਿੱਛੇ ਰਾਂਝਾ ਮਤਲਬ ਹੀਰ ਦੇ ਪਿਓ ਚੂਚਕ ਦੇ ਪਹਿਲੇ ਜਿਹੜਾ ਪਿੱਛੇ ਤੁਸੀਂ ਵੇਖਿਆ ਨਾ ਕਿ ਉਹ ਪਹਿਲੇ ਵੀ ਗੱਲ ਕਰ ਚੁੱਕਿਆ ਹਾਂਜੀ ਕਿ ਹੀਰ ਦੀ ਮਾਂ ਮੰਨ ਰਹੀ ਹੈ ਜੋ ਰਾਂਝੇ ਨਾਲ ਜੋ ਰਾਂਝੇ ਨਾਲ ਹੋਇਆ ਉਸ ਵਿੱਚ ਉਹ ਪਛਤਾਵਾ ਹੀ ਉਹਨੂੰ ਮਿਲਣਾ, ਹੋਰ ਉਹਨੂੰ ਕੀ ਮਿਲਣਾ ਵਿਚਾਰੇ ਨੂੰ, ਪਰ ਉਹ ਜ਼ਾਹਰ ਕਰਨਾ ਚਾਹੁੰਦੀ ਹੈ ਜਿਵੇਂ ਉਹ ਪਛਤਾਵੇ ਨੂੰ ਮੁਕਾਉਣ ਆਈ ਹੋਵੇ। ਮਤਲਬ ਹੁਣ ਇਹ ਗੱਲ ਵੀ ਹੈ ਨਾ ਸਾਡੇ ਮਾਈ ਦੀ ਖਬਰ ਹੈ ਕਿਤੇ ਅੜੀਓ ਕਿੱਧਰ ਮਾਰਿਆ ਗਿਆ ਪਛਤਾਵਿਆਂ ਦਾ। ਜਰਾ ਹੀਰ ਕੁੜੀ ਉਹਨੂੰ ਸੱਦਦੀ ਹੈ ਰੰਗ ਧੋ ਦੇਵੇ ਪਲੰਗ ਦੇ ਪਾਵਿਆਂ ਦਾ, ਮਤਲਬ ਇਸ ਹੁਣ ਉਹਨੂੰ ਪਛਤਾਵੇ ਤੇ ਮੁਕਾਉਣ ਆਈ ਹੈ। ਹੁਣ ਅਗਲੀ ਗੱਲ ਉਹ ਮੱਝਾਂ ਚਾਰਨ ਦੀ ਨੀ ਕਰ ਰਹੀ, ਹਾਂਜੀ ਉਹ ਹੀਰ ਦੀ ਜਿਹੜੀ ਖਾਹਿਸ਼ ਹੈ ਉਹਦੀ ਕਰ ਰਹੀ ਹੈ। ਹੁਣ ਜਰਾ ਦੇਖ ਤੇ ਸਹੀ, ਉਹ ਸੁਣ ਲਿਆ ਰਾਂਝਾ ਐ ਤੇ ਮਾਂ ਨੇ ਲਾਲਚ ਕੀ ਦਿੱਤਾ ਹੈ ਉਹ ਮੇਰਿਆ ਰੱਬਾ। ਪਿੱਛੇ ਉਹਦੇ ਜਿਹੜੇ ਪਿਓ ਨੇ ਗੱਲ ਕਰ ਛੱਡੀ ਨਾ, ਅਸੀਂ ਐਵੇਂ ਕਹਿੰਦੇ ਸੀ ਕਿ ਯਾਰ ਸਾਡੀ ਧੀ ਦਾ ਕੁਝ ਨਾ ਲਾਹ ਲੈਂਦਾ ਤੇ ਇਹ ਇਹ ਪਿਓ ਏਦਾਂ ਦੀ ਗੱਲ ਨੀ ਕਰ ਸਕਦਾ, ਪਰ ਤੁਸੀਂ ਅੰਦਾਜ਼ਾ ਲਾਓ ਨਾ ਕਹਿੰਦਾ ਉਹ ਪੈਸਾ ਜਿਹੜਾ ਉਹ ਤਾਂ ਦੀਨ ਇਮਾਨ ਸਾਰਾ ਕੁਝ ਖੋ ਲੈਂਦਾ ਬੰਦੇ ਕੋਲੋਂ, ਇੱਜ਼ਤਾਂ ਗੈਰਤਾਂ ਕੀ ਹੁੰਦੀਆਂ ਨੇ। ਹੁਣ ਇੱਥੇ ਵੇਖਣਾ ਉਹਦੀ ਇੱਕ ਸੱਦਰ ਕੀ ਹੈ ਭਾਜੀ, ਇਹ ਕੀ ਸਮਝ ਆਉਂਦੀ ਹੈ, ਆਪਸ ਦੀ ਗੱਲ ਹੈ। ਹਾਂਜੀ ਹਾਂਜੀ ਇਹ ਕੀ ਹੈ, ਜਰਾ ਹੀਰ ਕੁੜੀ ਉਹਨੂੰ ਸੱਦਦੀ ਹੈ ਰੰਗ ਧੋ ਦੇਵੇ ਪਲੰਗ ਦੇ ਪਾਪਿਆਂ ਦਾ, ਇਹ ਕੀ ਭਾਜੀ ਜਰਾ ਕੀ ਰਾਂਝੇ ਨੂੰ ਕੀ ਸੁਣਾਇਆ ਜਾ ਰਿਹਾ, ਹੀਰ ਕੁੜੀ ਸੱਦਦੀ ਹੈ ਰੰਗ ਪਲੰਗ ਦਾ ਪਾਵਾ ਕੀ ਹੁੰਦਾ, ਉਹਦਾ ਰੰਗ ਧੋਣਾ ਕੀ ਹੁੰਦਾ, ਦੱਸੀ ਖਾਂ ਭਾ ਦੱਸੀ ਖਾਂ, ਕਿਤੇ ਬ੍ਰੇਕ ਤੋਂ ਬਾਅਦ ਤਾਂ ਨੀ ਦੱਸਣਾ, ਬ੍ਰੇਕ ਤੋਂ ਬਾਅਦ ਦੱਸ ਦਿੰਦੇ ਜੀ ਤੁਸੀਂ ਬੁੱਝ ਲਈ ਗੱਲ ਜਿਵੇਂ ਮਲਕੀ ਨੇ ਹੀਰ ਦੀ ਗੱਲ ਬੁੱਝ ਲਈ। ਚਲੋ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਅਤੇ ਫਿਰ ਅਫਜ਼ਲ ਸਰ ਸਾਹਿਬ ਨਾਲ ਇਹ ਕਿੱਸਾ ਹੀਰ ਦਾ ਜਿਹੜਾ ਚੱਲ ਰਿਹਾ ਅਤੇ ਇਸ ਦੇ ਇਸ ਬੰਦ ਨੂੰ ਵੈਸੇ ਤਾਂ ਚੰਗੀ ਤਰ੍ਹਾਂ ਸਮਝਾਈ ਦਿੱਤਾ, ਫਿਰ ਥੋੜ੍ਹਾ ਜਿਹਾ ਹੋਰ ਖੋਲਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਅਗਲੇ ਬੰਦ ਵੱਲ ਚੱਲਦੇ ਹਾਂ। ਔਰ ਧਿਆਨ ਰੱਖਿਓ ਅਗਲੇ ਬੰਦ ਦੇ ਵਿੱਚ ਫਿਰ ਮਲਕੀ ਨੇ ਫਿਰ ਰਾਂਝੇ ਨੂੰ ਤਸੱਲੀ ਦੇਣੀ ਹੈ ਕਿ ਮਲਕੀ ਆਖ ਦੀ ਲੜਿਓ ਜੇ ਨਾਲ ਚੂਚਕ ਕੋਈ ਸਖੰਨਾ ਜੀਵ 'ਤੇ ਲਿਆਉਣ ਆਈ। ਸੋ ਕਿਵੇਂ ਵਾਰਨਿੰਗ ਵੀ ਦੇਣੀ ਹੈ ਨਾਲੇ ਤਸੱਲੀ ਵੀ ਦੇਣੀ ਹੈ, ਉਹ ਸਾਰੀਆਂ ਗੱਲਾਂ ਅੱਗੇ ਚੱਲ ਕੇ। ਛੋਟੀ ਜਿਹੀ ਬ੍ਰੇਕ ਲੈ ਲਈ, ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਹਾਂਜੀ, ਰੇਡੀਓ ਹਾਂਜੀ। ਗੁਰਪਤੀ ਸੇਵਾ ਸੈਂਟਰ ਆਸਟ੍ਰੇਲੀਆ ਦਾ ਪਹਿਲਾ ਧਾਰਮਿਕ ਤੇ ਕਲਚਰਲ ਹੈਂਡੀਕ੍ਰਾਫਟ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਸੈਂਚੀ ਸਾਹਿਬ ਨਿਰੋਲ ਪਾਣੀ ਦੇ ਗੁਟਕੇ, ਰੁਮਾਲਾ ਸਾਹਿਬ ਗੱਤਕੇ ਦਾ ਸਮਾਨ, ਪਾਲਕੀ ਸਾਹਿਬ ਪੱਗਾਂ ਤੇ ਦੁਮਾਲੇ, ਕੀਰਤਨ ਸਿੱਖਣ ਲਈ ਕਿਤਾਬਾਂ ਤੇ ਗੁਰਸਿੱਖਾਂ ਦੀਆਂ ਜੀਵਨੀਆਂ। ਇਸ ਤੋਂ ਇਲਾਵਾ ਇੱਥੋਂ ਤੁਸੀਂ ਗੁਰਬਾਣੀ ਰੇਡੀਓ ਤੇ USB ਵੀ ਲੈ ਸਕਦੇ ਹੋ। ਅੰਮ੍ਰਿਤ ਸੰਚਾਰ ਲਈ ਇੱਕ ਕਾਰ ਭੇਜਣ ਦੀ ਸੇਵਾ ਵੀ ਕੀਤੀ ਜਾਂਦੀ ਹੈ। ਸੰਪਰਕ ਕਰੋ ਗੁਰਪਤੀ ਸੇਵਾ ਸੈਂਟਰ, 6/14 ਸਟੀਲ ਸਟਰੀਟ, ਬਲੈਕਟਨ, ਸਿਡਨੀ, ਤੇ ਕਾਲ ਕਰੋ 0430 175 742 ਤੇ।
ਪੰਜਾਬੀਆਂ ਦਾ ਆਪਣਾ ਟੇਸਟ ਆਸਟ੍ਰੇਲੀਆ ਮੇਡ ਇੰਡੀਅਨ ਬਿਸਕੁਟ ਲਓ ਜੀ ਆਸਟ੍ਰੇਲੀਆ ਦੀ ਸਭ ਤੋਂ ਪੁਰਾਣੀ ਚਿਰਾਪਸ ਇੰਡੀਅਨ ਬੇਕਰੀ ਬਿਸਕੁਟਾਂ ਦੇ ਕੇਕ ਦੀ ਵੱਖੋ ਵੱਖ ਵਰਾਇਟੀਆਂ ਜਿਵੇਂ ਕਿ ਪੰਜਾਬੀ ਆਟਾ ਬਿਸਕੁਟ ਕੇਕ ਰਸ ਕੋਕੋਨਟ ਬਿਸਕੁਟ ਕਾਜੂ ਬਿਸਕੁਟ ਪਿਸਤਾ ਬਿਸਕੁਟ ਵੈਸ਼ਨੋ ਯਾਨੀ ਕਿ ਐਗਲੈਸ ਕੇਕਸ ਤੇ ਬਿਸਕੁਟ ਦੀ ਵੱਡੀ ਵਰਾਇਟੀ ਉਪਲਬਧ ਹੈ ਤੁਸੀਂ ਸਾਡੇ ਇਹ ਪ੍ਰੋਡਕਟ ਆਸਟ੍ਰੇਲੀਆ ਪਰਦੇ ਕਿਸੇ ਵੀ ਇੰਡੀਅਨ ਗ੍ਰੋਸਰੀ ਸਟੋਰ ਤੋਂ ਲੈ ਸਕਦੇ ਹੋ ਵਧੇਰੇ ਜਾਣਕਾਰੀ ਲਈ ਸਾਡੇ ਨੰਬਰ 03-9587-1010 ਜਾਂ ਫਿਰ ਸਾਡੇ ਫੇਸਬੁੱਕ ਪੇਜ ਤੇ ਮੈਸੇਜ ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਚਿਰਾਪਸ ਬੇਕਰੀ You are listening Australia's number one. Radio Hanji. Radio Hanji. Oh yeah, kise sene bande ne kiya si? Early to bed and early to rise. Makes a man healthy, wealthy and wise. Oh, main ta svere svere uth ke padh ke vekh liya. Par PT ch number hi nahi aunde. Aidda nahi wise ban hona. Tenu chahidi hai sahi guidance ate feedback. Jo provide karde ne English wise wale. Mera score vi utho hi aaya si. Naale sirf PT nahi, Naati CCL di taiyari vi utho hi kar. English wise, Australia de sare pramukh shahra vich. Call now 02-8628-7293 te. Or visit englishwise.com.au. वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट अमृत ए कमाल है गोल्ड लीफ डेरी दे प्योर न्यूजीलैंड घी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो विजिट goldleafdairy.com ਖੁਸ਼ਖਬਰੀ ਜੀ ਹਾਂ ਵੈਸਟਰਨ ਯੂਨੀਅਨ ਤੁਹਾਡੇ ਸਭ ਦੇ ਲਈ ਲੈ ਕੇ ਆਏ ਨੇ ਇੱਕ ਵੱਡੀ ਖੁਸ਼ਖਬਰੀ ਹੁਣ ਵੈਸਟਰਨ ਯੂਨੀਅਨ ਦੀ ਟ੍ਰਾਂਸਫਰ ਫੀਸ ਸਟਾਰਟਿੰਗ ਫਰੋਮ ਜਸਟ $2.90 ਜੀ ਹਾਂ ਟ੍ਰਾਂਸਫਰ ਫੀਸ ਸਿਰਫ $2.90 ਤੋਂ ਸ਼ੁਰੂ ਚਾਹੇ ਕੈਸ਼ ਪਿਕਅਪ ਕਰੋ ਜਾਂ ਬੈਂਕ ਦੇ ਖਾਤੇ ਵਿੱਚ ਟ੍ਰਾਂਸਫਰ ਵਧੇਰੇ ਜਾਣਕਾਰੀ ਲਈ ਆਪਣੇ ਲਾਗਲੇ ਵੈਸਟਰਨ ਯੂਨੀਅਨ ਡੀਲਰ ਨਾਲ ਸੰਪਰਕ ਕਰੋ ਕੰਡੀਸ਼ਨਸ ਅਪਲਾਈ ਹੁਣ ਤੱਕ ਦੀ ਸਭ ਤੋਂ ਘੱਟ ਮਨੀ ਟ੍ਰਾਂਸਫਰ ਫੀ ਦੇ ਨਾਲ ਆਪਣੇ ਪਿਆਰਿਆਂ ਨੂੰ ਭੇਜੋ ਪੈਸੇ ਵੈਸਟਰਨ ਯੂਨੀਅਨ ਮੂਵਿੰਗ ਮਨੀ ਫੋਰ ਬੈਟਰ ਵਿਆਹ ਦੇ ਉਹ ਸੁਨਹਿਰੀ ਪਲ ਜਿਨ੍ਹਾਂ ਨੂੰ ਸੰਜੋ ਕੇ ਰੱਖੋ ਆਪਣੇ ਕੋਲ ਪਰ ਅਸੀਂ ਤਾਂ ਵਿਆਹ ਇੰਡੀਆ ਜਾ ਕੇ ਕਰਵਾਉਣਾ ਤਾਂ ਕੀ ਹੋਇਆ ਸਟੂਡੀਓ 18 ਅੰਮ੍ਰਿਤਸਰ ਦਾ ਸਭ ਤੋਂ ਵਧੀਆ ਕੈਂਡਿਡ ਫੋਟੋਗ੍ਰਾਫੀ ਟ੍ਰੈਡੀਸ਼ਨਲ ਫੋਟੋਗ੍ਰਾਫੀ ਸਿਨੇਮੈਟੋਗ੍ਰਾਫੀ ਤੇ ਪ੍ਰੀ ਵੈਡਿੰਗ ਦੇ ਲਈ ਸਭ ਤੋਂ ਫੇਮਸ ਸਟੂਡੀਓ ਹੈ ਇੰਡੀਆ ਜਾਣ ਤੋਂ ਪਹਿਲਾਂ studio18.com ਤੇ ਪ੍ਰੋਫਾਈਲ ਵੇਖੋ ਜਾਂ ਕਾਲ ਕਰੋ 7307-1818-18 ਸਟੂਡੀਓ 18 ਅੰਮ੍ਰਿਤਸਰ ਆਪੋਜ਼ਿਟ GNDU ਅੰਮ੍ਰਿਤਸਰ ਫੋਲੋ ਅਸ ਔਨ ਇੰਸਟਾਗ੍ਰਾਮ ਲੈਣਾ ਹੋਵੇ ਵਿਜ਼ਿਟਰ ਵੀਜ਼ਾ ਜਾਂ ਆਇਲਸ ਵਿੱਚ ਚੰਗੇ ਬੈਂਡਸ ਸਪੋਕਨ ਇੰਗਲਿਸ਼ ਲਈ ਯਾਦ ਰੱਖੋ ਇੱਕ ਹੀ ਨਾਮ ਦਾ ਵੀਜ਼ਾ ਹਬ 7347441009 ਜਿੱਥੇ ਹੈ ਐਕਸਪਰਟ ਟੀਚਿੰਗ ਸਟਾਫ 100% ਸਕਸੈਸ ਰੇਟ ਅਤੇ ਆਪਣੀ ਮਾਂ ਬੋਲੀ ਵਿੱਚ ਗੱਲ ਕਰਨ ਵਾਲਾ ਸਟਾਫ ਦਾ ਵੀਜ਼ਾ ਹਬ ਕਾਲ ਕਰੋ 7347-4741-0009 ਜਾਂ ਫਿਰ 9508-7600-6 ਤੇ ਕਾਲ ਕਰੋ ਦਾ ਵੀਜ਼ਾ ਹਬ ਤੁਹਾਡੀ ਉਡਾਨ ਦੇ ਲਈ ਤੁਹਾਡੇ ਆਪਣੇ ਖੰਭ ਸਿਡਨੀ ਵਾਲਿਓ ਤੁਸੀਂ ਸੁਣ ਰਹੇ ਹੋ ਸਿਡਨੀ ਦਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ ਰੇਡੀਓ ਹਾਂਜੀ ਸੋ ਨੰਬਰ 1 ਸਟੇਸ਼ਨ ਐਵੇਂ ਨਹੀਂ ਜੀ ਕਹਿੰਦੇ ਅਸੀਂ ਇਸੇ ਕਰਕੇ ਕਹਿੰਦੇ ਹਾਂ ਕਿਉਂਕਿ ਇੱਥੇ ਪ੍ਰੋਗਰਾਮ ਚੱਲਦਾ ਅਫਜ਼ਲ ਸਾਹਿਬ ਸਾਹਿਬ ਦਾ ਪ੍ਰੋਗਰਾਮ ਨਾਲ ਸੱਜਣ ਦੇ ਅਤੇ ਕਿੱਸਾ ਹੀਰ ਦਾ ਛੇੜਿਆ ਹੋਇਆ ਜੀ ਵਾਰਿਸ ਸ਼ਾਹ ਦੀ ਲਿਖਤ ਛੋੜੀ ਹੋਈ ਹੈ ਅਤੇ ਮਲਕੀ
ਨੇ ਜਿਹੜੀ ਹੁਣ ਤਸੱਲੀ ਦੇਣੀ ਹੈ ਗਾਂਹ ਚੱਲ ਕੇ ਰਾਂਝੇ ਨੂੰ, ਉਹ ਤੋਂ ਪਹਿਲਾਂ ਪਹਿਲਾਂ ਹਲੇ ਪਿਛਲੇ ਹੀ ਬੰਦ ਦੇ ਵਿੱਚ ਥੋੜ੍ਹੀਆਂ ਜਿਹੀਆਂ ਗੱਲਾਂ ਰਹਿ ਗਈਆਂ ਸੀਗੀਆਂ, ਆਓ ਸਾਜ ਸਾਹਿਬ ਨੂੰ ਕਰਦੇ ਹਾਂ ਇੱਕ ਵਾਰ ਫਿਰ ਤਾਂ ਆਉਂਦੇ ਹਾਂ ਜੀ ਜਨਾਬ। ਉਹ ਭਾਜੀ ਗੱਲ ਇਹ ਵੇ ਕਿ ਹੀਰ ਦੀ ਮਾਂ ਕੋਈ ਲਾਲਚਾਂ ਦੇ ਰਹੀ ਹੈ, ਪਹਿਲੇ ਤੇ ਉਹਨੂੰ ਦੱਸ ਰਹੀ ਹੈ ਕਿ ਉਹ ਮਾਰਿਆ ਗਿਆ ਪਛਤਾਵਿਆਂ ਦਾ, ਫਿਰ ਉਹਨੂੰ ਕਹਿ ਰਹੀ ਕਿ ਆ ਕੇ ਉਹਨਾਂ ਰੰਗ ਧੋ ਦੇਵੇ ਹੀਰ, ਜ਼ਰਾ ਹੀਰ ਕੁੜੀ ਉਹਨੂੰ ਸੱਜਦੀ ਹੈ ਰੰਗ ਧੋ ਦੇਵੇ ਪਲੰਗ ਦੇ ਪਾਵਿਆਂ ਦਾ। ਇਹ ਇੱਕ ਬਿਲਕੁਲ ਸੈਕਸ਼ੁਅਲ ਜਿਹੜਾ ਇਸ਼ਾਰਾ ਹੈ ਉਹਦੇ ਵਿੱਚ, ਮਤਲਬ ਉਹਦੇ ਬਾਡੀ ਪਾਵਿਆਂ ਦੀ ਰੰਗ ਵਿਖੇ ਰੰਗੀਨ ਪਾਵਿਆਂ ਵਾਲੇ ਪਲੰਗ ਹੁੰਦੇ ਸੀ, ਬਲਕਿ ਮੈਂ ਕਹਾਣੀ ਵੀ ਪੜ੍ਹੀ ਸੀ ਪਾਵਿਆਂ ਵਾਲਾ ਪਲੰਗ ਰੰਗੀਨ ਪਾਵਿਆਂ ਵਾਲਾ, ਕੌਣ ਸੀ ਉਹ ਜਗਰੂਪ ਸਿੰਘ ਦਾਤੇ ਵਾਸ ਇਹ ਕਹਾਣੀ ਇੰਡੀਆ ਦਾ ਪੰਜਾਬ ਦਾ, ਉਹ ਮੇਰੇ ਕੋਲ ਉਹਦੀ ਡੈਥ ਹੋ ਗਈ ਹੈ, ਬੜਾ ਮੈਂ ਉਹ ਕਹਾਣੀ ਨੂੰ ਟ੍ਰਾਂਸਕ੍ਰਾਈਬ ਵੀ ਕੀਤਾ ਸੀ। ਓਕੇ, ਤੇ ਹੁਣ ਪਹਿਲੇ ਜਿਹੜੇ ਪਾਵੇ ਹੁੰਦੇ ਸਨ ਨਾ ਉਹ ਬਿਲਕੁਲ ਜਿਹੜਾ ਔਰਤ ਦੀਆਂ ਛਾਤੀਆਂ ਹਾਰ ਉਹਨਾਂ ਦੀ ਸ਼ੇਪ ਹੁੰਦੀ ਸੀ, ਹੁਣ ਇੱਥੇ ਉਹ ਕੀ ਖੇਡ ਪਾਈ ਉਹਨੇ ਔਰ ਕੀ ਖਿੱਚ ਜੀ ਉਹਨੂੰ ਦੱਸੀ ਹੈ ਕਿ ਵੀ ਉਹਦੇ ਅੰਦਰ ਦੀ ਜਿਹੜੀ ਸੱਧਰ ਹੈ ਜਿਹੜੀ ਉਹਨੂੰ ਖਿੱਚ ਪਾ ਦਿੱਤੀ ਹੈ ਜਾਂ ਉਹਦੇ ਅੰਦਰ ਡਾਇਰੈਕਸ਼ਨ ਦਿੱਤੀ ਹੋਈ ਹੈ ਜਾਂ ਹੀਰ ਦੀ ਉਹਦੀ ਖਿੱਚ ਦੱਸੀ ਹੋਈ ਹੈ ਜੀ, ਕਿ ਇਹ ਇੱਕ ਇਸ਼ਾਰਾ ਬੜਾ ਬਰੀਕ ਉਹਨਾਂ ਨੇ ਕੀਤਾ ਹੈ ਕਿ ਉਸਦੇ ਇਹ ਮਲਕੀ ਇਹ ਕਹਿ ਕੇ ਹੀਰ ਕਿ ਜੋ ਹੀਰ ਸਾਦੀ ਪਈ ਹੈ ਉਹਨੂੰ ਕਿ ਉਸਦੇ ਪਲੰਗ ਦੇ ਪਾਵਿਆਂ ਦਾ ਰੰਗ ਧੋ ਦੇ, ਰਾਂਝੇ ਨੂੰ ਸੁਣਾ ਰਹੀ ਹੈ, ਉਸ ਨੂੰ ਇਸ਼ਾਰੇ ਨਾਲ ਕਹਿ ਰਹੀ ਹੈ ਜੋ ਉਸ ਨੂੰ ਇਸ ਗੱਲ ਤੇ ਇਤਰਾਜ਼ ਨਹੀਂ ਹੈਗਾ ਕਿ ਵੀ ਹੀਰ ਰਾਂਝਾ ਵੱਖੇ ਮਿਲਣ ਇਸ਼ ਕਰਨ, ਉਹ ਉੱਥੇ ਪਹਿਲੇ ਵੀ ਚਟਕਾ ਫੰਦ ਲੱਗਾ ਹੋਇਆ, ਇੱਥੇ ਵੀ ਫੰਦ ਪਾ ਦਿੱਤਾ ਦੀ ਮਾਂ ਨੇ ਵੀ, ਤੇ ਉੱਥੇ ਉੱਥੇ ਵੀ ਕਹਿੰਦੇ ਨੇ ਧੀ ਦਾ ਕੁਝ ਨਾ ਲਾ ਲੈਂਦਾ, ਇੱਥੇ ਵੀ ਉਹਨਾਂ ਨੇ ਇਹ ਗੱਲ ਇਸ਼ਾਰੇ ਚ ਸੁਣਾ ਦਿੱਤੀ ਇੱਕ ਵਾਰ ਫੇਰ ਕਹਤੀ, ਹਾਂ ਹੋਰ ਪੱਕੀ ਕਰਤੀ ਹੈ ਕਿ ਉਹ ਆਪਣੇ ਬਚਾਅ ਵਾਸਤੇ ਜਿਹੜਾ ਹਾਕਮ ਮੇਲ ਹੈ ਜਿਹੜਾ ਸਰਮਾਇਆਦਾਰ ਤਬਕਾ ਹੈ ਉਹ ਆਪਣੇ ਬਚਾਅ ਵਾਸਤੇ ਹਰ ਹਥਿਆਰ ਵਰਤਦਾ ਹੈ, ਉਹ ਆਪਣੀ ਸ਼ਾਨ ਬਾਨ ਇੱਜ਼ਤ ਵਕਾਰ ਰੀਤ ਰਿਵਾਜ ਉਹ ਹਰ ਸ਼ਾਇਦ ਦਾਅ ਤੇ ਲਾ ਦਿੱਤੇ। ਹੁਣ ਅਗਲੇ ਜਿਹੜੇ ਦੋ ਮਿਸਰੇ ਨੇ ਜੀ ਉਹਦੇ ਵਿੱਚ ਰਾਂਝੇ ਦਾ ਹਾਲ ਹੈ, ਪਹਿਲੇ ਜੇ ਉਹ ਲੱਭਦੀ ਫਿਰਦੀ ਹੈ ਪੁੱਛਦੀ ਹੈ, ਦੂਸਰੇ ਜੋ ਪਛਤਾਵੇ ਦਾ ਮਾਰਿਆ, ਫਿਰ ਤੀਸਰੇ ਜੇ ਹੀਰ ਦੀ ਸਦਰ ਨੇ ਵਿੱਚ ਦਸਾ ਦਿੱਤੀ ਹੈ, ਉਸ ਤੋਂ ਬਾਅਦ ਰਾਂਝਾ ਬੋਲਿਆ ਸਥਰੋਂ ਪੰਨ ਨਾਕੜ ਇਹ ਜੇ ਪਿਆ ਸਰਦਾਰ ਨਥਾਵਿਆਂ, ਨਥਾਵਾਂ ਜਿਹਦੀ ਕੋਈ ਥਾਂ ਨਾ ਹੋਵੇ ਨਾ। ਅੱਛਾ, ਓਕੇ ਓਕੇ, ਨਥਾਵੇਂ ਦਾ ਮਤਲਬ ਬੇਘਰ, ਨਥਾ ਨਾ ਥਾਂ, ਨਾ ਥਾਂ ਤੋਂ ਥਾਂ ਨਹੀਂ ਹੈ। ਹੁਣ ਮੈਂ ਪਹਿਲੀ ਵਾਰੀ ਲਫ਼ਜ਼ ਚਾਕ ਨਥਾਵੇਂ ਦੀ ਹੀਰੇ ਕਿਉਂ ਖੱਟ ਲਈ ਬਦਨਾਮੀ, ਇਹ ਤੁਫੈਲ ਨਿਆਜ਼ੀ ਖਾਨ ਸਾਹਿਬ ਨੇ ਗਾਇਆ। ਅੱਛਾ ਜੀ, ਓਕੇ, ਹਾਂ ਬੰਨੇ ਬੰਨੇ ਵੱਟੇ ਵੱਟੇ ਬੰਨੇ ਬੰਨੇ ਹੀਰ ਟੋਲਦਾ ਸਾਨੂੰ ਪੱਜ ਵੱਛੀਆਂ ਦਾ ਪਾਵੇ, ਹਾਏ 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 ਬੰਦ ਪੜ ਕੇ ਨਾ ਗਾਣਾ ਵੀ ਲਾਉਣਾ ਤੁਫੈਲ ਨਿਆਜ਼ੀ ਦਾ ਜੀ, ਮੈਨੂੰ ਯਾਦ ਕਰ ਲੈਂਦੇ ਉਹਦਾ ਬੋਲ ਕਿਵੇਂ ਹੈ, ਉਹ ਬਹੁਤ ਜ਼ਰੂਰੀ ਹੈ।
ਉਹ ਇੱਥੇ ਹੀ ਬਣਦਾ, ਬਲਕਿ ਸਿਚੁਏਸ਼ਨ ਦੇ ਵਿੱਚ ਹੀ ਉਹ ਬਣਦਾ ਜੀ। ਉਹ ਦਿਲਬਰ ਹਰਜਾਈ ਕਦੇ ਬੋਲੇ ਕਦੇ ਨਾ ਬੋਲੇ। ਤੁਹਾਡੀ ਆਵਾਜ਼ ਦੇ ਵਿੱਚ ਥੋੜੀ ਡਿਸਟਰੈਕਸ਼ਨ ਆ ਰਹੀ ਹੈ ਭਾਜੀ। ਹਾਂਜੀ ਹਾਂ, ਨਹੀਂ ਨਹੀਂ ਮੈਨੂੰ ਪਤਾ, ਮੇਰਾ ਮੂੰਹ ਪਰੇ ਚਲਾ ਗਿਆ ਸੀ। ਦਿਲਬਰ ਹਰਜ ਦਿਲਬਰ ਹਰਜਾਈ ਕਦੇ ਕਦੇ ਬੋਲੇ ਕਦੇ ਨਾ ਬੋਲੇ। ਚਲੋ ਮੈਂ ਦੁਬਾਰਾ ਉਹਦੇ ਵਿੱਚ ਜਾਵਾਂਗਾ ਨਾ ਜਦੋਂ ਬ੍ਰੇਕ ਤੇ, ਫਿਰ ਸੁਣਾ ਦਿੰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਜੀ। ਹਾਂ ਉਹ ਫਿਰ ਬ੍ਰੇਕ ਦੇ ਨਾਲ ਹੀ ਸੁਣਾਵਾਂਗੇ ਮਤਲਬ। ਅੱਛਾ ਚਲੋ ਖੈਰ, ਰਾਂਝਾ ਬੋਲਿਆ ਸਥਰੋਂ ਭੰਨ ਆਕੜ ਇਹ ਜੇ ਪਿਆ ਸਰਦਾਰ ਨਥਾਵਿਆਂ ਦਾ। ਤੇ ਅਗਲਾ ਮਿਸਰਾ ਕੀ ਹੈ? ਸਿਰ ਪਟੇ ਸਫਾ ਕਰ ਹੋ ਰਿਹਾ ਜਿਹਾ ਬਾਲਕ ਮੁੰਨਿਆ ਪਾਵਿਆਂ ਦਾ। ਬਾਲਕ ਨੀ ਬਾਲਕਾ, ਅੱਛਾ ਬਾਲਕ ਵੀ ਠੀਕ ਹੈ। ਬਾਲਕ ਉਹ ਸ਼ਗਿਰਦੀ ਹੁੰਦਾ ਨਾ। ਹਾਂਜੀ ਹਾਂਜੀ, ਬਾਲਕ ਜੋਗੀਆਂ ਦਾ ਜਿਹੜਾ ਬਾਲਕਾ ਹੁੰਦਾ ਨਾ, ਜੋਗੀਆਂ ਦਾ ਹਾਂਜੀ ਹਾਂਜੀ ਚੇਲਾ ਜਿਹਾ ਸ਼ਗਿਰਦ ਉਹਨੂੰ ਕਹਿੰਦੇ ਨੇ। ਓਕੇ, ਬਾਵਿਆਂ ਦਾ ਜੋਗੀਆਂ ਦਾ ਮੁੰਨਿਆ ਮਤਲਬ ਜਿਹਦੀ ਮੁੰਨੇ ਦਾ ਤੁਹਾਨੂੰ ਪਤਾ ਹੀ ਆ ਭਾਜਨ ਤੈਨੂੰ ਨਹੀਂ, ਮੇਰਾ ਨੈਚੁਰਲ ਹੈ ਜੀ। ਅੱਛਾ ਮੈਂ ਮੁੰਨਿਆ ਨਹੀਂ, ਮੇਰਾ ਰੱਬਾ ਉਹ ਮੇਰਾ ਰੱਬਾ ਨਾ ਕਰ ਯਾਰ ਨਾ ਕਰ ਇੰਜ ਤਾਂ ਨਾ ਕਰ। ਹਾਂਜੀ ਕੋਈ ਹੱਕ ਨੀ ਹੈ, ਉਹ ਕਿਸੇ ਵੇਲੇ ਵੀ ਕੱਢਿਆ ਜਾ ਸਕਦਾ ਹੈ। ਉਸਦਾ ਸਿਰ ਮਨਾ ਕੇ ਜੋਗੀਆਂ ਵਾਲਾ ਬਾਲਕਿਆਂ ਵਾਂਗ ਜੋਗੀਆਂ ਦੇ ਬਾਲਕਿਆਂ ਵਾਂਗ ਹੋ ਜਾਣਾ ਵੀ ਦੱਸਦਾ ਹੈ ਕਿ ਰਾਂਝੇ ਨੂੰ ਪਤਾ ਹੈ ਕਿ ਉਸਦਾ ਹਾਲ ਹੁਣ ਹੋ ਗਿਆ ਉਂਝ ਦਾ, ਜਿਹਨਾਂ ਦਾ ਕੋਈ ਦੇਸ਼ ਤੇ ਕੋਈ ਮੁਲਕ ਨਹੀਂ ਹੁੰਦਾ, ਜੋਗੀ ਹੁੰਦੇ ਨੇ। ਤੇ ਰਾਂਝੇ ਨੇ ਆਪਣਾ ਸਿਰ ਆਪ ਹੀ ਮਨਾਇਆ ਹੋਇਆ, ਜਿਸਦਾ ਮਤਲਬ ਹੈ ਕਿ ਉਸਨੇ ਇਹ ਰਾਹ ਆਪਣੀ ਮਰਜ਼ੀ ਨਾਲ ਫੜਿਆ ਹੋਇਆ ਜੀ ਜੀ। ਇੱਥੋਂ ਇੱਕ ਇਸ਼ਾਰਾ ਇਹ ਵੀ ਹੈ ਕਿ ਅਗਲੀ ਜਿਹੜੀ ਮੰਜ਼ਿਲ ਹੈ ਉਹ ਰਾਂਝੇ ਦੀ ਉਹ ਜੋਗ ਹੈ, ਉਹ ਹੁਣ ਉਹਨੇ ਜੋਗ ਲੈਣਾ। ਹਾਂਜੀ, ਇਹ ਡਰਾਮੇ ਦੇ ਵਿੱਚ ਇਹ ਗੱਲ ਚੱਲਦੀ ਹੈ ਨਾ। ਤੇ ਇਹ ਗੱਲ ਅੱਗੇ ਕਿਸੇ ਚ ਜਾ ਕੇ ਵਾਰਿਸ ਸ਼ਾਹ ਨੇ ਹੀਰ ਕੋਲੋਂ ਰਾਂਝੇ ਨੂੰ ਵਿਆਹ ਤੋਂ ਬਾਅਦ ਅਖਵਾਈ ਹੈ ਕਿ ਰਾਂਝਾ ਜੋਗੀ ਬਣ ਕੇ ਉਸ ਨੂੰ ਹੀਰ ਦੇ ਸਹੁਰਿਆਂ ਦੇ ਪਿੰਡ ਰੰਗਪੁਰ ਖੇੜਿਆਂ ਵਿੱਚ ਆ ਕੇ ਮਿਲੇ। ਹਾਂਜੀ, ਪਰ ਇੱਥੇ ਰਾਂਝੇ ਵਾਰਿਸ ਸ਼ਾਹ ਹੋਰਾਂ ਨੇ ਇੱਥੇ ਪਹਿਲਾਂ ਹੀ ਇੱਕ ਇਸ਼ਾਰਾ ਦੇ ਦਿੱਤਾ ਹੈ, ਮਤਲਬ ਕਿ ਰਾਂਝਾ ਜਿਹੜਾ ਮੱਝਾਂ ਚਾਰਦਾ ਚਾਰਦਾ ਉਸ ਇਸ਼ਕ ਦੇ ਵਿੱਚ ਉਹ ਜੋਗ ਦੀ ਮੰਜ਼ਿਲ ਪਾ ਰਿਹਾ, ਉਹਦੀ ਯੋਧ ਕਰ ਰਿਹਾ, ਉਹਦੀ ਮਿਹਨਤ ਕਰ ਰਿਹਾ। ਹਾਂਜੀ, ਉਸ ਰਿਆਜ਼ਤ ਵਿੱਚ ਹੈ, ਮਤਲਬ ਉਹ ਜੋਗ ਦਾ ਮਤਲਬ ਕੋਈ ਕੰਮ ਕਰਨਾ ਹੀ ਜੋਗ ਹੈ। ਮੈਂ ਵੀ ਇਹ ਜਿਹੜਾ ਰੇਡੀਓ ਹਾਂਜੀ ਤੇ ਬੈਠਾ ਵੀ ਇੱਕ ਜੋਗ ਪਾਇਆ ਹੋਇਆ ਜੀ ਜੀ। ਜਿਹੜਾ ਤੁਸੀਂ ਇਹ ਜੋਗ ਮਤਲਬ ਸਹੇੜਿਆ ਹੋਇਆ, ਹਾਂਜੀ, ਮਤਲਬ ਜੋ ਕੰਮ ਕਰਨਾ ਉਹ ਜੋਗ ਵਰਗਾ ਹੋ ਸਕਦਾ ਹਰ ਕੰਮ, ਮਤਲਬ ਕਿਸੇ ਵਧੀਆ ਮਤਲਬ ਲਈ ਕਿਸੇ ਨਿਰੋਲ ਮਕਸਦ ਵਾਸਤੇ ਕੰਮ ਕਰਨਾ ਜੋਗ ਹੁੰਦਾ। ਜੋਗ ਹੋ ਗਿਆ, ਠੀਕ ਹੋ ਗਿਆ, ਮਤਲਬ ਆਪਣੇ ਆਪ ਨੂੰ ਨਵਿਆਂ ਕਰਨਾ, ਆਪਣੇ ਆਪ ਨੂੰ ਸਾਫ ਕਰਨਾ, ਆਪਣੇ ਆਪ ਨੂੰ ਸਿਰਜਣਾ ਵਿੱਚੋਂ ਉਹ ਹੀ ਯੋਗ ਹੁੰਦਾ। ਹਾਂਜੀ,
ਆਪਣੇ ਆਪ ਦੇ ਵਿੱਚੋਂ ਨਿਤਾਰਾ ਕਰਨਾ ਆਪਣਾ, ਇਹੀ ਯੋਗ ਹੈ। ਹੁਣ ਰਾਂਝੇ ਦਾ ਜਿਹੜਾ ਜ਼ਮੀਨ ਭਾਂਡੇ ਮਾਲਕੀ ਸਾਰਾ ਕੁਝ ਛੱਡ ਕੇ ਨਵੀਂ ਜ਼ਿੰਦਗੀ ਦੀ ਜਿਹੜੀ ਉਹਨੇ ਸਿਰਜਣਾ ਕੀਤੀ ਹੈ, ਹਾਂਜੀ, ਔਰ ਉਹਦੇ ਲਈ ਉਹ ਮੱਝਾਂ ਚਾਰਨ ਦਾ ਕੰਮ ਕੀਤਾ ਹੈ, ਇਹ ਵੀ ਉਹਨੇ ਇਸ ਯੋਗ ਹੀ ਤੇ ਲਿਆ। ਮੈਂ ਇੱਥੇ ਜਾਣ ਲੱਗਿਆ ਸੀਗਾ, 12 ਸਾਲ ਮੱਝਾਂ ਚਾਰਨੀਆਂ ਵੀ ਯੋਗ ਹੀ ਰਿਹਾ। ਅੱਗੇ ਜਾ ਕੇ ਇਹ ਗੱਲ ਹੋਰ ਵੀ ਯੋਗ ਦੀ ਜਿਹੜੀ ਗੱਲ ਹੈਗੀ, ਜਿਹੜੇ ਉਹ ਬਾਲਨਾਥ ਜੋਗੀ ਕੋਲ ਜਾਂਦਾ ਹੈ, ਹਾਂਜੀ ਹਾਂਜੀ, ਉੱਥੇ ਇਹ ਗੱਲ ਹੋਰ ਨਿਤਰ ਜਾਏਗੀ ਜਿਹੜੇ ਕੰਨ ਪੜਾਉਣੇ ਆ। ਪਰ ਬੜਾ ਇੱਕ ਵਲਾਵਾਂ ਜਿਹਾ ਪਿਆ ਹੋਇਆ ਜਿਹੜਾ, ਵਾਰਿਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਰ, ਉੱਭੇ ਸਾਹ ਭਰਦਾ ਮਾਰਾ ਹਾਵਿਆਂ ਦਾ। ਵਾਰਿਸ ਸ਼ਾਹ ਸਾਨੂੰ ਦੱਸਦੇ ਨੇ ਕਿ ਹੀਰ ਰਾਂਝਾ ਹੀਰ ਦੀ ਮਾਂ ਦੇ ਜਵਾਬ ਵਿੱਚ ਇਵੇਂ ਉੱਭੇ ਸਾਹ ਭਰ ਰਿਹਾ, ਲੈ ਰਿਹਾ ਜਿਵੇਂ ਚੋਰ ਨੱਸ ਰਿਹਾ ਹੋਵੇ ਤੇ ਉਸਨੂੰ ਫੜਨ ਵਾਲਾ ਜਥਾ ਉਹਦੇ ਪਿੱਛੇ ਹੋਵੇ ਔਰ ਉਹਨੂੰ ਨੱਪ ਲਵੇ ਆ ਕੇ। ਗੱਲ ਇਹ ਜੋ ਰਾਂਝੇ ਦੀ ਚੋਰੀ ਇਹ ਹੈ ਜੋ ਉਹ ਕੰਮ ਤੋਂ ਨੱਸਿਆ ਹੋਇਆ ਸੀ ਤੇ ਹੀਰ ਦੀ ਮਾਂ ਨੇ ਉਸਨੂੰ ਆ ਕੇ ਨੱਸਣ ਤੋਂ ਰੋਕ ਲਿਆ, ਜਾਂ ਰਾਂਝੇ ਦੀ ਚੋਰੀ ਇਹ ਹੈ ਜੋ ਹੀਰ ਤੋਂ ਵੱਖਰਾ ਹੋ ਕੇ ਨਹੀਂ ਜੀ ਸਕਦਾ ਤੇ ਹੀਰ ਦੀ ਮਾਂ ਨੇ ਆ ਕੇ ਉਸ ਦੀ ਇਸ ਚੋਰੀ ਨੂੰ ਫੜ ਕੇ ਫਿਰ ਆਪਣਾ ਕਾਮਾ ਬਣਾ ਲਿਆ। ਹੁਣ ਰਾਂਝੇ ਦੇ ਜਿਹੜੇ ਉਭੇ ਸਾਹ ਤੋਂ ਇਹ ਵੀ ਜ਼ਾਹਰ ਹੁੰਦਾ ਜੋ ਉਸਨੂੰ ਅਖੀਰ ਦਾ ਪਤਾ ਹੈ, ਉਹਨੂੰ ਇਹ ਵੀ ਪਤਾ ਕਿ ਹੀਰ ਦੀ ਮਾਂ ਦੇ ਲਾਰੇ ਝੂਠੇ ਨੇ ਤੇ ਉਸਨੂੰ ਖਾਲੀ ਹੱਥੀ ਰੱਖਣਾ ਰੱਖਿਆ ਜਾਣਾ, ਇਹੀ ਉਹਦੇ ਨਾਲ ਹੋਣਾ। ਇਸ ਗੱਲ ਦਾ ਇਲਮ ਹੈ ਰਾਂਝੇ ਨੂੰ, ਰਾਂਝਾ ਕਾਹਦਾ ਯੋਗ ਕਾਹਦਾ ਭਾਜੀ, 12 ਸਾਲ ਤੈਨੂੰ ਬੰਦਾ ਨੀ ਵੇਖ ਲੇ, ਫਿਰ ਨਵੀਂ ਸਿਰਜਣਾ ਕੀ ਹੁੰਦੀ ਹੈ? ਅਸਲ ਤੇ ਕਿੱਸਾ ਵਾਰਿਸ ਸ਼ਾਹ ਨੇ ਲਿਖਿਆ ਭਾਈ, ਉਹ ਵਾਰਿਸ ਸ਼ਾਹ ਕੁਛ ਛੋਟੇ ਗੁਰੂਆਂ ਦਾ ਗੁਰੂ ਹੈ, ਉਹ ਸਾਡੇ ਵਰਗਿਆਂ ਨੂੰ ਤੇ ਉਂਝ ਘੁਮਾ ਘੁਮਾ ਕੇ ਮਾਰੇ, ਜਿਹੜੇ ਕਹਿੰਦੇ ਵੀ ਤੁਸੀਂ ਇਹਦੇ ਚ ਕੱਢ ਖਮ ਮੈਂ ਮਤਲਬ ਤੇ ਦੱਸ ਦੋ ਸਾਨੂੰ ਕਰਕੇ। ਹੈ ਵਾਰਿਸ ਸ਼ਾਹ ਤੇ ਸਾਡੀਆਂ ਵੀ ਤੇ ਅਜ਼ਮਾਇਸ਼ਾਂ ਕਰਦਾ, ਉਹ ਇੰਨਾ ਬਰੀਕ ਹੈ। ਤੋਬਾ ਤੋਬਾ। ਹੁਣ ਅੱਗੋਂ ਅੱਗੋਂ ਹੁਣ ਜਨਾਬ ਨੇ ਜਿਹੜਾ ਬੰਦ ਸੁਣਾ ਦਿੱਤਾ ਥੋੜਾ ਜਿਹਾ, ਹੁਣ ਆਪ ਹੀ ਸੁਣਾਓ ਖਾਂਦਰਾ ਅਗਲਾ ਬੰਦ ਜਿਹੜਾ ਮਲਕੀ ਦਾ ਰਾਂਝੇ ਨੂੰ ਤਸੱਲੀ ਦੇਣਾ। ਓਕੇ, ਸੋ ਕਹਿੰਦੀ ਹੈ ਕਿ ਮਲਕੀ ਆਖਦੀ ਲੜਿਓ ਜੇ ਨਾਲ ਚੂਚਕ, ਕੋਈ ਸਖਨ ਨਾ ਜਿਉ ਤੇ ਲਿਆ ਬਣਾਈ, ਸਖਨ ਨੀ ਸੁਖਨ, ਸੁਖਨ ਅੱਛਾ ਸੁਖਨ ਹੈ ਗੱਲ, ਠੀਕ ਹੈ। ਉਹ ਭਾਜੀ ਏਦਾਂ ਥੋੜਾ ਜਿਹਾ ਨਾ ਫਰਕ ਹੋਊਗਾ ਜਿਹੜੀ ਗੁਰਮੁਖੀ ਦੇ ਵਿੱਚ ਜਿਹੜਾ ਮੈਂ ਪੜ੍ਹ ਰਿਹਾ, ਤੇ ਮਲਕੀ ਆਖਦੀ ਲੜਿਓ ਜੇ ਨਾਲ ਚੂਚਕ। ਨਹੀਂ 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 ਮੈਂ 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 ਪੜਦਾ ਇਹ ਨਹੀਂ 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 ਮੈਂ ਹੀ ਪੜਦਾ ਇਸ ਤੋਂ ਪਹਿਲੇ ਕਿ ਉਹ ਕਿੰਨੇ ਮੈਂ ਪੁੱਠ ਸਿੱਧੇ ਕਰਦੇ ਫਿਰੀਏ, ਅਸੀਂ ਇੱਕ ਵਾਰੀ ਪੜ ਲਏ। ਹਾਂ ਸਹੀ ਗੱਲ ਹੈ, ਮਲਕੀ ਆਖਦੀ ਲੜਿਓ ਜੇ ਨਾਲ ਚੂਚਕ, ਕੋਈ ਸੁਖ ਨਾ ਜੀਉ ਤੇ ਲਿਆਉਣਾ, ਕਿਹਾ ਮਾਪਿਆਂ ਪੁੱਤਰਾਂ ਲੜਨ ਹੁੰਦਾ, ਤੁਸਾਂ ਖੱਟਣਾ ਤੇ ਅਸਾਂ ਖਾਉਣਾ, ਆਇਆ ਹੈ ਹਾਏ 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 ਕੀ ਯਾਰ ਉਹਨੇ ਕੀ ਕੀਤਾ। ਮਲਕੀ ਆਖਦੀ ਲੜਿਓ ਜੇ ਨਾਲ ਚੂਚਕ, ਮਤਲਬ ਲੜਾਈ ਹੁਣ ਚੂਚਕ ਤੇ ਪਾਤੀ, ਆਪਣੇ ਆਪਣੇ ਘਰ ਵਾਲੇ ਨਾਲ ਵੀ ਨਹੀਂ, ਉਹਨੂੰ ਵੀ ਬਚਾ ਕਰ ਰਹੀ, ਉਹਨੂੰ ਵੀ ਡਿਫੈਂਡ ਕਰ ਰਹੀ ਹੈ। ਡਿਫੈਂਡ ਕੀ ਕਰਦੀ ਹੈ? ਉਹ ਕੋਈ ਸੁਖਨ ਨਾ ਜੀਉ ਤੇ ਲਿਆਉਣਾ, ਕਿ ਉਹ ਤਾਂ ਤੇਰੇ ਪਿਓ ਵਰਗਾ ਹੈ। ਮਲਕੀ ਆਖਦੀ ਲੜਿਓ ਜੇ ਨਾਲ ਚੂਚਕ, ਕੋਈ ਸੁਖਨ ਨਾ ਜੀ ਤੇ ਜੀਉ ਤੇ ਲਿਆਉਣਾ,
ਕਿਹਾ ਮਾਪਿਆਂ ਪੁੱਤਰਾਂ ਲੜਨ ਹੁੰਦਾ, ਤੁਸਾਂ ਖੱਟਣਾ ਤੇ ਅਸਾਂ ਖਾਵਣਾ, ਅਸਾਂ ਖਾਣਾ ਹੀ। ਛੇੜ ਮਾਲ ਦੇ ਨਾਲ ਮੈਂ ਘੋਲ ਕੱਤੀ, ਸ਼ਾਮੋ ਸ਼ਾਮ ਰਾਤੀ ਘਰੀ ਆਵਣਾ ਈ, ਤੂੰ ਹੀ ਚੋਏ ਕੇ ਦੁੱਧ ਜਮਾਵਣਾ ਈ, ਤੂੰ ਹੀ ਹੀਰ ਦਾ ਪਲੰਗ ਵਿਛਾਵਣਾ ਈ। ਟਾਫੀਆਂ ਕੁੜੀ ਕੱਲ ਦੀ ਤੇਰੇ ਤੋਂ ਰੁੱਸ ਬੈਠੀ, ਤੂੰ ਹੀ ਉਸ ਨੂੰ ਆਮ ਨਾਵਣਾ ਈ। ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਨਾਲੇ ਘੂਰਨਾ ਤੇ ਨਾਲੇ ਕਾਮ। ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਨਾਲੇ ਕੂਰਨਾ ਤੇ ਨਾਲੇ ਖਾਵਣਾ ਈ। ਹਾਏ ਮੰਗੂ ਛੇੜ ਕੇ ਚੱਲ ਵਿੱਚ ਮੀਆਂ ਵਾਰਸ, ਅਸਾਂ ਤਖ਼ਤ ਹਜ਼ਾਰੇ ਨੂੰ ਜਾਵਣੇ। ਹਾਏ ਹਾਏ ਹਾਏ, ਉਹ ਮੈਨੂੰ ਨਸ਼ਾ ਲੈ ਲੈਂਦੇ, ਉਹ ਮੈਨੂੰ ਨਸ਼ਾ ਲੈ ਲੈਂਦੇ ਇਸ ਗੱਲ ਦਾ। ਉਹ ਮੇਰੇ ਰੱਬਾ, ਉਹ ਮੇਰੇ ਰੱਬਾ, ਉਹ ਮੇਰੇ ਰੱਬਾ, ਕੀ ਯਾਰ ਇਹਦੇ ਮਤਲਬ ਕੱਢੀਏ, ਕੀ ਇਹਦੇ ਮਿਹਨੇ ਚ ਜਾਈਏ, ਮੈਂ ਤੇ ਵੀ ਤੋਬਾ ਤੋਬਾ। ਓਏ ਹੋਏ ਹੋਏ, ਇੰਨੇ ਇਨਕਰੀਮੈਂਟ ਦੇ ਤੇ, ਇੰਨੇ ਲਾਲਚ ਦੇ ਤੇ ਵੀ ਬੰਦਾ ਜਾਵੇ ਹੀ ਨਾ ਕਿਤੇ। ਹੈ ਦੇ ਦੇਖਦੇ ਸਹੀ ਭਾਜੀ ਕੀ ਉਹ ਕਹਿ ਕੀ ਰਿਹਾ। ਨਹੀਂ ਇਹ ਹੁਣ ਫਿਕਰ ਪੈ ਗਿਆ ਜੀ, ਵੀ ਰਾਂਝਾ ਭੱਜ ਲੂ, ਰਾਂਝਾ ਭੱਜ ਲੂ। ਦੇਖਦੇ ਸਹੀ ਉਹ ਕੀ ਉਹਨੇ ਕਿਹਾ, ਉਹਨੇ ਹੁਣ ਉਹਦੀ ਮਲਕੀ ਆਖਦੀ, ਉਹ ਲੜਿਓ ਜੇ ਨਾਲ ਚੂਚਕ, ਕੋਈ ਸੁਖ ਨਾ ਜੀਵ ਤੇ ਲਿਆ, ਕੋਈ ਗੱਲ ਨਾ ਦਿਲ ਤੇ ਲਾਈ, ਕੋਈ ਦਿਲ ਦੇ ਨਾ ਲਾਈ। ਕਿਹਾ ਮਾਪਿਆਂ ਪੁੱਤਰਾਂ ਲੜਨ ਹੁੰਦਾ, ਤੁਸਾਂ ਖੱਟਣਾ ਤੇ ਅਸਾਂ ਖਾਵਣਾ। ਹੁਣ ਹੀਰ ਦੀ ਮੈਂ ਸਿੱਧਾ ਸਿੱਧਾ ਮਤਲਬ ਦੱਸਦਾ। ਹਾਂਜੀ, ਕਿ ਹੀਰ ਦੀ ਮਾਂ ਮਲਕੀ ਜਿਹੜੀ ਹੈ ਉਹ ਰਾਂਝੇ ਨੂੰ ਜਾ ਕੇ ਕਹਿੰਦੀ ਹੈ, ਜੇ ਤੂੰ ਚੂਚਕ ਨਾਲ ਲੜਿਆ ਸੀ ਕੋਈ ਗੱਲ ਨੀ, ਦਿਲ ਚ ਇਹਦਾ ਨਾ ਹਿਰਖ ਨਾ ਰੱਖੀ, ਕੋਈ ਸੁਖ ਨਾ ਜੀਵ ਤੇ ਲਿਆਵਣੇ। ਆਪਣੇ ਦਿਲ ਤੇ, ਜੀਵ ਮਤਲਬ ਦਿਲ ਹੈ, ਸੁਖਨ ਦਾ ਮਤਲਬ ਕੋਈ ਬੋਲ ਹੈ, ਗੱਲ ਹੈ, ਉਹ ਨਾ ਲਿਆਵੀ। ਤੇ ਸੁਖਨ ਦਾ ਅਸੀਂ ਸੁਖਨ ਵੱਲਾ ਬੋਲਿਆ, ਸੁਖਨ ਮਹਿਣਾ ਮਹਿਣੇ ਨੀ ਹੁੰਦੇ, ਸੁਖਨ ਤੇ ਬੜੇ ਮਹਿਣੇ ਨੇ। ਸੁਖਨ ਸ਼ਾਇਰੀ ਨੀ ਵੀ ਕਹਿੰਦੇ ਨੇ, ਸੁਖਨ ਵਾਰ ਸ਼ਾਇਰ ਨੂੰ ਕਹਿੰਦੇ। ਅਸੀਂ ਦੋਵੇਂ ਆਪਸ ਚ ਸੁਖਨ ਪੈ ਕਰਦੇ ਹਾਂ। ਹਾਂਜੀ, ਤੇ ਸੁਖਨ ਦੀਆਂ ਕਈ ਪਰਤਾਂ ਨੇ, ਕਈ ਸ਼ਕਲਾਂ ਨੇ, ਕਈ ਐਕਸਪ੍ਰੈਸ਼ਨ ਨੇ। ਸੁਖਨ ਇੱਥੇ ਮਹਿਣਾ ਬਣਿਆ ਹੋਇਆ, ਓਕੇ, ਇੱਥੇ ਇਲਜ਼ਾਮ ਵੀ ਬਣਿਆ ਹੋਇਆ ਜਿਹੜਾ ਉਹਦੇ ਤੇ ਲੱਗਾ ਸੀ ਰਾਂਝੇ ਤੇ, ਜਿਹੜਾ ਚੂਚਕ ਨੇ ਲਾਇਆ ਸੀ ਜੀ ਜੀ ਜੀ, ਕਿ ਤੂੰ ਸਾਡੀ ਧੀ ਨਾਲ ਖਰਾਬ ਹੋਇਆ ਫਿਰਦਾ। ਤੇ ਇੱਥੇ ਹੁਣ ਉਹ ਮੰਨੀ ਵੀ ਬੈਠੇ ਨੇ ਕਿ ਚੱਲ ਹੋ ਜਾ, ਤੂੰ ਨਹੀਂ ਖਰਾਬ ਹੋਏਗਾ ਤੇ ਅਸੀਂ ਸਾਰਾ ਸਾਡੀ ਚੌਧਰ ਖਰਾਬ ਹੋ ਜਾਂਦੀ, ਸਾਡੀ ਚੌਧਰ ਖਰਾਬ ਹੋ ਜਾਣੀ ਹੈ, ਸਾਡਾ ਪੈਸੇ ਧੇਲੇ ਦਾ ਪਵਾੜਾ ਪੈ ਗਿਆ ਨਾ ਭਾਈ, ਐਡਾ ਵੱਡਾ 500 ਮੱਝਾਂ ਨੀ ਚਰਨ ਡਈਆਂ, ਤੇ 500 ਮੱਝਾਂ ਕਿਵੇਂ, 200 ਮੱਝਾਂ 300 ਮੱਝਾਂ ਹੋਣ ਤੇ ਕਿਵੇਂ ਚਾਰਨੀਆਂ ਨੇ। ਹਾਂ ਠੀਕ ਹੈ, ਇੱਕ ਬੰਦੇ ਨੇ ਕੰਮ ਸਾਰਿਆ ਹੋਇਆ ਬਗੈਰ ਕਿਸੇ ਪੈਸੇ ਤੋਂ, ਉੱਤੋਂ 12 ਸਾਲਾਂ ਦਾ ਹਿਸਾਬ ਵੀ ਕੋਈ ਨੀ, ਪੈਸਾ ਵੀ ਕੋਈ ਨੀ ਦਿੱਤਾ, ਪੈਸਾ ਵੀ ਕੋਈ ਨੀ ਦਿੱਤਾ, ਪਤਾ ਤਾਂ ਲੱਗ ਗਿਆ। ਇਹ ਇੰਜੀ ਇਹ ਇੰਜ ਕਿਸੇ ਨਖੱਟੂ ਦੀ ਜੀ ਵੇਲੜ ਦੀ ਭਾਈ, ਉਹ ਤੋਂ ਬਿਨਾਂ ਤੇ ਮੱਝਾਂ ਹੀ ਨੀ ਚਰਨ ਡਈਆਂ, ਉਹ ਲੱਗ ਗਈਆਂ ਉਹਦੀ ਵੰਜਲੀ ਤੇ। ਤੇ ਸੋ ਕਿਹਾ ਮਾਪਿਆਂ ਪੁੱਤਰਾਂ ਲੜਨ ਹੁੰਦਾ, ਤੁਸਾਂ ਖੱਟਣਾ ਅਸੀਂ ਖਾਣਾ ਹੀ, ਤੁਸਾਂ ਕੱਢਣਾ ਤੇ ਅਸਾਂ ਖਾਵਣਾ ਹੀ। ਤੇ ਉਹ
ਕਿਹਾ ਮਤਲਬ ਇਸ ਲਈ ਜੋ ਮਾਪਿਆਂ ਤੇ ਔਲਾਦ ਦੇ ਵਿਚਕਾਰ ਕੋਈ ਲੜਾਈ ਨੀ ਹੁੰਦੀ ਅਸਲ ਚ, ਤੁਸੀਂ ਔਲਾਦ ਹੋ ਸਾਡੀ ਤੇ ਤੁਸੀਂ ਜੋ ਕਮਾਉਣਾ ਉਹ ਅਸੀਂ ਖਾਣਾ। ਛੇੜ ਮਾਲ ਦੇ ਨਾਲ ਮੈਂ ਘੋਲ ਕੱਤੀ ਸ਼ਾਮੋ ਸ਼ਾਮ ਰਾਤੀ ਘਰੀ ਆਵਣਾ ਤੇ ਤੂੰ ਹੁਣ ਮੱਝਾਂ ਲੈ ਕੇ ਟੁਰ ਜਾ ਤੇ ਮੈਂ ਤੇਰੇ ਕੁਰਬਾਨ ਜਾਵਾਂ। ਘੋਲ ਕੱਤੀ ਤਾਂ ਮਤਲਬ ਕੁਰਬਾਨ ਹੋਵਾਂ ਤੇ ਸ਼ਾਮਿਓ ਸ਼ਾਮੀ ਤੂੰ ਨਾ ਘਰ ਆ ਜੀ, ਠੀਕ ਹੈ, ਤੇ ਤੂੰ ਹੀ ਚੋ ਕੇ ਚੋਵਣ ਚੋਏ ਕੇ ਦੁੱਧ ਜਮਾਉਣਾ ਈ, ਤੂੰ ਹੀ ਮੀਰ ਦਾ ਪਲੰਗ ਵਿਛਾਉਣਾ, ਤੂੰ ਹੀ ਦੁੱਧ ਚੋ ਕੇ ਜਮਾਉਣਾ ਤੇ ਤਹੀਏ ਦਾ ਪਲੰਗ ਵੀ ਤੂੰ ਹੀ ਵਿਛਾਉਣਾ, ਰਾਤ ਤੱਕ ਦੇ ਕੰਮ ਵੀ ਗਿਣਾਤੇ। ਕੁੜੀ ਕੱਲ ਦੀ ਤੇਰੇ ਤੋਂ ਰੁੱਸ ਬੈਠੀ, ਤੂੰ ਉਸ ਨੂੰ ਆ ਮਨਾਵਣਾ ਈ ਯਾਰ ਮੇਰੇ ਰੱਬਾ, ਹੋਏ ਮੇਰੇ ਰੱਬਾ, ਠੀਕ ਹੈ, ਹੁਣ ਉਹ ਵੀ ਈਦ ਨੂੰ ਮਨਾਉਣਾ ਵੀ ਤੂੰ ਰੁੱਸੀ ਹੋਈ ਹੈ ਤੇਰੇ ਤੋਂ ਆ ਕੇ ਮਨਾ ਲੈ, ਤੂੰ ਹੀ ਮਨਾਉਣਾ। ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਮੱਝਾਂ ਮੰਗੂ ਮੱਝਾਂ ਡੰਗਰ ਨੂੰ ਕਹਿੰਦੇ, ਇਹਨਾਂ ਮੱਝਾਂ ਨੂੰ ਮੰਗੂ, ਮਾਲ ਜਿਹੜਾ ਸਾਰਾ ਜਿੰਨਾ ਵੀ ਮਾਲ ਹੈ ਡੰਗਰ, ਮਾਲ ਡੰਗਰ ਅਸੀਂ ਮਾਲ ਹੀ ਕਹਿੰਦੇ ਹਾਂ, ਮਾਲ ਛੱਡਿਆ ਹੋਇਆ ਖੇਤਾਂ ਚ, ਕਿਉਂਕਿ ਉਹ ਪਹਿਲੇ ਪੰਜਾਬ ਦੇ ਵਿੱਚ ਅਸਲ ਮਾਲ ਪਸ਼ੂ ਹੀ ਸਨ ਬੰਦਿਆਂ ਦਾ। ਜੀ 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 ਬਿਲਕੁਲ, ਐਵੇਂ ਤੁਰਦੇ ਹਾਂ ਵੀ ਭਾਈ ਕੀ ਮਾਲ ਕਿੰਨਾ ਕੁ ਹੈ, ਉਹ ਕਹਿੰਦਾ ਦੋ ਮੱਝਾਂ ਨੇ, ਇੱਕ ਕੱਟੀ ਹੈ, ਤਿੰਨ ਬੱਕਰੀਆਂ ਨੇ, ਇਹ ਕਹਿੰਦਾ ਹੁੰਦਾ। ਆਮ ਕਿਸੇ ਜੱਟ ਕੋ ਪੁੱਛੋ ਨਾ, ਕਹਿੰਦਾ ਮਾਲ ਕਿੰਨਾ ਜਾਇਦਾਦ ਹੈ ਅਸਲੀ, ਉਹਨੂੰ ਮਾਲ ਕਹਿੰਦੇ। ਹਾਂ ਅਸਲ ਮਾਲਕੀਆਂ ਪੰਜਾਬ ਦੇ ਵਿੱਚ ਇਹ ਪਸ਼ੂਆਂ ਡੰਗਰਾਂ ਦੀਆਂ ਹੀ ਸਨ। ਤੇ ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਨਾਲੇ ਕੂਰਨਾ ਤੇ ਨਾਲੇ ਕਾਮਣਾ ਹੀ, ਤੇ ਮਤਲਬ ਮੱਝਾਂ ਵੀ ਮਾਲ ਡੰਗਰ ਵੀ ਇਹ ਸਿਆਲ ਵੀ ਹੀਰ, ਸਿਆਲਾਂ ਦਾ ਕਬੀਲਾ ਵੀ ਤੇ ਹੀਰ ਵੀ ਸਭ ਤੇਰੇ ਨੇ, ਤੂੰ ਘੂਰ ਕੇ ਰਹਿ ਤੇ ਆਕੜ ਕੇ ਰਹਿ ਤੇ ਖਾ ਮੱਝਾਂ ਕਰ ਮੌਜਾਂ ਕਰ। ਮੰਗੂ ਛੇੜ ਕੇ ਚੱਲ ਦੇ ਵਿੱਚ ਮੀਆਂ ਵਾਰਿਸ ਆ, ਮੀਆਂ ਵਾਰਿਸ ਅਸਾਂ ਤਖ਼ਤ ਹਜ਼ਾਰੇ ਨੂੰ ਜਾਵਣਾ, ਮੱਝਾਂ ਨੂੰ ਵੇਲੇ ਵਿੱਚ ਚਰਨ ਲਈ ਛੱਡ ਕੇ ਤੂੰ ਦਿਲ ਵਿੱਚ ਆਪਣੇ ਗਰਾਂ ਤਖ਼ਤ ਹਜ਼ਾਰੇ ਦੇ ਖਾਬ ਵੇਖੀ, ਇਹ ਹੁਣ ਉਹਨੂੰ ਕਿਹਾ ਜਾ ਰਿਹਾ। ਹੁਣ ਕਿੰਨੀਆਂ ਇਸ ਬੰਦ ਵਿੱਚ ਤਹਿਵਾਂ ਲੱਗੀਆਂ ਹੋਈਆਂ ਨੇ। ਹਾਂਜੀ, ਹੁਣ ਇਹ ਇੱਕ ਤਾਂ ਚਲੋ ਇਹ ਡਰਾਮਾ ਆ, ਡਰਾਮੇ ਦੇ ਵਿੱਚ ਨਾਟਕ, ਨਾਟਕ ਦੇ ਡਾਇਲੋਗ ਨੇ, ਕਰੈਕਟਰਸ ਨੇ, ਬੜੇ ਘੜ ਘੜ ਕੇ ਵਾਰਿਸ਼ਾਂ ਨੇ ਇੱਕ ਲਾਈਨ ਤੇ ਲਿਖੀ ਹੈ। ਹੁਣ ਹੀਰ ਦੀ ਮਾਂ ਪਿੰਡ ਦਾ ਜਿਹੜਾ ਸਰਦਾਰ ਹੈ, ਚੌਧਰੀ ਹੈ, ਚੂਚਕ ਹੈ, ਉਹਦੀ ਕਾਰ ਵਾਲੀ ਹੈ, ਉਹ ਆਪਣੇ ਖਸਮ ਦੇ ਖਾਵਨ ਦੇ ਜਾਂ ਕਹਿਣ ਤੇ ਆਪਣੀ ਲੋੜ ਪੂਰੀ ਕਰਨ ਲਈ ਸਿੱਧੀ ਸਿੱਧੀ ਉਹ ਪੰਜਾਬੀ ਚ ਕਹਿੰਦੇ ਫਫੇ ਕੁੱਟਣੀ ਬਣੀ, ਇਹ ਫਫੇ ਕੁੱਟਣੀ ਜਾਣਦੀ ਹੈ ਜੋ ਉਸ ਦੇ ਸ਼ਿਕਾਰ ਦੀ ਕੀ ਕਮਜ਼ੋਰੀ ਹੈ ਤੇ ਉਸਨੂੰ ਕਿਵੇਂ ਚੋਗਾ ਕੀ ਲਾਲਚ ਦੇਵਾਂ, ਚੋਗਾ ਪਾਉਣਾ, ਇਹ ਪੂਰਾ ਬੰਦ ਚੋਗਾ ਹੀ ਆ। ਭਾਜੀ ਉਹਦੇ ਵਿੱਚ ਕੀ ਕੀ ਉਹਨੇ ਕਹਿ ਛੜਿਆ ਜੇ, ਹਾਂਜੀ, ਉਹਨੇ ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਤੂੰ ਹੀ ਉਸਨੂੰ ਮਨਾਉਣਾ, ਉਹਦਾ ਪਲੰਗ ਵਿਛਾਉਣਾ ਹੈ, ਨਾਲੇ ਘੂਰਨਾ ਨਾਲੇ ਖਾਣਾ ਹੈ, ਹੈਂ ਬਾ ਕੀ ਕਿਹਾ ਜੇ। ਅਸੀਂ ਤੇ ਐਵੇਂ ਹੀ ਇੱਕ ਮਿਸਰੇ ਦੇ ਉੱਤੇ ਕਮਲੇ ਹੋਏ ਸੀ ਕਿ ਯਾਰ ਇਹ ਗੱਲ ਹੋ ਸਕਦੀ ਕੀ ਕਹਿਤੀ, ਹਾਂ ਪਰ ਤੁਸੀਂ ਅੰਦਾਜ਼ਾ ਨਹੀਂ, ਗਰਜ਼ ਹੈ ਵਾਰਿਸ਼ਾ, ਇਹ ਗਰਜ਼ ਹੈ ਬਹੁਤ। ਹੀਰ ਦੀ ਮਾਂ ਨੇ ਆਪਣੇ
ਬੰਦੇ ਨੂੰ ਪਹਿਲੇ ਚੁੱਕਿਆ ਸੀ ਰਾਂਝੇ ਦੇ ਖਿਲਾਫ਼, ਜੇ ਪਿੰਡ ਚ ਬਦਨਾਮੀ ਹੋ ਰਹੀ ਹੈ ਤੇ ਉਹ ਰਾਂਝੇ ਨੂੰ ਨੌਕਰੀ ਤੋਂ ਜਵਾਬ ਦੇ ਦੇਵੇ, ਤੇ ਉਹਨੂੰ ਬੜਾ ਆਕੜ ਚੜੀ ਹੋਈ ਸੀ ਆਪਣੀ ਚਧਰਾ ਦੀ, ਉਸਨੇ ਬਿਨਾਂ ਇਸ ਸੋਚਦੇ ਕਿ ਕੱਲ ਨੂੰ ਉਹਦੇ ਇਕਨੋਮਿਕ ਰਿਜ਼ਲਟ ਕੀ ਨਿਕਲਣੇ ਆ, ਉਹਨੇ ਜਵਾਬ ਦੇ ਦਿੱਤਾ ਆਪਣੇ ਹੰਕਾਰ ਦੇ ਵਿੱਚ, ਆਪਣੇ ਕ੍ਰੋਧ ਚ। ਆਮ ਲੋਕਾਂ ਦੀ ਆਮ ਕਾਮਿਆਂ ਦੇ ਖਿਲਾਫ਼ ਲੋਕੀ ਏਦਾਂ ਫੈਸਲੇ ਕਰਦੇ ਨੇ ਨਾ, ਅਜਾ ਨਸ ਜਾ ਚੱਲ ਦੌੜ ਜਾ ਇੱਥੋਂ, ਠੀਕ ਹੈ ਨਾ। ਹੁਣ ਉਹੀ ਬਾਅਦ ਵਾਰੀ ਉਹਨਾਂ ਦੇ ਗੱਲ ਪੈ ਜਾਂਦੇ ਨੇ ਉਹੀ ਫੈਸਲੇ, ਉਹਨਾਂ ਨੂੰ ਇਹ ਨੀ ਪਤਾ ਹੁੰਦਾ ਬਾਅਦ ਵਾਰੀ ਕਿ ਇਹ ਜਿਹੜੀ ਉਹਨਾਂ ਦੀ ਆਕੜ ਹੈ, ਜਿਹੜੀ ਉਹਨਾਂ ਦੀ ਦੌਲਤ ਹੈ, ਉਹਨਾਂ ਦਾ ਜਿਹੜਾ ਐਸ਼ ਆਰਾਮ ਹੈ, ਜਾਂ ਉਹਨਾਂ ਦੀ ਜਿਹੜੀ ਚੌਧਰ ਹੈ, ਉਹ ਕਾਮਿਆਂ ਦੀ ਮਿਹਨਤ ਉੱਤੇ ਤੇ ਕਾਇਮ ਹੋਈ ਹੈ। ਹਾਂਜੀ, ਕੰਮ ਕਰਦੇ ਨੇ ਤਾਂ ਇਹ ਪੈਸੇ ਆਉਂਦੇ ਨੇ ਇਹਨਾਂ ਕੋਲ। ਉਹ ਸਮਝਦੇ ਨੇ ਕਿ ਉਹਨਾਂ ਕਾਮਿਆਂ, ਉਹਨਾਂ ਨੇ ਕਾਮਿਆਂ ਨੂੰ ਰਿਜ਼ਕ ਦਿੱਤਾ ਹੋਇਆ। ਅਸਲ ਇਹ ਹੈ ਜੋ ਨਹੀਂ, ਉਹ ਆਪ ਨੀ ਕਮਾ ਰਹੇ, ਕਾਮੇ ਉਹਨਾਂ ਦਾ ਰਿਜ਼ਕ ਕਮਾ ਕੇ ਦੇ ਰਹੇ। ਹਾਂ, ਤੁਸੀਂ ਦੇਖ ਲੋ ਜੀ, ਹੁਣ ਜਿਸ ਅਸੀਂ ਹੁਣ ਮਿਹਨਤਾਂ ਹੋ ਰਹੀਆਂ ਨੇ ਤੇ ਤਮੀਰ ਹੋ ਰਹੀ ਹੈ, ਉਸਾਰੀਆਂ ਹੋ ਰਹੀਆਂ ਨੇ, ਬਾਦਸ਼ਾਹੀਆਂ ਬਣਦੀਆਂ ਨੇ, ਤੇ ਜਿਸ ਵੇਲੇ ਜੰਗਾਂ ਹੁੰਦੀਆਂ ਨੇ ਤੇ ਤਬਾਹੀਆਂ ਹੋ ਜਾਂਦੀਆਂ ਨੇ, ਵੱਡੀਆਂ ਵੱਡੀਆਂ ਬਾਦਸ਼ਾਹੀਆਂ ਜਿਸ ਵੇਲੇ ਜੰਗ ਪੈ ਜਾਵੇ ਨਾ ਸਿਰ ਤੇ, ਉਹ ਭੁੱਲ ਜਾਂਦੀਆਂ ਨੇ ਕਿ ਇਸ ਕੰਮ ਨਾਲ ਸਾਡੀ ਇਕੋਨਮੀ ਜਿਹੜੀ ਨਾ ਤਬਾਹ ਹੋ ਜਾਏਗੀ, ਜਿਵੇਂ ਇੰਡੀਆ ਪਾਕਿਸਤਾਨ ਵਾਲੇ ਸਮਝਦੀ ਆਉਂਦੀ। ਪਤਾ ਉਦੋਂ ਲੱਗਦਾ ਜਦੋਂ ਤਬਾਹੀ ਹੋ ਚੁੱਕੀ ਹੁੰਦੀ ਹੈ, ਹੁਣ ਅਸੀਂ ਲੜਨ ਜੋਗੇ ਨਹੀਂ ਆ। ਹਾਂਜੀ, ਠੀਕ ਹੈ ਨਾ, ਨਹੀਂ ਤੇ 70 ਸਾਲ ਕਸ਼ਮੀਰ ਦੀ ਜਿਹੜੀ ਉਛਕਲ ਆਈ ਸੀ ਨਾ ਸਾਰੀ ਦੁਨੀਆ ਨੂੰ, ਹੁਣ ਨੂੰ ਕੁਛ ਨਾ ਹੇਠਲੀ ਉੱਤੇ ਹੋ ਜਾਂਦੀ। ਤੁਸੀਂ ਅੰਦਾਜ਼ਾ ਲਾ ਲਓ ਨਾ, ਐਵੇਂ ਗੱਲ ਹੀ ਹੈ ਜੀ। ਜਾਓ ਖਾਂ, ਹੁਣ ਜਾ ਕੇ ਦੱਸੋ ਖਾਂ, ਪਤਾ ਹੈ ਕਿ ਤਬਾਹ ਹੋ ਗਏ ਆ, ਪੱਲੇ ਕੁਝ ਨੀ ਹੈ, ਤੇਲਾ ਤੇ ਘਰ ਦੀ ਮੇਲਾ ਮੇਲਾ, ਹੁਣ ਕੰਮ ਨੀ ਚੱਲਣੇ। ਤੋ ਉਹ ਹੁਣ ਇਹ ਨੀ ਸੋਚਿਆ ਹੁਣ ਤੱਕ ਕਿ ਇਕੋਨੋਮੀ ਦਾ ਕੀ ਹਾਲ ਹੋਊਗਾ, ਇਹ ਬਿਨਾਂ ਸੋਚਿਆ ਹੀ ਅਸੀਂ ਇਹ ਕੇਸਟਾਂ ਚਲਾਈਆਂ ਦੋਵਾਂ ਮੁਲਕਾਂ ਨੇ, ਬਿਨਾਂ ਸੋਚਿਆ ਹੀ ਉਹਦੇ ਪਿਓ ਨੇ ਉਹਨੂੰ ਜਵਾਬ ਦੇ ਦਿੱਤਾ ਕੰਮ ਤੋਂ, ਰੋਟੀ ਤੋਂ, ਪੈਸੇ ਧੇਲੇ ਤੋਂ, ਤਰੱਕੀ ਤੋਂ, ਹੁਣ ਨੌਕਰੀ ਤੋਂ ਕੱਢ ਦਿੱਤਾ। ਜਦ ਕੰਮ ਚੱਲਣਾ ਬੰਦ ਹੋ ਗਿਆ, ਸਾਰਾ ਕੁਝ ਠੱਪਿਆ ਗਿਆ, ਚੌਧਰ ਖਤਰੇ ਚ ਪੈ ਗਈ, ਫਿਰ ਅਕਲ ਆਈ, ਤੇ ਫਿਰ ਅਕਲ ਆਈ, ਫਿਰ ਆਪਣੀ ਧੀ ਨੂੰ ਤੇ ਬੀਵੀ ਨੂੰ ਵਰਤਣ ਲਈ ਵੀ ਤਿਆਰ ਹੋ ਗਿਆ। ਤੌਬਾ ਤੌਬਾ ਯਾਰ, ਕਿੱਡੀ ਵੱਡੀ ਹਕੀਕਤ ਹੈ ਔਰ ਕਿੱਡੀ ਵੱਡੀ ਬਰੀਕੀ ਹੈ। ਪਹਿਲਾਂ ਤੇ ਇਹ ਮਲਕੀ ਜ਼ਾਹਰ ਕਰਦੀ ਹੈ ਜੋ ਰਾਂਝਾ ਟੱਬਰ ਦਾ ਹਿੱਸਾ ਸੀ ਜੀ, ਤੋ ਸਿਰਫ ਚੂਚਕ ਨਾਲ ਲੜਿਆ ਸੀ, ਇਸ ਲਈ ਇਹਦੇ ਨਾਲ ਬਾਕੀ ਘਰ ਵਾਲਿਆਂ ਨਾਲ ਗੁੱਸਾ ਦੀ ਕੋਈ ਵਜ੍ਹਾ ਨੀ ਬਣਦੀ ਨਾ, ਹਾਲਾਂਕਿ ਉਹਨੇ ਉਸ ਔਰਤ ਨੇ ਆਪ ਚੁੱਕਿਆ ਸੀ। ਹੁਣ ਇੱਥੇ ਤੇ ਉਹਨੂੰ ਉਹਨੇ
ਆਪ ਕਿਉਂਕਿ ਉਹਨੇ ਜਿਹੜੀ ਗੱਲ ਉਹਦੇ ਆਪਣੇ ਕਸਮ ਨਾਲ ਕੀਤੀ ਸੀ ਉਹ ਤੇ ਨਹੀਂ ਆਈ ਸਾਹਮਣੇ ਜੀ, ਉਹ ਤੇ ਉਹਨੇ ਲੁਕੋ ਲਈ ਤੇ ਆਪ ਹੁਣ ਦੇਖ ਕਿਵੇਂ ਉਹਦੇ ਉੱਤੇ ਰਾਂਝੇ ਦੇ ਉੱਤੇ ਕਰਮ ਕਰਦੀ ਫਿਰਦੀ ਹੈ, ਉਹਨੂੰ ਕਿਸ ਤਰ੍ਹਾਂ ਫਾਂਦੀ ਹੈ, ਕਿਹੜੇ ਲਾਲਚ ਦਿੰਦੀ ਹੈ, ਇੱਥੋਂ ਤੱਕ ਉਹਨੂੰ ਤਾਂ ਹੁਣ ਜਲਵਾਈ ਮੰਨਣ ਲਈ ਵੀ ਤਿਆਰ ਹੋ ਗਈ ਹੈ ਅਨਆਫੀਸ਼ੀਅਲੀ ਪੁੱਤਰ ਕਹਿਤਾ ਜਵਾਈ ਮੰਨਣ ਦਾ ਐਲਾਨ ਹੀ ਹੈ, ਬਿਸਤਰਾ ਹੀ ਲਗਾ ਦੇਣਾ ਰਾਤ ਨੂੰ। ਉਹ ਕਹਿੰਦੀ ਹੈ ਮਾਪਿਆਂ ਪੁੱਤਰਾਂ ਦੀ ਲੜਾਈ ਵੀ ਕੋਈ ਲੜਾਈ ਹੁੰਦੀ ਹੈ, ਹੁਣ ਉਹ ਆਪਣੇ ਲੋਭ ਤੇ ਆਪਣੇ ਲਾਲਚ ਤੇ ਪਰਦਾ ਪਾਉਣ ਲਈ ਕਹਿੰਦੀ ਹੈ ਕਿ ਪੁੱਤਰਾਂ ਨੇ ਕਮਾਉਣਾ ਤੇ ਮਾਪਿਆਂ ਨੇ ਖਾਣਾ। ਹਾਂ ਇਹੋ ਜਿਹਾ ਪੁੱਤਰ ਤੇ ਸਾਰਿਆਂ ਨੂੰ ਵਾਰੇ ਖਾਂਦਾ, ਮਤਲਬ ਜਿਹਨੇ ਪ੍ਰਾਪਰਟੀ ਚ ਹਿੱਸਾ ਵੀ ਨੀ ਲੈਣਾ, ਹੱਕ ਵੀ ਕੋਈ ਨਹੀਂ, ਕਿਸੇ ਵੀ ਵੇਲੇ ਵੀ ਉਹਨੂੰ ਦੁੱਧ ਚੋਂ ਉਹ ਮੱਖੀ ਵਾਂਗੂ ਬਾਹਰ ਕੱਢ ਕੇ ਸੁੱਟਿਆ ਜਾ ਸਕਦਾ ਹੈ, ਬਿਨਾਂ ਮਿਹਨਤ ਮੰਗੇ ਉਹ ਕੰਮ ਵੀ ਕਰਦਾ ਰਵੇ, ਹੈ ਮਤਲਬ ਜੋ ਰਾਂਝੇ ਨੇ ਕੀਤਾ ਸੀ ਹੁਣ ਉਹਦੀ ਬੜੀ ਚਾਹ, ਉਹਨੂੰ ਫਟਾਫਟ ਖਿੱਚ ਜੀ ਪਈ ਹੋਈ ਕਿ ਫਟਾਫਟ ਰਾਂਝਾ ਮੱਝਾਂ ਵੇਲੇ ਚ ਲੈ ਜਾਵੇ ਤੇ ਬਸ ਕੰਮ ਸਿੱਧਾ ਹੋ ਜਾਏ। ਮਾਂ ਜਿਵੇਂ ਮਾਂ ਬੜੇ ਪਿਆਰ ਨਾਲ ਕਹਿੰਦੀ ਹੈ ਨਾ ਲਾਡੀਆਂ ਨਾਲ, ਤੇ ਲਾਲਚਾਂ ਵੀ ਦਿੰਦੀ ਮੇਰਾ ਪੁੱਤ ਦੇਖ ਮੈਂ ਤੈਨੂੰ ਇਹ ਵੀ, ਮਤਲਬ ਸਾਰਾ ਕੰਮ ਤੇਰਾ ਪੁੱਤੇ ਲਾਡੀਆਂ ਹੋ ਰਹੀਆਂ। ਉਹ ਜਿਵੇਂ ਕਹਿੰਦੇ ਨੀ ਸਾਮਦਾਮ ਸਾਰੇ ਤਰੀਕੇ ਅਪਣਾ ਕੇ ਦੇਖ ਲਏ, ਘਰ ਤੇਰਾ ਰੋਟੀ ਤੇਰੀ ਕੁੜੀ ਦਾ ਬਿਸਤਰਾ ਤੂੰ ਲਾਣਾ, ਪੁੱਤਰ ਤੂੰ ਮੇਰਾ, ਜਾਣਾ ਕਿਤੇ ਹੈ ਨੀ, ਸੋ ਦੇਖ ਲੋ ਕਿੱਥੇ ਸਾਰੇ ਕੰਮ ਦਾ ਮਾਲਕ, ਸਾਰੇ ਕੰਮ ਦਾ ਮਾਲਕ ਟਿਕਾ ਕੇ ਦੇਖ, ਉਹਨੇ ਦੁੱਧ ਚੋਣਾ ਉਹਨੇ ਜਮਾਉਣਾ ਹੈ, ਕੰਮ ਵੀ ਉਹਦੇ ਸਿਰ ਪੈ ਗਿਆ ਤੇ ਨਾਲ ਹੀ ਸਭ ਤੋਂ ਵੱਡਾ ਲਾਲਚ ਹੀਰ ਦੀ ਜਿਹੜੀ ਨੇੜਤਾ ਦਾ ਉਹਨੂੰ ਦਿੰਦੀ ਹੈ। ਹਾਂਜੀ ਉਹ ਇੰਤਜ਼ਾਰ ਕਰ ਹੀਰ ਜੀ ਥੋੜੀ ਜੀ, ਹਾਂ ਹਾਂ ਕੋਈ ਨੀ ਕੋਈ ਨੀ ਕੋਈ ਨਾ, ਵਾਹ ਕਿਆ ਬਾਤ ਹੈ। ਅੱਛਾ ਉਹ ਉਹ ਹੁਣ ਤੇ ਹੀਰ ਤੇ ਉਹਦਾ ਹੱਕ ਮੰਨਿਆ ਗਿਆ ਹੋਵੇ, ਜਿਵੇਂ ਹੀਰ ਦਾ ਪਲੰਗ ਵਿਛਾਉਣ ਦਾ ਇਸ਼ਾਰਾ ਕੀ ਹੈ ਕਿ ਉਹਨੂੰ ਉਹਦੇ ਰਿਲੇਸ਼ਨ ਤੇ ਵੀ ਕੋਈ ਇਤਰਾਜ਼ ਨੀ ਹੈਗਾ, ਨਹੀਂ ਤੇ ਗੱਲ ਕਿਵੇਂ ਹੁੰਦੀ ਹੈ ਮੈਨੂੰ ਦੱਸੋ। ਹਾਂ ਇਹੀ ਹੈ ਪਲੰਗ ਵੀ ਤੂੰ ਹੀ ਵਿਛਾਉਣਾ ਹੈ, ਹੁਣ ਹੀਰ ਦੇ ਰੁਸਣ ਵਾਲੀ ਗੱਲ ਗੱਲ ਵੀ ਕੀ ਹੈ, ਤੇਰੇ ਤੋਂ ਰੁੱਸੀ ਬੈਠੀ ਹੈ ਤੇ ਤੂੰ ਮਨਾ, ਹਾਲਾਂਕਿ ਕੋਈ ਗੱਲ ਨਹੀਂ ਉਹਨੂੰ ਮਨਾ ਲੈ ਜਾ ਕੇ ਯਾਰ, ਜਿਸਲੇ ਅਸੀਂ ਜਾ ਕੇ ਕਿਸੇ ਨੂੰ ਮਨਾਉਨੇ ਆ ਸੋਹਣਿਆ ਇਹ ਤੇ ਉਹਨੇ ਪੈਂਤਰਾ ਵਰਤਿਆ, ਹੀਰ ਕਿੱਥੇ ਰੁੱਸੀ ਹੈ, ਠੀਕ ਹੈ ਨਾਲੇ ਇਹ ਵੀ ਦਿਖਾਤਾ ਵੀ ਤੂੰ ਕਿੰਨਾ ਸਾਡਾ ਆਪਣਾ, ਵੀ ਜੇ ਉਹ ਰੁੱਸਦੀ ਹੈ ਤਾਂ ਤੂੰ ਮਨਾ ਸਕਦਾ, ਮਤਲਬ ਬਹੁਤ ਦੁਖੀ ਹੋਈ ਹੈ ਦਿਲੋਂ ਉਹਦੇ, ਹੁਣ ਰੋਮਾਂਸ ਨੂੰ ਇੱਕ ਸਹਾਰਾ ਜਿਹਾ ਦੇਤਾ ਉਹਨੇ ਤੇ ਅਖੀਰ ਤੇ ਚਲੋ ਉਹਨੇ ਕਿਹਾ ਕਿ ਹੀਰ ਤੈਨੂੰ ਜਾ ਕੇ ਉਹਨੂੰ ਮਨਾ, ਤੇ ਫਿਰ ਅਖੀਰ ਤੇ ਕਿਹਾ ਕਿ ਮਾਲ ਡੰਗਰ ਕਬੀਲਾ ਤੇ ਹੀਰ ਤੇਰੀ, ਹੀਰ ਇੱਥੇ ਤਾਂ ਗੱਲ ਹੀ ਖਤਮ ਕਰ, ਹੀਰ ਤੇ ਚਲੋ ਕਹਿ ਹੀ ਦਿੱਤਾ, ਇੱਕ ਮੋਹਰ ਲਾਤੀ ਕਿ ਸਟੈਂਪ ਸਟੈਂਪ ਪੇਪਰ ਲਿਖ ਦਿੱਤਾ ਉਹਨੇ, ਉਹਨੂੰ ਮੂੰਹ ਜ਼ਬਾਨੀ ਜਿਹੜਾ ਵਰਬਲੀ ਕਹੀਦਾ ਨਾ ਉਹ ਗੱਲ ਜੀ ਹੋ ਗਈ, ਮੰਗੂ ਮਾਲ ਸਿਆਲ ਤੇ ਹੀਰ ਤੇਰੀ ਨਾਲੇ ਕੂਰਨਾ ਤੇ ਨਾਲੇ ਖਾਮ, ਹਾਏ ਹਾਏ ਹਾਏ, ਮਤਲਬ ਇੱਥੇ ਉਹਨੂੰ ਕੂਰਨ ਵਾਲਾ ਚੌਧਰੀ ਵੀ ਬਣਾਤਾ ਹੈ, ਔਰਤ ਉੱਤੇ ਜਿਹੜੀ ਕੂਰ ਹੈ ਬੰਦੇ ਦੀ ਉਹ ਵੀ
ਜੀ ਖਾਵਣਾ ਬਹਿ ਕੇ ਜਿਵੇਂ ਆਕੜ ਬੰਦਾ ਨੀ ਬਹਿ ਜਾ ਰਿਹਾ ਉਲਟ ਲੈ ਗਿਆ ਇਹ ਕੀਤਾ ਜੀ ਇਹ ਜਿਵੇਂ ਬੰਦਾ ਹੁਕਮ ਚਲਾਉਂਦਾ ਹੈ ਯਾਰ ਇੱਕ ਇੱਕ ਲਾਈਨ ਜਿਹੜੀ ਵਾਰਿਸ ਸ਼ਾਹ ਨੇ ਲਿਖੀ ਹੈ ਕਿਆ ਬਾਤਾਂ ਨੇ ਕਿਆ ਬਾਤ ਹੁਣ ਆਖਰੀ ਜਿਹੜਾ ਮਿਸਰਾ ਹੈ ਆਖਰਾ ਆਖਰੀ ਜੀ ਮੰਗੂ ਛੇੜ ਕੇ ਚੱਲ ਵਿੱਚ ਮੀਆਂ ਵਾਰਿਸ ਅਸਾਂ ਤਖ਼ਤ ਹਜ਼ਾਰੇ ਨੂੰ ਜਾਮਣਾ ਹੈ ਚੱਲ ਜਿਹੜਾ ਜੰਗਲ ਵੇਲੇ ਨੂੰ ਕਹਿੰਦੇ ਨੇ ਨਾ ਜੰਗਲ ਦੇ ਚੱਲ ਤੇ ਚੱਲ ਦਾ ਮਤਲਬ ਇਹ ਕੁਛ ਸੁਧਾਰਾ ਨਹੀਂ ਹੁੰਦਾ ਉਹ ਚੱਲ ਵਿੱਚ ਜਿਹੜਾ ਮੰਗੂ ਛੇੜ ਕੇ ਹੁਣ ਦੇਖ ਸਾ ਬੰਦੇ ਲੋਕੀ ਇਹ ਡਰਾਮਾ ਪੇ ਵਹਿੰਦੇ ਨੇ ਉਹ ਹੁਣ ਸਾਹਮਣੇ ਆ ਗਿਆ ਰਾਂਝਾ ਜੀ ਹੁਣ ਇੱਥੇ ਸੀਨ ਜਿਹੜਾ ਨਾ ਉਹ ਮੁਕਾ ਰਿਹਾ ਹੈ ਹੁਣ ਮਲਕੀ ਦੀਆਂ ਫਫੇ ਕੁੱਟੀਆਂ ਵਾਲੀਆਂ ਗੱਲਾਂ ਆਖਰ ਤੇ ਮੱਝਾਂ ਵੇਲੇ ਚ ਛੱਡ ਕੇ ਆਪ ਤਖ਼ਤ ਹਜ਼ਾਰੇ ਟੁਰ ਜਾਏ ਮਤਲਬ ਉਸ ਤਖ਼ਤ ਹਜ਼ਾਰੇ ਟੁਰ ਜਾਣ ਦਾ ਕੀ ਮਤਲਬ ਹੈ ਉਹ ਜਿਹਨੂੰ ਰੱਦ ਕੇ ਆਇਆ ਸੀ ਛੱਡ ਕੇ ਆਇਆ ਸੀ ਕੀ ਇਹਦਾ ਮਤਲਬ ਹੈ ਇਹਦਾ ਮਤਲਬ ਇਹ ਵੀ ਹੋ ਸਕਦਾ ਜੋ ਹੁਣ ਉਸਨੂੰ ਮੰਜ਼ਿਲ ਮਿਲਣ ਦੀ ਆਸ ਵੱਧ ਗਈ ਹੈ ਤੇ ਉਹ ਹੀਰ ਨੂੰ ਵਿਆਹ ਕੇ ਤਖ਼ਤ ਹਜ਼ਾਰੇ ਜਾਣ ਦਾ ਖਾਬ ਵੇਖ ਸਕਦਾ ਹੈ ਮਤਲਬ ਇਹੀ ਕਰਨਾ ਹੈ ਇਹੀ ਚਾਹੁੰਦਾ ਉਹ ਜੀ 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 ਆਖਰ ਦੇ ਤੋਂ ਤੁਸੀਂ ਵੇਖਿਆ ਨਾ ਉਹ ਜੰਜ ਲਿਆਉਂਦਾ ਹੈ ਜੰਜ ਲਿਆਉਣ ਦੀ ਤਿਆਰੀ ਕਰਦਾ ਹੈ ਤੇ ਉਹ ਪਿੱਛੋਂ ਉਹਨੂੰ ਜ਼ਹਿਰ ਦੇ ਦਿੰਦੇ ਨੇ ਹੀਰ ਨੂੰ ਪਰ ਦੇਖੋ ਉਹ ਸੁਪਨਾ ਉਹਦਾ ਇਹੀ ਹੈ ਕਿ ਭਰਾਵਾਂ ਨੂੰ ਨਾਲ ਲੈ ਕੇ ਟੱਬਰ ਨੂੰ ਪੂਰੇ ਤਖ਼ਤ ਹਜ਼ਾਰਾ ਬੰਨ ਕੇ ਲਿਆ ਕੇ ਹੀਰ ਨੂੰ ਲੈ ਜਾਏਗਾ ਵਿਆਹ ਕੇ ਇਹ ਇਹੀ ਖੇਡ ਹੈ ਨਾ ਸਾਰੀ ਡਰਮ ਨਾਟਕ ਇਹਦੇ ਉੱਤੇ ਚੱਲਣ ਡਿਆ ਸਾਰਾ ਜੀ 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 ਹਰ ਸ਼ਾਇਦ ਉਹਦੇ ਉਹਨੇ ਮਾਲਕ ਵੀ ਕਹਿ ਦਿੱਤਾ ਤੇ ਹੁਣ ਉਹ ਚੌਧਰੀ ਤਖ਼ਤ ਹਜ਼ਾਰੇ ਦੇ ਚੌਧਰੀਆਂ ਦੇ ਦਰਜੇ ਤੇ ਵੀ ਆ ਗਿਆ ਹੁਣ ਤਖ਼ਤ ਹਜ਼ਾਰੇ ਦਾ ਜਿਹੜਾ ਸੁਪਨਾ ਹੈ ਉਹਦਾ ਇੱਕ ਇਹ ਮਤਲਬ ਵੀ ਹੋ ਸਕਦਾ ਜੇ ਇੱਥੇ ਵੀ ਉਸ ਨਾਲ ਉਹ ਹੀ ਹੋ ਰਿਹਾ ਜੋ ਤਖ਼ਤ ਹਜ਼ਾਰੇ ਵਿੱਚ ਹੋ ਰਿਹਾ ਸੀ ਇੱਕ ਪਾਸੇ ਉਹਦੇ ਨਾਲ ਲਾਡ ਹੋ ਰਿਹਾ ਪਿਆਰ ਹੋ ਰਿਹਾ ਪਿਓ ਵਾਲਾ ਫਲਾਨੇ ਵਾਲਾ ਭਰਾਵਾਂ ਵਾਲਾ ਵੀ ਦੂਸਰੇ ਪਾਸੇ ਧੋਖੇ ਹੋ ਰਹੇ ਨੇ ਦਗਾਬਾਜ਼ੀਆਂ ਹੋ ਰਹੀਆਂ ਮਿਹਣੇ ਹੋ ਰਹੇ ਨੇ ਹੈ ਨਾ ਇਹ ਇਹ ਆਸ਼ਕ ਨਾਲ ਸੁਰੀਲਿਆਂ ਨਾਲ ਕਲਾਕਾਰਾਂ ਨਾਲ ਇੰਜ ਹੀ ਹੋ ਰਹੀ ਹੈ ਹੁਣ ਤੁਸੀਂ ਪੂਰੇ ਹਿਸਟੋਰਿਕ ਉਸਦੇ ਪਰਸਪੈਕਟਿਵ ਚ ਜਾਂ ਉਸ ਪੂਰੇ ਚੌਕਟੇ ਚ ਰੱਖ ਕੇ ਵੇਖੋ ਹੁਣ ਉਸ ਵੇਲੇ ਜਿਹੜੀ ਜਟਾਲੀ ਹੈ ਜੀ ਮਿਸਲਾਂ ਦਾ ਵੇਲਾ ਹੈ ਮੁਗਲ ਦਾ ਮੁਗਲਾਂ ਦਾ ਵਰਤਾਰਾ ਟੁੱਟ ਰਿਹਾ ਹੈ ਇਹ ਹੁਣ ਮਾੜੇ ਹੋਏ ਫੰਡੇ ਹੋਏ ਵਿਚਾਰੇ ਜਿਹੜੇ ਇੱਥੇ ਦੇ ਜੱਟ ਲੋਕ ਸਨ ਉਹ ਉਭਰ ਰਹੇ ਨੇ ਔਰ ਪੁਰਾਣੇ ਜਿਹੜੇ ਹਾਕਮ ਸਨ ਮੁਗਲ ਉਹਨਾਂ ਨੂੰ ਉਹ ਮਿੱਟੀ ਚ ਰੋਲ ਰਹੇ ਨੇ ਤੇ ਅਸ਼ਰਾਫ ਖਰਾਬ ਤੇ ਕਮੀਨ ਤਾਜ਼ਾ ਹੋ ਰਹੇ ਨੇ ਜੀ ਜੀ ਹੇਠਲੀ ਉੱਤੇ ਤੇ ਉਤਲੀ ਹੇਠਾਂ ਹੋ ਰਹੀ ਹੈ ਸੋ ਇਹਨਾਂ ਹਾਲਾਂ ਵਿੱਚ ਪੁਰਾਣੇ ਹਾਕਮ ਮੇਲ ਨੂੰ ਆਪਣੇ ਬਚਾ ਲਈ ਲਾਜ ਸ਼ਰਮ ਲਾ ਕੇ ਨਵੀਂ ਉੱਠੀ ਉੱਠਦੀ ਜਿਹੜੀ ਜਟਾਲੀ ਹੈ ਉਹਨੂੰ ਮੋਹਣਾ ਸੀ ਉਹਨਾਂ ਨੂੰ ਆਪਣੇ ਰੰਗ ਵਿੱਚ ਰੰਗਣਾ ਸੀ ਇਸ ਲਈ ਉੱਥੇ ਮਾਵਾਂ ਧੀਆਂ ਦੀ ਲਾਜ ਸ਼ਰਮ ਦੀ ਲਾ ਕੇ ਰੱਖਦੀ ਤੇ ਉਹ ਵੀ ਵਰਤੀ ਜਾ ਰਹੀ ਹੈ ਤੁਸੀਂ ਵੇਖੋ ਕਿ ਮਲਕੀ ਜਿਹੜੀ ਹੈ ਉਹ ਪੁਰਾਣੇ ਹਾਕਮ ਮੇਲ ਦੀ ਇੱਕ ਢਹਿੰਦੀ ਹੋਈ ਕੰਧ ਹੈ ਜਿਹੜੀ ਨਵੇਂ ਉਭਰਦੇ ਹਾਕਮਾਂ ਕੋਲੋਂ
ਸਹਾਰਾ ਲੱਭ ਰਹੀ ਹੈ। ਕਿਆ ਬਾਤ! ਇਸ ਲਈ ਮਲਕੀ ਦਾ ਹਰ ਲਫ਼ਜ਼ ਜਿਹੜਾ ਹੈ ਉਹ ਨਵੇਂ ਹਾਕਮ ਮੇਲ ਨੂੰ ਬੁਲਾਵਣ ਤੇ ਪਰਮਾਵਣ ਦਾ ਯਤਨ ਹੈ। ਬਿਲਕੁਲ ਠੀਕ ਹੈ ਵਾਹ ਭਾਜੀ। ਆਪਾਂ ਅਗਲਾ ਬੰਦ ਵੀ ਛੇੜਦੇ ਹਾਂ ਜੀ, ਪਰ ਇੱਕ ਬ੍ਰੇਕ ਲੈ ਲੈਂਦੇ, ਫਿਰ ਉਸ ਤੋਂ ਬਾਅਦ ਆਉਂਦੇ ਹਾਂ, ਫਿਰ ਕਰਦੇ ਹਾਂ ਜੀ ਗੱਲਾਂ ਕਿ ਰਾਂਝੇ ਦਾ ਅਸਲ ਦੇ ਵਿੱਚ ਹੀਰ ਨੂੰ ਕੀ ਕਹਿਣਾ ਸੀਗਾ ਇਸ ਸਾਰੇ ਮੁੱਦੇ ਦੇ ਉੱਤੇ। ਸੋ ਜਾਇਓ ਕਿਤੇ ਨਾ ਜੀ ਪ੍ਰੋਗਰਾਮ ਨਾਲ ਸੱਜਣ ਦੇ, ਥੋੜ੍ਹੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ, ਕਰਦੇ ਹਾਂ ਗੱਲਾਂ ਬਾਤਾਂ। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਹਾਂਜੀ, ਰੇਡੀਓ ਹਾਂਜੀ। ਗੁਰਫਤਿਹ ਸੇਵਾ ਸੈਂਟਰ, ਆਸਟ੍ਰੇਲੀਆ ਦਾ ਪਹਿਲਾ ਧਾਰਮਿਕ ਤੇ ਕਲਚਰਲ ਹੈਂਡੀਕ੍ਰਾਫਟ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਸੈਂਚੀ ਸਾਹਿਬ ਨਿਰੋਲ ਪਾਣੀ ਦੇ ਗੁਟਕੇ, ਰੁਮਾਲਾ ਸਾਹਿਬ ਗੱਤਕੇ ਦਾ ਸਮਾਨ, ਪਾਲਕੀ ਸਾਹਿਬ ਪੱਗਾਂ ਤੇ ਦੁਮਾਲੇ, ਕੀਰਤਨ ਸਿੱਖਣ ਲਈ ਕਿਤਾਬਾਂ ਤੇ ਗੁਰਸਿੱਖਾਂ ਦੀਆਂ ਜੀਵਨੀਆਂ। ਇਸ ਤੋਂ ਇਲਾਵਾ ਇੱਥੋਂ ਤੁਸੀਂ ਗੁਰਬਾਣੀ ਰੇਡੀਓ ਤੇ USB ਵੀ ਲੈ ਸਕਦੇ ਹੋ। ਅਮਰ ਸੰਚਾਰ ਲਈ ਕਕਾਰ ਭੇਜਣ ਦੀ ਸੇਵਾ ਵੀ ਕੀਤੀ ਜਾਂਦੀ ਹੈ। ਸੰਪਰਕ ਕਰੋ ਗੁਰਫਤਿਹ ਸੇਵਾ ਸੈਂਟਰ, 6/14 ਸਟੀਲ ਸਟ੍ਰੀਟ, ਬਲੈਕਟਨ, ਸਿਡਨੀ, ਤੇ ਕਾਲ ਕਰੋ 0430-175-742 ਤੇ। ਪੰਜਾਬੀਆਂ ਦਾ ਆਪਣਾ ਟੇਸਟ, ਆਸਟ੍ਰੇਲੀਆ ਮੇਡ ਇੰਡੀਅਨ ਬਿਸਕੁਟ, ਲਓ ਜੀ ਆਸਟ੍ਰੇਲੀਆ ਦੀ ਸਭ ਤੋਂ ਪੁਰਾਣੀ ਚਿਰਾਪਸ ਇੰਡੀਅਨ ਬੇਕਰੀ। ਬਿਸਕੁਟਾਂ ਦੇ ਕੇਕ ਦੀ ਵੱਖੋ ਵੱਖ ਵੈਰਾਈਟੀਆਂ ਜਿਵੇਂ ਕਿ ਪੰਜਾਬੀ ਆਟਾ ਬਿਸਕੁਟ, ਕੇਕ ਰਸ, ਕੋਕਰਟ ਬਿਸਕੁਟ, ਕਾਜੂ ਬਿਸਕੁਟ, ਪਿਸਤਾ ਬਿਸਕੁਟ, ਵੈਸ਼ਨੋ ਯਾਨੀ ਕਿ ਐਗਲੈਸ ਕੇਕਸ ਤੇ ਬਿਸਕੁਟ ਦੀ ਵੱਡੀ ਵੈਰਾਈਟੀ ਉਪਲਬਧ ਹੈ। ਤੁਸੀਂ ਸਾਡੇ ਇਹ ਪ੍ਰੋਡਕਟ ਆਸਟ੍ਰੇਲੀਆ ਪਰਦੇ ਕਿਸੇ ਵੀ ਇੰਡੀਅਨ ਗ੍ਰੋਸਰੀ ਸਟੋਰ ਤੋਂ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸਾਡੇ ਨੰਬਰ 0395-97-10 ਤੇ ਜਾਂ ਫਿਰ ਸਾਡੇ ਫੇਸਬੁੱਕ ਪੇਜ ਤੇ ਮੈਸੇਜ ਕਰ ਸਕਦੇ ਹੋ। ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਚਿਰਾਪਸ ਬੇਕਰੀ। You are listening Australia's number one Radio Hanji, Radio Hanji. ਓ ਯਾਰ, ਕਿਸੇ ਸਿਆਣੇ ਬੰਦੇ ਨੇ ਕਿਹਾ ਸੀ ਅਰਲੀ ਟੂ ਬੈਡ ਐਂਡ ਅਰਲੀ ਟੂ ਰਾਈਜ਼ ਮੇਕਸ ਅ ਮੈਨ ਹੈਲਦੀ, ਵੈਲਦੀ ਐਂਡ ਵਾਈਸ। ਓ ਮੈਂ ਤਾਂ ਸਵੇਰੇ ਉੱਠ ਕੇ ਪੜ੍ਹ ਕੇ ਵੇਖ ਲਿਆ, ਪਰ PT 'ਚ ਨੰਬਰ ਹੀ ਨਹੀਂ ਆਉਂਦੇ। ਐਦਾਂ ਨਹੀਂ ਵਾਈਸ ਬਣ ਹੋਣਾ, ਤੈਨੂੰ ਚਾਹੀਦੀ ਹੈ ਸਹੀ ਗਾਈਡੈਂਸ ਅਤੇ ਫੀਡਬੈਕ ਜੋ ਪ੍ਰੋਵਾਈਡ ਕਰਦੇ ਨੇ ਇੰਗਲਿਸ਼ ਵਾਈਸ ਵਾਲੇ। ਮੇਰਾ ਸਕੋਰ ਵੀ ਉੱਥੋਂ ਹੀ ਆਇਆ ਸੀ, ਨਾਲੇ ਸਿਰਫ PT ਨਹੀਂ ਨਾਟੀ CCL ਦੀ ਤਿਆਰੀ ਵੀ ਉੱਥੋਂ ਹੀ ਕਰ। English Voice ਹੁਣ ਆਸਟ੍ਰੇਲੀਆ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ। ਕਾਲ ਨਾਓ 02-8628-7293 ਤੇ ਔਰ ਵਿਜ਼ਿਟ englishvoice.com.au। ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਹੈ ਸੀਕ੍ਰੇਟ। ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ। ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com। ਖੁਸ਼ਖਬਰੀ! ਜੀ ਹਾਂ, ਵੈਸਟਰਨ ਯੂਨੀਅਨ ਤੁਹਾਡੇ ਸਭ ਦੇ ਲਈ ਲੈ ਕੇ ਆਏ ਨੇ ਇੱਕ ਵੱਡੀ ਖੁਸ਼ਖਬਰੀ। ਹੁਣ ਵੈਸਟਰਨ ਯੂਨੀਅਨ ਦੀ ਟ੍ਰਾਂਸਫਰ ਫੀਸ ਸਟਾਰਟਿੰਗ ਫਰੋਮ ਜਸਟ $2.90। ਜੀ ਹਾਂ, ਟ੍ਰਾਂਸਫਰ ਫੀਸ ਸਿਰਫ $2.90 ਤੋਂ ਸ਼ੁਰੂ, ਚਾਹੇ ਕੈਸ਼ ਪਿਕਅਪ ਕਰੋ ਜਾਂ ਬੈਂਕ ਦੇ ਖਾਤੇ ਵਿੱਚ ਟ੍ਰਾਂਸਫਰ। ਵਧੇਰੇ ਜਾਣਕਾਰੀ ਲਈ ਆਪਣੇ ਲਾਗਲੇ ਵੈਸਟਰਨ ਯੂਨੀਅਨ ਡੀਲਰ ਨਾਲ ਸੰਪਰਕ ਕਰੋ। ਕੰਡੀਸ਼ਨਸ ਅਪਲਾਈ। ਹੁਣ ਤੱਕ ਦੀ ਸਭ ਤੋਂ ਘੱਟ ਮਨੀ ਟ੍ਰਾਂਸਫਰ ਫੀ ਦੇ ਨਾਲ ਆਪਣੇ ਪਿਆਰਿਆਂ ਨੂੰ ਭੇਜੋ ਪੈਸੇ। ਵੈਸਟਰਨ ਯੂਨੀਅਨ, ਮੂਵਿੰਗ ਮਨੀ ਫੋਰ ਬੈਟਰ। ਵਿਆਹ ਦੇ ਉਹ ਸੁਨਹਿਰੀ ਪਲ ਜਿਨ੍ਹਾਂ ਨੂੰ ਸੰਜੋ ਕੇ ਰੱਖੋ ਆਪਣੇ ਕੋਲ। ਪਰ ਅਸੀਂ ਤਾਂ ਵਿਆਹ ਇੰਡੀਆ ਜਾ ਕੇ ਕਰਵਾਉਣਾ ਹੈ। ਤਾਂ ਕੀ ਹੋਇਆ, ਸਟੂਡੀਓ 18 ਅੰਮ੍ਰਿਤਸਰ ਦਾ ਸਭ ਤੋਂ ਵਧੀਆ ਕੈਂਡਿਡ ਫੋਟੋਗ੍ਰਾਫੀ, ਟ੍ਰੈਡੀਸ਼ਨਲ ਫੋਟੋਗ੍ਰਾਫੀ, ਸਿਨੇਮੈਟੋਗ੍ਰਾਫੀ ਤੇ ਪ੍ਰੀ ਵੈਡਿੰਗ ਦੇ ਲਈ ਸਭ ਤੋਂ ਫੇਮਸ ਸਟੂਡੀਓ ਹੈ। ਇੰਡੀਆ ਜਾਣ ਤੋਂ ਪਹਿਲਾਂ studio18.com ਤੇ ਪ੍ਰੋਫਾਈਲ ਵੇਖੋ ਜਾਂ ਕਾਲ ਕਰੋ 7307-1818-18। ਸਟੂਡੀਓ 18 ਅੰਮ੍ਰਿਤਸਰ, ਆਪੋਜ਼ਿਟ GNDU ਅੰਮ੍ਰਿਤਸਰ। ਫੋਲੋ ਅਸ ਔਨ ਇੰਸਟਾਗ੍ਰਾਮ।
ਲੈਣਾ ਹੋਵੇ ਵਿਜ਼ਿਟਰ ਵੀਜ਼ਾ ਜਾਂ ਆਇਲਸ ਵਿੱਚ ਚੰਗੇ ਬੈਂਡਸ, ਸਪੋਕਨ ਇੰਗਲਿਸ਼ ਲਈ ਯਾਦ ਰੱਖੋ ਇੱਕ ਹੀ ਨਾਮ, ਦਾ ਵੀਜ਼ਾ ਹਬ। ਦਾ ਵੀਜ਼ਾ ਹਬ 7347441009 ਜਿੱਥੇ ਹੈ ਐਕਸਪਰਟ ਟੀਚਿੰਗ ਸਟਾਫ, 100% ਸਕਸੈਸ ਰੇਟ ਅਤੇ ਆਪਣੀ ਮਾਂ ਬੋਲੀ ਵਿੱਚ ਗੱਲ ਕਰਨ ਵਾਲਾ ਸਟਾਫ। ਦਾ ਵੀਜ਼ਾ ਹਬ, ਕਾਲ ਕਰੋ 7347441009 ਜਾਂ ਫਿਰ 9508876006 ਤੇ ਕਾਲ ਕਰੋ। ਦਾ ਵੀਜ਼ਾ ਹਬ, ਤੁਹਾਡੀ ਉਡਾਨ ਦੇ ਲਈ ਤੁਹਾਡੇ ਆਪਣੇ ਖੰਭ। ਸਿਡਨੀ ਵਾਲਿਓ, ਤੁਸੀਂ ਸੁਣ ਰਹੇ ਹੋ ਸਿਡਨੀ ਦਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ, ਰੇਡੀਓ ਹਾਂਜੀ। ਪ੍ਰੋਗਰਾਮ ਨਾਲ ਸੱਜਣ ਦੇ ਤੇ ਪ੍ਰੋਗਰਾਮ ਦੇ ਵਿੱਚ ਅਫਸਰ ਸਰ ਸਾਹਿਬ ਕਿੱਸਾ ਹੇੜ ਦਾ ਵਰਸ਼ਾ ਦੀ ਇਸ ਲਿਖਤ ਨੂੰ ਸਮਝਾ ਰਹੇ ਨੇ, ਸੁਣਾ ਰਹੇ ਨੇ ਪ੍ਰੋਗਰਾਮ ਦੇ ਵਿੱਚ, ਜਾਂ ਫਿਰ ਇਹ ਕਹਿ ਲਈਏ ਕਿ ਹੀਰ ਦਾ ਕਿੱਸਾ ਜਿਹੜਾ ਅਸੀਂ ਛੇੜਿਆ ਹੋਇਆ, ਇਸ ਦੇ ਹੁਣ 108ਵੇਂ ਬੰਦ 'ਤੇ ਆ ਗਏ ਹਾਂ ਜੀ, ਅਤੇ ਅੱਜ 17ਵੀਂ ਕਿਸ਼ਤ ਚੱਲ ਰਹੀ ਹੈ। ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗ ਰਿਹਾ, ਚੱਲਦੇ ਪ੍ਰੋਗਰਾਮ ਦੌਰਾਨ ਫੀਡਬੈਕ ਦੇ ਸਕਦੇ ਹੋ 04724464 ਜਦੋਂ ਲਾਈਵ ਸ਼ੋਅ ਹੈ ਤਾਂ ਉਸ ਵਕਤ ਤੁਹਾਡੀ ਫੀਡਬੈਕ ਜ਼ਿਆਦਾ ਕੰਮ ਆ ਜਾਂਦੀ ਹੈ। ਵੈਸੇ ਤੁਸੀਂ ਇਹ ਪਿਆਰ ਜਿਹੜਾ ਸ਼ੋਅ ਦੇ ਬਾਅਦ ਵੀ ਦਿੰਦੇ ਹੋ, ਰਿਪੀਟ ਬ੍ਰੌਡਕਾਸਟ ਇਹਦਾ ਜਿਹੜਾ ਅਗਲੇ ਦਿਨ ਦੁਪਹਿਰ ਵੇਲੇ ਮੈਲਬਨ ਤੋਂ ਦੁਪਹਿਰ 12 ਵਜੇ ਅਤੇ ਸਿਡਨੀ ਤੋਂ ਦੁਪਹਿਰ 1 ਵਜੇ ਤੁਸੀਂ ਇਸੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਜੀ। ਵੈਸੇ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਇਸ ਪ੍ਰੋਗਰਾਮ ਨੂੰ ਯੂਟਿਊਬ ਦੇ ਚੈਨਲ 'ਤੇ ਜਾ ਕੇ ਵੀ, ਰੇਡੀਓ ਹਾਂਜੀ ਦੇ ਚੈਨਲ 'ਤੇ ਜਾ ਕੇ ਸੁਣਿਆ ਜਾ ਸਕਦਾ। ਆਓ ਜੀ ਫਿਰ ਕਰਦੇ ਹਾਂ ਗੱਲ ਕਿ ਅੱਗੇ ਹੁਣ ਰਾਂਝੇ ਦਾ ਕੀ ਕਹਿਣਾ ਹੀਰ ਨੂੰ। ਜੀ ਜਨਾਬ ਅਫਜ਼ਲ ਭਾਜੀ। ਵਾਹ ਜੀ ਵਾਹ, ਵਾਹ ਜੀ ਵਾਹ। ਸੁਰਾਂਝਾ ਆਖਦਾ ਹੀਰ ਨੂੰ ਮਾਂ ਤੇ, ਅੱਛਾ ਮੈਂ ਨਾ ਸਾਨੂੰ ਪਹਿਲੇ ਮੈਂ ਨਾ ਉਹ ਨਾਲ ਨਾਲ ਇਹ ਗੀਤ ਲੱਭ ਰਿਹਾ ਸੀ ਕਿ ਜਿਹੜਾ ਮੈਨੂੰ ਲੱਭਦਾ ਸੀ ਮੈਂ ਬੜੀ ਦੇਰ ਦਾ, ਤੇ ਉਹ ਮੇਰਾ ਦਿਲ ਸੀ ਕਿ ਅੱਜ ਦੇ ਪ੍ਰੋਗਰਾਮ ਦੇ ਆਖਰ ਤੇ ਉਹ ਪਾਉਂ ਸੁਣਾ ਦੇਵਾਂਗੇ ਜੀ ਜੀ, ਤੇ ਉਹ ਮੈਂ ਤੁਹਾਨੂੰ ਕੱਲ ਰਿਹਾ ਜੀ ਜੀ, ਠੀਕ ਤੇ ਤੁਸੀਂ ਉਹਨੂੰ ਕੱਢ ਲੈਣਾ ਜੀ, ਤੇ ਅਸੀਂ ਉਸ ਗਾਣੇ ਜਿੰਨਾ ਟਾਈਮ ਰੱਖ ਲਾਂਗੇ ਜੀ, ਠੀਕ ਹੈ। ਸੋ ਅਗਲੇ ਬੰਦੇ ਚ ਕੀ ਕਹਿੰਦਾ ਜੀ ਰਾਂਝਾ? ਰਾਂਝਾ ਆਖਦਾ ਸੀ ਇਹਨੂੰ ਮਾਂ ਤੇਰੀ, ਸਾਨੂੰ ਫੇਰ ਮੁੜ ਰਾਤ ਦੀ ਚਮੜੀ ਹੈ। ਇਹ ਚਮੜੀ ਯਾਨੀ ਉਹ ਜਿਵੇਂ ਚੜੇਲ ਨੀ ਚਮੜਦੀ ਹੁੰਦੀ, ਉਵੇਂ ਵਾਲੀ ਚਮੜੀ ਹੈ। ਅੱਗੋਂ ਹੀਰ ਕਹਿੰਦੀ ਹੈ, ਮੀਆਂ ਮੰਨ ਲੈ ਉਸ ਦੇ ਆਖਣੇ ਨੂੰ, ਤੇਰੀ ਹੀਰ ਪਿਆਰੀ ਦੀ ਅੰਬੜੀ ਹੈ। ਚੱਕ ਇਹਦਾ ਘੇਰਾ ਚਾਰੇ ਪਾਸੇ। ਕੀ ਜਾਣੀਏ ਉੱਠ ਕਿਸ, ਕੀ ਜਾਣੀਏ ਉੱਠ ਕਿਸ ਕੜੀ ਬੈਸੀ, ਅਜੇ ਵਿਆਹ ਦੀ ਵਿੱਥ ਵੀ ਲੰਬੜੀ ਹੈ। ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਪੱਲੇ ਕਿਸੇ ਨਾ ਵਧਿਆ ਦੰਬੜੀ ਹੈ। ਕਿਆ ਬਾਤ ਹੈ, ਤੇ ਇਹ ਗੱਲ ਵਾਰਿਸ ਸ਼ਾਹ ਕਹਿ ਰਹੇ ਜਿਹੜਾ ਕਿੱਸਾ ਇਸ਼ਕ ਦਾ ਲਿਖ ਰਿਹਾ, ਉਹ ਇਹ ਗੱਲ ਕਹਿ ਰਹੇ ਕਿ ਇਸ਼ਕ ਦੇ ਵਪਾਰ ਕਰੈਕਟਰ ਕਰੈਕਟਰ ਆ ਰਹੇ ਨੇ, ਕਰੈਕਟਰ ਆ ਕੇ ਗੱਲਾਂ ਕਰ ਰਹੇ ਨੇ। ਆਖਣਾ ਉਹਦੀ ਹੀਰ ਦੀ ਮਾਂ ਦੀ ਅੰਬੜੀ ਹੈ ਜਿਹੜੀ, ਹੁਣ ਸਿੱਧਾ ਸਿੱਧਾ ਮਤਲਬ ਹੀਰ ਰਾਂਝਾ ਆਖਦਾ ਹੀਰ ਨੂੰ, ਮਾਂ ਤੇਰੀ ਸਾਨੂੰ ਫੇਰ ਮੁੜ ਰਾਤ ਦੀ ਚਮੜੀ ਹੈ। ਹੁਣ ਮਾਂ ਉਹ ਕਹਿੰਦਾ ਕਿ
ਤੇਰੀ ਮਾਂ ਫਿਰ ਮੇਰੀ ਚਮੜੀ ਕਹਿੰਦੀ ਆ ਜਾ ਵਾਪਿਸ ਆ ਜਾ, ਮਤਲਬ ਮੁੜਿਆ ਫਿਰ ਮੈਨੂੰ ਕੱਲ ਦੀ ਜਿਹੜੀ ਨਾ ਮੇਰੇ ਸਿਰ ਹੋਈ ਹੈ, ਪਿੱਛੇ ਪਈ ਹੈ। ਹੀਰ ਦਾ ਜਵਾਬ ਹੈ ਉਸਨੂੰ ਕਿ ਉਹਦਾ ਕਿਹਾ ਮੰਨ ਲੈ, ਅਗਰ ਤੇਰੀ ਹੀਰ ਪਿਆਰੀ ਮੀਆਂ ਮੰਨ ਲੈ ਉਸਦੇ ਆਖਣੇ ਨੂੰ, ਤੇਰੀ ਹੀਰ ਪਿਆਰੀ ਦੀ ਅਮਰੀ ਤੂੰ ਤੇਰੀ ਹੀਰ ਦੀ ਹੈ, ਅੱਗੋਂ ਕੀ ਜਾਣੀਏ ਉੱਠ ਕਿਸ ਕੜੀ ਵੈਸੀ, ਊਂਠ ਕਿਹੜੀ ਕਰਵਟ ਲੈਂਦਾ ਹੈ, ਊਂਠ ਜਿਹੜਾ ਊਂਠ ਜਿਹੜਾ ਉੱਠ ਜਿਹੜਾ ਹੈ ਕਿਸ ਕੜੀ ਵੈਸੀ, ਮਤਲਬ ਕੀ ਕਰਵਟ ਕਿਹੜੇ ਕਿਹੜੇ ਪਾਸੇ ਬਵੇਗਾ, ਹੋ ਸਕਦਾ ਆਪਣਾ ਵਿਆਹ ਹੋ ਜਾਵੇ, ਪਤਾ ਨੀ ਮਾਮਲੇ ਕਿਵੇਂ ਨਿਬੜਨਗੇ, ਕਿਉਂਕਿ ਅਜੇ ਤੇ ਵਿਆਹ ਵਿੱਚ ਬੜਾ ਲੰਮਾ ਚਿਹਰ ਹੈ, ਜਾਂ ਅਜੇ ਵਿਆਹ ਹੋਣਾ ਤੇ ਦੂਰ ਦੀ ਗੱਲ ਹੈ, ਉਹਦੀ ਵਿੱਥ ਜਿਹੜੀ ਅਜੇ ਲੰਮੀ ਹੈ, ਉਹਦਾ ਜਿਹੜਾ ਵਿੱਚ ਡਿਸਟੈਂਸ ਹੈ ਦਸ 12 ਸਾਲ ਉਹਨੂੰ ਲਟਕਾਤਾ ਵਿਚਾਰੇ ਨੂੰ, ਹਾਲੇ ਵੀ ਵਿੱਥ ਲੰਮੜੀ ਅੱਗੋਂ ਨਹੀਂ ਉਹ ਨਹੀਂ ਅਜੇ ਉਹਦੀਆਂ ਗੱਲਾਂ ਚੱਲਦੀਆਂ ਪਈਆਂ ਨਾ, ਉਹ ਰਿਸ਼ਤੇ ਵੇਖਦੇ ਫਿਰਦੇ ਨੇ ਨਾ ਹੀਰ ਦੇ, ਤੇ ਉਹ ਇਹੀ ਲਾਲਚ ਹੈ ਕਿ ਇਹਦੇ ਕੋਲੋਂ ਵਿਆਹ ਤੱਕ ਜਦ ਤੱਕ ਹੀਰ ਨੂੰ ਅਸੀਂ ਟੋਰ ਨੀ ਦਿੰਦੇ ਉਦੋਂ ਤੱਕ ਇਹਦੇ ਕੋਲ ਮੱਝਾਂ ਚਰਾ ਲਈਏ, ਉਹ ਗੱਲ ਇਹ ਨੀ ਕਿ ਜਾ ਜਦੋਂ ਹੀਰ ਡੋਲੀ ਪਾ ਟੋਰ ਦਈਏ ਰੁੱਸ ਪਵੇ ਤਾਂ ਚਾਹ ਜਵਾਬ ਤਾਂ ਚਾਹ ਦਈਏ, ਮਤਲਬ ਇੱਥੇ ਇੱਕ ਜਟਕਾ ਫੰਧ ਉਹਨਾਂ ਨੇ ਲਾਇਆ ਹੋਇਆ, ਤੇ ਇੱਥੇ ਹੁਣ ਇੱਕ ਲਾਈਨ ਆ ਗਈ ਕਿ ਪਤਾ ਨੀ ਹੁਣ ਕੀ ਜਾਣੀਏ ਉੱਠ ਕਿਸ ਕੜੀ ਬੈਸੀ, ਅਜੇ ਵਿਆਹ ਦੀ ਵਿੱਥ ਵੀ ਲੰਮੜੀ ਆ, ਵਾਰਿਸ ਸ਼ਾਹ ਇਸ ਇਸ਼ਕ ਦੇ ਵੰਝ ਵਿੱਚੋਂ, ਇਸ ਵੰਝ ਵਪਾਰ ਨੂੰ ਕਹਿੰਦੇ ਨੇ, ਪੱਲੇ ਕਿਸੇ ਨਾ ਬੱਧਿਆ ਦੰਮੜੀ ਹੈ, ਮਤਲਬ ਇਸ਼ਕ ਦੇ ਵਪਾਰ ਵਿੱਚੋਂ ਕਿਸੇ ਨੂੰ ਕਦੇ ਕੁੱਝ ਖੱਟੀ ਨੀ ਹੋਈ, ਕੋਈ ਕਮਾਈ ਨੀ ਹੋਈ, ਪੈਸਾ ਨੀ ਲੱਭਦਾ। ਹਾਂ ਹੁਣ ਇੱਥੋਂ ਪਤਾ ਲੱਗਦਾ ਹੈ ਕਿ ਹੀਰ ਤੇ ਰਾਂਝਾ ਇਹਨਾਂ ਹੀਰ ਉਹਦੇ ਮਾਂ ਦੇ ਲਾਰਿਆਂ ਚ ਨਹੀਂ ਆਇਆ ਰਾਂਝਾ, ਉਹਨੂੰ ਪਤਾ ਕਿ ਝੂਠੀਆਂ ਨੇ ਸਾਰੀਆਂ ਇਹਦੀਆਂ ਗੱਲਾਂ, ਉਹਦੇ ਕੋਲੇ ਮੱਝਾਂ ਚਰਾਉਣ ਲਈ ਇਹ ਕੀਤੀਆਂ ਨੇ ਉਹਨੇ, ਇਸ ਲਈ ਰਾਂਝਾ ਹੀਰ ਨੂੰ ਕਹਿੰਦਾ ਕਿ ਤੇਰੀ ਮਾਂ ਫਿਰ ਚੰਬੜੀ ਹੈ। ਇੱਥੋਂ ਇਹ ਵੀ ਪਤਾ ਲੱਗ ਰਿਹਾ ਕਿ ਰਾਂਝੇ ਨੂੰ ਅਸਲ ਦੀ ਵੀ ਗੱਲ ਦੀ ਖਬਰ ਹੈ, ਜਿਵੇਂ ਮੇਰੇ ਨਾਲ ਕੋਈ ਬੰਦਾ ਗੱਲ ਕਰੇ ਕਿਸੇ ਹੋਰ ਦੀ ਤੇ ਵੀ ਉਹ ਫਲਾਨਾ ਤੈਨੂੰ ਬੜਾ ਇੰਜ 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 ਤੂੰ ਆ ਜਾ ਆ ਜਾ ਆ ਜਾ ਨਾ, ਤੇ ਬੰਦਾ ਜਾ ਕੇ ਉਹਦੇ ਨਾਲ ਹੀ ਗੱਲ ਕਰਦਾ ਕਿ ਯਾਰ ਫਿਰ ਮੇਰੇ ਸਿਰ ਹੋਈ ਹੈ, ਦੇ ਦੱਸ ਖਾਂ ਕੀ ਚੱਕਰ ਹੁਣ, ਠੀਕ ਹੈ ਨਾ, ਜਾਂਦਾ ਨੀ ਬੰਦਾ ਉਹ ਉਸ ਬੰਦੇ ਕੋਲ ਸਿੱਧਾ ਹੀ ਪੁੱਛ ਲਵੇ, ਉਹਦੀਆਂ ਮਾਂ ਦੀਆਂ ਗੱਲਾਂ ਸੁਣ ਲਈਆਂ ਉਹਨੇ ਜੋ ਅਸੀਂ ਪੂਰੇ ਪ੍ਰੋਗਰਾਮ ਚ ਅੱਜ ਕੀਤਾ, ਤੇ ਹੁਣ ਉਹ ਕਹਿੰਦੀ ਹੈ ਕਹਿੰਦਾ ਜਾ ਕੇ ਵੀ ਇਹ ਮੇਰੇ ਸਿਰ ਪਿੱਛੇ ਪਈ ਹੈ, ਤੇ ਕਹਿੰਦੀ ਅੱਗੋਂ ਹੁਣ ਉਹ ਵੀ ਕਹਿੰਦੀ ਬੜੀ ਲਾਡ ਨਾਲ ਹੈ, ਉਹ ਹੀਰ ਨੂੰ ਵੀ ਪਤਾ ਸਾਰਾ, ਠੀਕ ਹੈ ਨਾ, ਉਹ ਇਹ ਕਹਿੰਦੀ ਹੈ ਕਿ ਚਲੋ ਪਹਿਲੇ ਤੇ ਕਹਿੰਦੀ ਕਿ ਉਹਦੀ ਗੱਲ ਮੰਨ ਲੈ, ਅਖੀਰ ਉਹ ਤੇਰੀ ਮਾਂ ਦੀ ਤੇਰੀ 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 ਹੀਰ ਦੀ ਮਾਂ ਆ, ਜੀ ਜੀ ਮਤਲਬ ਮੇਰੀ ਮਾਂ ਆ ਤੇਰੀ, ਮਤਲਬ ਇਹ ਗੱਲ ਵੀ ਇੱਕ ਲੁਕੀ ਹੋਈ ਹੈ ਕਿ ਸ਼ਾਇਦ ਇਸ ਨੂੰ ਹੀ ਸਾਡਾ ਖਿਆਲ ਆ ਜਾਏ ਮਾਂ ਨੂੰ ਹੀ, ਕਿ ਕੀ ਪਤਾ ਹੁਣ ਕੀ ਝੇੜੇ ਪੈਂਦੇ ਨੇ ਕੀ ਅਖੀਰ ਹੋਏਗਾ, ਤੇ ਇਸ ਹੁਣ ਜਿਹੜਾ ਥਿੜਕਦਾ ਜਿਹੜਾ ਵੇਲਾ ਹੈ ਇਹਦੇ ਵਿੱਚ ਹੋਰ ਚਾਰਾ ਵੀ ਕੋਈ ਨੀ ਸਵਾਏ ਵਾਪਸ ਆਉਣ ਦੇ, ਤੇ ਨਾਲ ਹੀ ਉਹ ਆਪਣੇ ਵਿਆਹ ਦੀ ਵੀ ਗੱਲ ਕਰਦੀ ਹੈ। ਇੱਥੋਂ ਇਹ ਵੀ ਹੋਇਆ ਕਿ ਹੀਰ ਦੇ ਮਾਂ ਪਿਓ ਦੇ
ਦਾ ਮੰਨਣਾ ਵੀ ਸੌਖਾ ਨਹੀਂ ਹੈ। ਮਤਲਬ ਕੀ ਜਾਣੀਏ ਉੱਠ ਕਿਸ ਕੜੀ ਬੈਸੀ, ਅਜੇ ਵਿਆਹ ਦੀ ਵਿੱਥ ਵੀ ਲੰਮੜੀ ਹੈ। ਹਾਂਜੀ, ਤੇ ਅੱਗੋਂ ਉਸਦਾ ਮਤਲਬ ਕਿ ਉਸ ਵੇਲੇ ਤਿਕਰ ਤੇ ਇੱਥੇ ਰਹਿਣਾ ਪਵੇਗਾ। ਮਤਲਬ ਜੇ ਹੀਰ ਆਪਣੇ ਕਿਸੇ ਹੋਰ ਨਾਲ ਵਿਆਹ ਦੀ ਗੱਲ ਕਰ ਰਹੀ ਤੇ ਇਹਦਾ ਵੀ ਮਤਲਬ ਹੈ, ਜੇ ਉਹਦੇ ਆਪਣੇ ਵਿਆਹ ਦੀ ਗੱਲ ਕਰ ਰਹੀ ਤਾਂ ਵੀ ਮੱਝਾਂ ਤੇ ਚਾਰਨੀਆਂ ਪੈਣਗੀਆਂ, ਫਿਰ ਇਕੱਠਿਆਂ ਤੇ ਰਹਿਣਾ ਹੀ ਪੈਣਾ। ਜੀ ਜੀ, ਮਤਲਬ ਇਹ ਵੀ ਹੋ ਸਕਦਾ ਜੇ ਅਜੇ ਵਿਆਹ ਹੋਣ ਜਾਂ ਨਾ ਹੋਣ ਵਿੱਚ ਵੀ ਕਾਫੀ ਦੇਰ ਹੈ, ਵੱਡਾ ਪਾੜਾ ਹੈ। ਇਹ ਪਤਾ ਨੀ ਕਦੋਂ ਇਹ ਕਿਸੇ ਬੰਦੇ ਕੰਡੇ ਲੱਗਣੀ ਗੱਲ, ਤੂੰ ਆ ਜਾ। ਹੁਣ ਇੱਥੇ ਤੱਤ ਕੱਢਦਾ ਵਾਰਿਸ ਆ, ਨਤੀਜਾ ਨਿਚੋੜ ਕੱਢ ਕੇ ਸਾਹਮਣੇ ਦਿੰਦਾ ਹੈ ਜੀ ਆਖਰੀ ਮਿਸਰੇ ਚ, ਕਿ ਬਈ ਵਾਰਿਸ ਆ ਇਸ਼ਕ ਦੇ ਵੰਜ ਵਿੱਚੋਂ ਪੱਲੇ ਕਿਸੇ ਨਾ ਬੱਧਿਆ ਦਮੜੀ ਹੈ। ਕਿ ਇਸ ਇਸ਼ਕ ਦੇ ਕਾਰੋਬਾਰ ਵਿੱਚ ਕਦੇ ਕਿਸੇ ਨੂੰ ਕੋਈ ਖੱਟੀ ਨਹੀਂ ਹੋਈ, ਕੋਈ ਕਮਾਈ ਨਹੀਂ ਹੋਈ। ਇੱਥੇ ਹੁਣ ਹੀਰ ਦੇ ਵਿਆਹ ਦੀ ਵਾਲੀ ਗੱਲ ਦਾ ਵੀ ਜਵਾਬ ਦੇ ਰਿਹਾ। ਹੀਰ ਤੇ ਸਮਝਦੀ ਹੈ ਕਿ ਵਿਆਹ ਵਿੱਚ ਲੰਮਾ ਚਿਰ ਹੈ, ਪਰ ਵਾਰਿਸ ਸ਼ਾਹ ਨੂੰ ਪਤਾ ਹੈ ਜੋ ਇਹ ਨਹੀਂ ਹੋਣਾ। ਉਹਨੂੰ ਇਹ ਵੀ ਪਤਾ ਕਿ ਇਸ਼ਕ ਕਰਕੇ ਨਾ ਦੁਨੀਆਦਾਰੀ ਚ ਘਰ ਨਹੀਂ ਵਸਾਏ ਜਾ ਸਕਦੇ। ਬੜਾ ਬੜਾ ਬਰੀਕ ਕੰਮ ਹੈ। ਉਹੀ ਗੱਲ ਜਿਹੜੀ ਅਸੀਂ ਅੱਗੇ ਕੀਤੀ ਹੈ ਕਿ ਹੁਣ ਉੱਥੇ ਲਹਿਰਾਂ ਇਸ਼ਕ ਵਾਲੀਆਂ ਚੱਲੀਆਂ ਹੋਈਆਂ ਨੇ ਉਸ ਜ਼ਮਾਨੇ ਦੇ ਵਿੱਚ। ਜੇ ਪਿੱਛੇ ਜਾ ਕੇ ਥੋੜਾ ਵੇਖੋ ਉਸ ਤਾਰੀਖ ਚ, ਅੱਜ ਤੋਂ ਤੁਸੀਂ ਸ਼ੁਰੂ ਚ ਜਿਹੜੀ ਗੱਲ ਕੀਤੀ ਸੀ ਕਿ ਪਤਾ ਨੀ ਕਿੰਨੇ ਸੌ ਸਾਲ ਹੋ ਗਏ ਨੇ, ਬਹੁਤਾ ਇਸ ਕਿਸੇ ਵਾਰਿਸ ਸ਼ਾਹ ਵਾਲੇ ਨੂੰ ਬਹੁਤਾ ਚਿਰ ਨੀ ਹੋਇਆ, 200 ਸਾਲ ਹੀ ਹੋਇਆ, 250 ਸਾਲ। ਪਰ ਜਿਹੜਾ ਹੀਰ ਦਾ ਕਿੱਸਾ ਉਹ ਤੇ 600 ਸਾਲ ਤੋਂ 700 ਸਾਲ ਤੋਂ ਤੁਰਿਆ ਹੋਇਆ, ਉਹ ਤੋਂ ਵੀ ਪੁਰਾਣਾ। ਮਤਲਬ ਸ਼ਾਹ ਹੁਸੈਨ ਨੇ ਵਰਤੀਆਂ ਅਕਬਰ ਦੇ ਵੇਲੇ ਚ ਹੀ ਰਾਂਝੇ ਦੀ ਸਾਰੀ ਰਮਜ, ਉਸ ਤੋਂ ਪਹਿਲੇ ਦਮੋਦਰ ਦਾਸ ਨੇ ਸਭ ਤੋਂ ਪਹਿਲੇ ਲਿਖਿਆ ਸੀ ਜੀ। ਹੁਣ ਇੱਥੇ ਉਹ ਦੇਖੋ ਕਿਵੇਂ ਨਵੀਂ ਜਿਹੜੀ ਲਹਿਰ ਉੱਠਦੀ ਹੈ ਉਹਨੂੰ ਕਿਵੇਂ ਪੁਰਾਣੇ ਨਿਜ਼ਾਮ ਨਾਲ, ਪੁਰਾਣੇ ਸਿਸਟਮ ਨਾਲ ਫਾਰ ਦਾ ਟਾਈਮ ਬੀਇੰਗ ਨਿਭਾ ਕਰਨਾ ਪੈਂਦਾ ਹੈ। ਇਹ ਨਵੇਂ ਲੋਕ ਨੇ ਦੋਵੇਂ, ਇਸ਼ਕ ਨੇ ਆਸ਼ਕ ਹੈ, ਇਹ ਉੱਠੇ ਨੇ ਦੋਵੇਂ ਜੀ, ਪਰ ਨਾਲ ਨਾਲ ਕਿਧਰੇ ਕਿਧਰੇ ਉਹ ਨਿਭਦੇ ਵੀ ਪਏ ਨੇ ਪੁਰਾਣੇ ਨਿਜ਼ਾਮ ਨਾਲ। ਔਰ ਇਹ ਜਿਹੜੀ ਇਨਕਲਾਬ ਦੀ ਜਾਂ ਰੈਜ਼ਿਸਟੈਂਸ ਦੀ ਜਿਹੜੀ ਮੂਵਮੈਂਟ ਹੁੰਦੀ ਹੈ, ਕੋਈ ਸਿੱਧੀ ਬਦਰੀ ਨਹੀਂ ਹੁੰਦੀ ਜੀ ਜੀ, ਐਵੇਂ ਨਹੀਂ ਹੇਠਲੀ ਉੱਤੇ ਹੋ ਜਾਂਦੀ। ਜਿਹੜਾ ਪੁਰਾਣਾ ਸਿਸਟਮ ਹੁੰਦਾ ਹੈ ਉਹ ਆਪਣਾ ਹਰ ਦਾ ਵਰਤਦਾ ਹੈ ਨਵੀਆਂ ਤਾਕਤਾਂ ਨੂੰ ਆਪਣੇ ਵਸ ਵਿੱਚ ਕਰਨ ਲਈ। ਮਤਲਬ ਉਹਨਾਂ ਦਾਵਾਂ ਵਿੱਚ ਪਿਆਰ ਵੀ ਹੈ ਤੇ ਜੰਗ ਵੀ ਹੈ, ਜਿਵੇਂ ਅਮਰੀਕਾ ਪਿਆ ਕਰਦਾ। ਪਰ ਅਮਨ ਵੀ ਹੈ, ਅਮਨ ਤੇ ਪੈਸੇ ਵੀ ਲਾ ਰਹੇ ਨੇ ਤੇ ਜੰਗ ਵੀ ਵਿੱਚ ਹੀ ਕਰੀ ਜਾਣ ਡਿਆ, ਇਧਰੋਂ ਵੀ ਵਿੱਚ ਤੋੜ ਭਰਨ ਵਾਲੇ ਵੀ ਬੰਦੇ ਛੱਡੇ ਨੇ। ਹੁਣ ਅਖੀਰ ਜਿਹੜੀਆਂ ਨਵੀਆਂ ਤਾਕਤਾਂ ਵੀ ਪੁਰਾਣੀਆਂ ਵਾਂਗ ਹੀ ਹੋ ਜਾਂਦੀਆਂ ਨੇ। ਤੁਸੀਂ ਵੇਖ ਲਓ ਜੋ ਰੈਵੋਲੂਸ਼ਨ ਆਇਆ ਹੈ, ਠੀਕ ਹੈ ਨਾ, ਹਾਂਜੀ, ਸੈਕੂਲਰਿਜ਼ਮ ਦਾ, ਤੇ ਅੱਜ ਮੋਦੀ ਨੇ ਆ ਕੇ ਕੀ ਕਰ ਦਿੱਤਾ ਹੈ ਨਾ,
ਫਿਰ ਉਹੀ ਜਟਕਾ ਫੰਦ ਲਾਇਆ ਹੋਇਆ ਉਹਨੇ। ਹਾਂਜੀ। ਸੋ ਲੁਕਾਈ ਦਾ ਜਿਹੜਾ ਨਾਬਰੀ ਵਿੱਚ ਰਲਣਾ ਉਹ ਇੱਕ ਇਸ਼ਕ ਦੀ ਹਾਲਤ ਹੈ, ਤੇ ਉਹ ਜੋ ਨਹੀਂ ਮਿਲਦਾ ਤੇ ਉਹਦੇ ਵਾਸਤੇ ਮਤਲਬ ਕੁਝ ਨਵੇਂ ਸਰਦਾਰ ਜਿਹੜੇ ਨੇ ਉਹ ਪੁਰਾਣਿਆਂ ਦੀ ਥਾਂ ਲੈ ਲੈਂਦੇ ਨੇ। ਹੁਣ ਇੱਥੇ ਹੇਠਲੀ ਉੱਤੇ ਹੋਣ ਦੀਆਂ ਗੱਲਾਂ ਨੇ, ਪਰ ਪੁਰਾਣੇ ਦੇ ਨਾਲ ਨਿਭਾਅ ਵੀ ਵਿੱਚੋਂ ਵਿੱਚ ਜਾ ਰਿਹਾ। ਰਾਂਝਾ ਹੀਰ ਦੀ ਮਾਂ ਦੇ ਲੱਗ ਆਖੇ ਛੇੜ ਮੱਝੀਆਂ ਝੱਲ ਨੂੰ ਆਉਂਦਾ ਏ, ਮੰਗੂ ਵਾਲ ਦਿੱਤਾ ਵਿੱਚ ਝਾਂਗੜੇ ਦੇ ਆਪ ਨਹਾਏ ਕੇ ਰੱਬ ਤੇ ਆਉਂਦਾ ਏ, ਹੀਰ ਸਤੂਹਾਂ ਦਾ ਮਗਰ ਘੋਲ ਛੰਨਾ ਵੇਖੋ ਰਿਜ਼ਕ ਰੰਝੇਟੇ ਦਾ ਆਉਂਦਾ ਏ, ਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ ਹੱਥ ਬੰਨ ਸਲਾਮ ਕਰ ਆਉਂਦਾ ਏ। ਰਾਂਝਾ ਹੀਰ ਦੋਵੇਂ ਹੋਏ ਆਣ ਹਾਜ਼ਰ, ਅੱਗੋਂ ਪੀਰ ਹੁਣ ਇਹ ਫਰਮਾ ਆਉਂਦਾ ਏ। ਅੱਗੋਂ ਹੁਣ ਪੰਜਾਂ ਪੀਰਾਂ ਵਾਲੀ ਗੱਲ ਸ਼ੁਰੂ ਹੋ ਗਈ, ਉਹ ਆਪਾਂ ਫੇਰ ਕਰਾਂਗੇ। ਠੀਕ ਹੈ, ਹੁਣ ਮੈਂ ਤੁਹਾਨੂੰ ਇੱਕ ਗੀਤ ਘੱਲਿਆ, ਉਹ ਤੁਸੀਂ ਹੁਣ ਚਲਾਉਣਾ। ਉਹ ਬੋਲੀਆਂ ਹੀ ਨੇ ਅਸਲ ਚ ਨਾ, ਤੁਫੈਲ ਨਿਆਜ਼ੀ ਖਾਨ ਸਾਹਿਬ ਮੇਰੇ ਬੜੇ ਫੇਵਰੇਟ ਗਾਇਕ ਨੇ, ਉਹਨਾਂ ਨੇ ਬੋਲੀਆਂ ਦੇ ਵਿੱਚ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਨੇ, ਉਹਨਾਂ ਗੱਲਾਂ ਦੇ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਦਾ ਮੁਕਾ ਕਰਾਂਗੇ। ਤੇ ਇਹ ਬੰਦ ਨੰਬਰ 109 ਜਿਹੜਾ ਉਹ ਅਸੀਂ ਅਗਲੇ ਪ੍ਰੋਗਰਾਮ ਚ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਾਂਗੇ, ਤੇ ਇਹਦਾ ਲੜੀਵਾਰ ਸੁਣੋ ਤਾਂ ਜੇ ਅਗਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸੁਣਨ ਦਾ ਜਿਹੜਾ ਚਸ ਮਜ਼ਾ ਵੀ ਆਵੇ, ਔਰ ਉਹਨਾਂ ਦੀ ਤੰਦ ਵੀ ਨਾਲ ਗੰਢੀ ਹੋਵੇ, ਜੁੜੀ ਹੋਵੇ, ਤੇ ਫਿਰ ਸਾਡਾ ਇੱਥੇ ਬਹਿਣਾ ਸੁਣਨਾ ਕਹਿਣਾ ਉਹ ਪੂਰਾ ਹੁੰਦਾ। ਸੋ ਸਭ ਦਾ ਬਹੁਤ ਬਹੁਤ ਸ਼ੁਕਰਾਨਾ, ਆਪ ਦਾ ਵੀ ਭਾਜੀ ਬਹੁਤ ਸ਼ੁਕਰਾਨਾ, ਅੱਜ ਬੜਾ ਮਜ਼ਾ ਆਇਆ, ਵਿੱਚ ਕਿਧਰੇ ਕਿਧਰੇ ਗਾਣਾ ਲੱਭਦਿਆਂ ਮੈਨੂੰ ਢਿੱਲ ਮੱਠ ਵੀ ਹੋਈ, ਉਹਦੀ ਮਾਫ਼ੀ ਦੇ ਦੇਣਾ। ਪਰ ਇਹ ਵੇਖੇ ਇਸ ਕਿੱਸੇ ਨੂੰ ਅਸੀਂ ਅਗਰ ਪੜ੍ਹ ਰਹੇ ਹਾਂ ਔਰ ਸਾਡੀ ਖਾਹਿਸ਼ ਹੈ ਕਿ ਇਹ ਨਿਭ ਜਾਵੇ, ਪੂਰਾ ਹੋ ਜਾਵੇ, ਤੇ ਇਹ ਇੱਕ ਸਾਡੀ ਅਗਲੀ ਪੀੜ੍ਹੀ ਵਾਸਤੇ ਇੱਕ ਤਵਾਰੀਖੀ ਕੰਮ ਹੋਏਗਾ ਕਿ ਹੀਰ ਵਾਰਿਸ ਸ਼ਾਹ ਜਿਹੜੀ ਆ ਉਹ ਜਦੋਂ ਚਾਹੁਣ ਉਹ ਗੱਡੀ ਚ ਸਫ਼ਰ ਕਰਦਿਆਂ ਵੀ ਸਾਡਾ ਯੂਟਿਊਬ ਚੈਨਲ ਤੋਂ ਜਾਂ ਸਾਡੇ ਜਿੱਥੇ ਰਿਕਾਰਡਿੰਗ ਪਈਆਂ ਨੇ ਉਹ ਲੜੀਵਾਰ ਸੁਣ ਸਕਦੇ ਨੇ। ਰੋਜ਼ ਦਫ਼ਤਰ ਆਉਣਾ, ਰੋਜ਼ ਜਾਣਾ ਜਿਹਨੇ ਇੱਕ ਘੰਟਾ ਡਰਾਈਵ ਕਰਕੇ ਜਾਂ ਵਾਕ ਕਰਦਿਆਂ ਉਹਨੂੰ ਸੁਣ ਕੇ ਤੇ ਹੀਰ ਰਾਂਝੇ ਦੇ ਇਸ਼ਕ ਦਾ ਮਜ਼ਾ ਲੈ ਸਕਦਾ। ਜੀ ਜੀ, ਤੇ ਨਾਲੇ ਸੂਝ ਸਿਆਣਪ ਔਰ ਇਲਮ ਔਰ ਅਕਲ ਔਰ ਮਤ ਔਰ ਇਸ਼ਕ ਔਰ ਸਿਦਕ ਔਰ ਲਗਨ ਦੀਆਂ ਗੱਲਾਂ ਜਿਹੜੀਆਂ, ਸਮਾਜ ਦੀਆਂ ਸਾਰੇ ਵਰਤਾਰੇ ਦੀਆਂ ਖੇਡਾਂ ਜਿਹੜੀਆਂ ਉਹ ਵੀ ਇੱਕ ਇੱਕ ਲਾਈਨ ਤੇ ਕਿੰਨੇ ਕਿੰਨੇ ਮਿਹਨੇ ਮਤਲਬ ਔਰ ਪਰਤਾਂ ਨੇ ਉਹ ਵੀ ਸੁਣ ਸਕਦਾ, ਔਰ ਆਪਣੇ ਬਾਲਾਂ ਨੂੰ ਬੱਚਿਆਂ ਨੂੰ ਜਿਹੜੇ ਜਿਹਨਾਂ ਨੇ ਪੰਜਾਬੀ ਸਾਹਿਤ ਨਹੀਂ ਪੜਿਆ ਉਹਨਾਂ ਨੂੰ ਪੜ੍ਹਾ ਸੁਣਾ ਸਕਦਾ। ਇਹ ਇੱਕ ਵੱਡਾ ਕੰਮ ਜਿਹੜਾ ਸਾਡੇ ਹੱਥੋਂ ਹੋਇਆ, ਲੋਕ ਹੋ ਰਿਹਾ, ਉਹ ਜਿਹੜਾ ਉਹ ਰੇਡੀਓ ਹਾਂਜੀ ਦੇ ਭਾਗ ਨੇ ਕਿ ਉਹ ਇੱਥੋਂ ਸਾਨੂੰ ਇੱਕ ਸਮਝ ਮਿਲੇਗੀ ਹੀਰ ਵਾਰਿਸ ਸ਼ਾਹ ਦੀ ਔਰ ਪੂਰੇ ਸਮਾਜ ਦੀ। ਤੇ ਜਿਉਂਦੇ ਰਹੋ ਜੀ, ਵਸਦੇ ਰਹੋ, ਇਜਾਜ਼ਤਾਂ ਦੇ ਦਿਓ, ਤੇ ਇਹ ਤਫੈਲ ਨੇ ਅਜੇ ਤੱਕ ਗਾਉਣ ਤੁਹਾਡੇ ਲਈ ਛੱਡਦੇ ਜਾ ਰਹੇ ਹਾਂ, ਤੇ ਮੀਆਂ ਸਭ ਦੇ ਬੋਲਾਂ ਦੇ ਨਾਲ ਲੈ ਉਹ ਯਾਰ ਹਵਾਲੇ ਰੱਬ ਦੇ, ਮੇਲੇ ਚਾਰ ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫੇਰ ਮਿਲਾਂਗੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ।
ਸੋ ਇਹ ਸਨ ਜੀ ਅਫਜ਼ਲ ਸਾਹਿਰ ਸਾਹਿਬ ਅਤੇ ਅੱਜ ਦੇ ਦਿਨ ਯਾਨੀ ਕਿ ਸੋਮਵਾਰ ਦੇ ਦਿਨ ਇਸ ਪ੍ਰੋਗਰਾਮ ਦੀ ਅਸੀਂ ਪੇਸ਼ਕਾਰੀ ਕਰ ਰਹੇ ਸਾਂ ਅਤੇ ਇੱਕ ਵਾਰ ਮੈਂ ਫਿਰ ਤੋਂ ਦੁਹਰਾ ਦਿੰਦਾ ਜੀ ਕਿਉਂਕਿ ਇਹ ਗੱਲ ਦੇ ਲਈ ਕੀ ਹੁੰਦਾ ਕਿ ਜਦੋਂ ਤੁਸੀਂ ਪ੍ਰੋਗਰਾਮ ਨਵੇਂ ਸੁਣਨੇ ਸ਼ੁਰੂ ਕਰਦੇ ਹੋ ਹਾਲੇ ਸਾਡੀ 16ਵੀਂ 17ਵੀਂ ਕਿਸ਼ਤੀ ਹੈ ਇਸ ਪ੍ਰੋਗਰਾਮ ਦੀ ਸੋ ਉਸ ਪ੍ਰੋਗਰਾਮ ਦੇ ਵਿੱਚ ਇਹ ਦੱਸਣਾ ਜ਼ਰੂਰੀ ਬਣ ਜਾਂਦਾ ਕਿ ਇਹ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਅਗਲੇ ਦਿਨ ਜ਼ਰੂਰ ਚੱਲਦਾ ਹੈ ਜੀ ਔਰ ਜੇ ਤੁਸੀਂ ਇਸ ਪ੍ਰੋਗਰਾਮ ਦੇ ਰਿਪੀਟ ਬ੍ਰੌਡਕਾਸਟ ਦੇ ਵਿੱਚ ਸਾਂਝ ਪਾ ਰਹੇ ਹੁੰਦੇ ਹੋ ਤਾਂ ਵੀ ਤਰੀਕਾ ਤਾਂ ਉਹੀ ਹੈ ਜੀ ਕਿ ਸਾਨੂੰ ਫੀਡਬੈਕ ਜ਼ਰੂਰ ਦੇ ਦਿਆ ਕਰੋ ਫੀਡਬੈਕ ਦੇ ਨਾਲ ਸਾਨੂੰ ਇਹ ਪਤਾ ਚੱਲ ਜਾਂਦਾ ਹੈ ਜੀ ਕਿ ਪ੍ਰੋਗਰਾਮ ਕਿੱਦਾਂ ਨੂੰ ਚੱਲ ਰਿਹਾ ਕਿਵੇਂ ਚੱਲ ਰਿਹਾ ਠੀਕ ਚੱਲ ਰਿਹਾ ਗਲਤ ਚੱਲ ਰਿਹਾ ਸੋ ਤੁਹਾਡੇ ਸਲਾਹ ਮਸ਼ਵਰੇ ਸ਼ਿਕਾਇਤਾਂ ਸੁਝਾਅ ਕੁਝ ਵੀ ਹੋਵੇ ਸਾਡੇ ਤੱਕ ਜੇ ਪੁੱਜਦੇ ਕਰ ਦਿਓ ਤੁਸੀਂ ਤਾਂ ਉਸ ਦੇ ਨਾਲ ਬਹੁਤ ਬਹੁਤ ਫਾਇਦਾ ਹੋ ਜੂਗਾ ਸਾਡਾ ਵੀ ਅਤੇ ਪ੍ਰੋਗਰਾਮ ਦੀਆਂ ਇਹ ਸਾਰੀਆਂ ਕਿਸ਼ਤਾਂ ਜਿਵੇਂ ਅਫਜ਼ਲ ਸਾਹਿਬ ਸਾਹਿਬ ਨੇ ਦੱਸ ਹੀ ਦਿੱਤਾ ਮੈਂ ਵੀ ਦੱਸ ਹੀ ਛੱਡਿਆ ਕਿ ਇਹਨਾਂ ਨੂੰ ਯੂਟਿਊਬ 'ਤੇ ਵੀ ਤੁਸੀਂ ਭਾਲ ਸਕਦੇ ਹੋ ਰੇਡੀਓ ਹਾਂਜੀ ਦੇ ਫੇਸਬੁੱਕ ਪੇਜ 'ਤੇ ਜਾਓ ਜੀ ਯੂਟਿਊਬ ਪੇਜ 'ਤੇ ਜਾਓ ਜੀ ਉੱਥੇ ਇਹ ਲਿੰਕ ਪਏ ਹੋਏ ਨੇ ਸਭ ਕੁਝ ਉੱਥੇ ਤੁਹਾਨੂੰ ਮਿਲ ਸਕਦਾ ਜੀ ਫੇਸਬੁੱਕ ਪੇਜ ਨੂੰ ਲਾਈਕ ਕਰ ਲਓ ਫੋਲੋ ਕਰ ਲਓ ਯੂਟਿਊਬ ਪੇਜ ਨੂੰ ਲਾਈਕ ਕਰ ਲਓ ਸ਼ੇਅਰ ਕਰ ਲਓ ਜੀ ਸਬਸਕ੍ਰਾਈਬ ਕਰ ਲਓ ਅਤੇ ਇਹ ਪ੍ਰੋਗਰਾਮਾਂ ਦੀਆਂ ਜਿਹੜੀਆਂ ਪੇਸ਼ਕਾਰੀਆਂ ਨੇ ਤੁਹਾਡੇ ਤੱਕ ਤੁਹਾਡੀ ਪੋਕਿਟ ਦੇ ਵਿੱਚ ਫਿਲਹਾਲ ਮੈਨੂੰ ਹੀ ਯਾਨੀ ਗੌਤਮ ਕਪਿਲ ਨੂੰ ਇੱਥੇ ਹੀ ਦਿਓ ਜੀ ਇਜਾਜ਼ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਤੇ ਕੱਲ੍ਹ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਜੀ ਰੱਖੋ ਆਪਣੀ ਸਿਹਤਾਂ ਦਾ ਖਿਆਲ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ